हेलो। हेलो, सलाम, नमस्ते, सत श्री अकाल। मैं हाँ थोड़ी होस्ट से दोस्त मोनी गिल। सत श्री अकाल, नमस्कार, अस्सलाम वालेकुम। मैं हाँ कुलदीप गिल, तो तुसी देख रहे हो जस्ट चिल विद मिस्टर एंड मिसेस गिल। सुनो जी, मिस्टर और मिसेस गिल तुहानू हमेशा चिल कराते हैं क्योंकि साडा नाम ही जस्ट चिल विद मिस्टर एंड मिसेस गिल है। लेकिन अज असीं तुहानू सुरां दे नाल चिल करावांगे। सुरां दे नाल चिल क्यों, और उहदे च इक खासियत है जी, सिंह जो दो सिंह सिंह ते सिंघणी जुड़ जावे ते दूजे साइड ते कैमरे दे बिहाइंड भी सिंघां दा पुत्तर होवे, यानी कि शेर दा पुत्तर होवे, ते मजा दुगना हो जाता है, दुगने का भी तिगना हो जाता है। सो बहुत ही देर ना लाते हुए अज्ज दे जिहड़े साडे आर्टिस्ट ने तुहानू सारयां नू उहनां नाल रूबरू करा दां जी। मेरे वन ऑफ द फेवरेट फेवरेट सिंगर ने, उहनां दे विच वर्सटैलिटी इज़ द की जिहड़ी कि उहनां वल सानू खिंचदी है क्योंकि असीं म्यूजिक लवर हाँ। और उहनां दा नाम जिहड़ा खुलासा करदे 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 मैं दस्सां जी, इजाज़ शेर अली। इजाज़ शेर अली जी नू असीं वेलकम करदे हां कैमरा ते, ऑल द वे फ्रॉम पाकिस्तान। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤੇ ਦੱਸੋ, ਸਾਡੀ ਆਵਾਜ਼ ਤੁਹਾਨੂੰ ਸਹੀ ਸੁਣਾਈ ਦੇ ਰਹੀ ਹੈ? ਬਿਲਕੁਲ ਜੀ, ਬਿਲਕੁਲ ਠੀਕ ਸੁਣ ਰਹੀ। ਚਲੋ ਅੱਛੀ ਗੱਲ ਹੈ, ਵਾਹਿਗੁਰੂ ਦੀ ਮਿਹਰ ਹੈ ਕਿਉਂਕਿ ਇੰਟਰਨੈਟ ਦਾ ਕੋਈ ਭਰੋਸਾ ਨਹੀਂ, ਉਹ ਵੀ ਇੰਡੀਆ ਔਰ ਪਾਕਿਸਤਾਨ ਦਾ। ਅੱਜ ਕੱਲ੍ਹ ਤਾਂ ਯੂਐਸਏ ਦਾ ਵੀ ਕੋਈ ਪਤਾ ਨਹੀਂ, ਟਰੰਪ ਜੀ ਅੱਜ ਕੱਲ੍ਹ ਮਿਹਰਬਾਨ ਰਹਿੰਦੇ ਨੇ ਹਰ ਚੀਜ਼ ਤੇ। ਤੇ ਇਹ ਦੱਸੋ ਕਿ ਪਹਿਲੀ ਗੱਲ ਤੇ ਉੱਥੇ ਬੜੀ ਬੇਇੰਤਹਾ ਗਰਮੀ ਪੈ ਰਹੀ ਹੋਣੀ। बस जी, हुण गर्मी कुछ शुरू हो गई है, हुण अज कोई महसूस होई। वैसे ते जिस तरह वैसे इन्हां दिनां च गर्मी हुंदी है नॉर्मली, ओदा नहीं है जिवें अगे पैंदी है। ते गर्मी मौसम काफ़ी बेहतर है, हले तक भी जिहड़ा है कि ओह एयर कंडीशन जरूरत नहीं। वाह जी, दैट्स गुड। फिर ते अच्छा, पहले भी बंदे सुकून है। ਅਸਲ 'ਚ ਕੋਵਿਡ ਆਇਆ ਨਾ, ਤੇ ਉਹਦੇ ਨਾਲ ਪੋਲਿਊਸ਼ਨ ਘੱਟ ਗਿਆ ਤੇ ਇਸ ਕਰਕੇ ਵੈਦਰ ਵੀ ਚੇਂਜ ਹੋ ਗਿਆ। ਸਹੀ ਗੱਲ ਹੈ। ਉਹ ਸਾਰੇ ਆ ਮਿਲਣਾ, ਫੈਕਟਰੀਆਂ ਆ ਤੇ ਟ੍ਰੈਫਿਕ ਬੰਦ ਹੈ, ਉਹ ਉਹਦੀ ਵਜ੍ਹਾ ਨਾਲ ਫਿੱਤਰ ਹੋ ਗਿਆ ਬਸ। ਸਾਡੇ ਇੱਥੇ ਤਾਂ ਹੁਣ ਫੇਸ 2 ਕਰ ਦਿੱਤਾ ਗਿਆ ਹੈ ਵਾਸ਼ਿੰਗਟਨ ਡੀਸੀ ਸੱਚੀ ਯੂਐਸਏ ਦੇ ਵਿੱਚ ਇਸ ਵਕਤ, ਜਿਹੜੀ ਸਾਡੀ ਆਡੀਅੰਸ ਕਈ ਦੇਖ ਰਹੀ ਹੈ ਦੇਸ਼ ਵਿਦੇਸ਼ ਤੋਂ। ਲੇਕਿਨ ਉੱਥੇ ਕਿੱਦਾਂ, ਹਲੇ ਓਪਨ ਹੋ ਗਿਆ ਕਿੱਦਾਂ ਹਲੇ? ਅਸਲ 'ਚ ਜੀ ਸਾਡੇ ਜਿਹੜਾ ਨਾ ਜੀ ਇੱਥੇ ਲੋਕਡਾਊਨ ਹੋ ਰਿਹਾ, ਕੁਛ ਨਹੀਂ ਲੋਕਡਾਊਨ ਰਹਿੰਦਾ, ਫਿਰ ਉਹਨੂੰ ਖੋਲ ਦਿੰਦੇ ਨੇ ਤੇ ਬਸ ਉਹ। ਹਾਂਜੀ, ਤੇ ਹੈ ਸਿਸਟਮ ਜੀ, ਇੱਥੇ ਖਰਾਬ ਤੇ ਹੈ ਮਾਹੌਲ ਬੜਾ। ਦੁਆ ਕਰੋ, ਦੁਆ ਕਰਨੇ ਸਾਰੀ ਦੁਨੀਆ 'ਚ, ਅੱਲਾ ਬਿਹਤਰੀ ਕਰੇ ਮਾਲੀ। ਬਿਲਕੁਲ, ਸਾਡੀ ਸਾਰਿਆਂ ਦੇ ਹੀ ਦੁਆ ਹਮੇਸ਼ਾ ਹੀ। ਮੈਂ ਤਾਂ ਕਹਿੰਦੀ ਹਾਂ ਕਿ ਇਹ ਪੂਰੀ ਦੁਨੀਆ ਤੋਂ ਖਤਮ ਹੋਏ, ਇਹ ਨਹੀਂ ਕਿ ਇੰਡੀਆ ਔਰ ਪਾਕਿਸਤਾਨ ਜਾਂ ਯੂਐਸਏ ਤੋਂ ਖਤਮ ਹੋਵੇ, ਪੂਰੀ ਦੁਨੀਆ ਤੋਂ ਇਹ ਖਤਮ ਹੋ ਜਾਏ। ਹੋਈ ਹੋਈ, ਬਿਲਕੁਲ, ਬੜਾ ਅਜ਼ਾਬ ਹੈ। ਬਿਲਕੁਲ। ਤੇ ਮੈਨੂੰ ਹੁਣ ਇਹ ਦੱਸੋ ਕਿ ਤੁਹਾਡੇ ਨਾਲ ਜਦੋਂ ਐਡਾ ਵੱਡਾ ਨਾਮ ਜੁੜਦਾ ਹੈ, ਤੁਹਾਡੇ ਫਾਦਰ ਸਾਹਿਬ ਦਾ ਜਾਂ ਤੁਹਾਡੇ ਚਾਚਾ ਜੀ ਨੇ, ਮੇਹਰ ਅਲੀ ਜੀ ਤੁਹਾਡੇ ਚਾਚਾ ਨੇ ਕਿ ਤਾਇਆ ਨੇ, ਫਿਰ ਤਾਂ ਬੋਲੋ। ਤਾਇਆ ਬੂਨੇ ਜੀ ਮੇਰੇ, ਵੱਡੇ ਤਾਇਆ ਜੀ ਨੇ। ਓਕੇ ਓਕੇ। ਤੇ ਉਹਨਾਂ ਦਾ ਜਦੋਂ ਨਾਮ ਤੁਹਾਡੇ ਨਾਲ ਜੁੜਦਾ ਹੈ ਤੇ ਕਿੰਨਾ ਕੁ ਪ੍ਰੈਸ਼ਰ ਹੁੰਦਾ ਕਿ ਓ ਮਾਈ ਗੋਡ, ਦੇ ਆਰ ਲੈਜੈਂਡ, ਦੇ ਆਰ ਲੈਜੈਂਡ ਆਫ ਕਵਾਲੀ? ਇਹ ਤੇ ਜੀ ਵਾਕਈ ਬੜਾ ਵੱਡਾ ਪ੍ਰੈਸ਼ਰ ਹੈ। ਔਰ ਅਕਸਰ ਤੁਸੀਂ ਦੇਖਿਆ ਹੋਣਾ, ਅਸਲ 'ਚ ਲੋਕ ਨਾ ਉਮੀਦਾਂ ਬਹੁਤ ਜ਼ਿਆਦਾ ਲਾ ਲੈਂਦੇ ਨੇ ਜਦੋਂ ਤੁਸੀਂ ਕਿਸੇ ਵੱਡੇ ਦੇ ਪੁੱਤਰ ਹੁੰਦੇ ਹੋ, ਔਲਾਦ ਹੁੰਦੇ ਹੋ, ਤੁਹਾਡੇ ਤੋਂ ਐਕਸਟਰਾ ਉਮੀਦ ਕਰਨ ਲੱਗ ਪੈਂਦੇ ਨੇ। ਲੇਕਿਨ ਇਹ ਵੈਸੇ ਗਲਤ ਗੱਲ ਹੈ, ਉਹਨੂੰ ਉਹਦੇ ਲੈਵਲ 'ਤੇ ਰੱਖ ਕੇ ਦੇਖਿਆ ਜਾਏ ਤਾਂ ਉਹ ਤੁਹਾਨੂੰ ਬਹੁਤ ਬਿਹਤਰ ਲੱਗੇਗਾ, ਬੜਿਆਂ ਨਾਲੋਂ ਬਿਹਤਰ ਲੱਗੇਗਾ। ਕਿਉਂਕਿ ਆਰਟ ਜਿਹੜਾ ਵੀ ਹੈ ਉਹ ਇੱਕੋ ਹੀ ਬਣਿਆ ਹੁੰਦਾ, ਉਹਦੇ ਵਰਗਾ ਦੂਜਾ ਕੋਈ ਨਹੀਂ ਹੁੰਦਾ। ਸਹੀ ਗੱਲ ਹੈ, ਔਰ ਹਰ ਆਰਟਿਸਟ ਦਾ ਆਪਣਾ ਰੰਗ ਹੁੰਦਾ। ਹਾਂਜੀ ਜੀ, ਹਰ ਉਹ ਜਦੋਂ ਜਿਹੜਾ ਮਾਲਿਕ ਨੇ, ਤੁਸੀਂ ਦੇਖੋ ਨਾ, ਫਿੰਗਰ ਪ੍ਰਿੰਟਸ ਨਹੀਂ ਮਿਲਣ ਦਿੱਤੇ ਇੱਕ ਦੂਜੇ ਦੇ ਨਾਲ, ਇੱਕ ਖਾਸ ਤਖਲੀਕ ਹੁੰਦੀ ਹੈ ਫਨਕਾਰ, ਉਹ ਕਿੱਦਾਂ ਚਲ ਜਾਵੇ ਦੂਸਰਾ ਉਹਦੇ ਨਾਲ ਦਾ, ਉਹ ਕਿਵੇਂ ਬਣਾ ਦੇਵੇ ਜਿਹਨੂੰ ਤੁਸੀਂ ਦੇਖੋ ਨਾ, ਕਿੱਡੇ ਕਿੱਡੇ ਵੱਡੇ ਲੋਕ, ਲਤਾ ਜੀ, ਮੈਡਮ ਨੂਰਜਹਾਂ ਜੀ, ਮਹਿੰਦੀ ਹਸਨ ਸਾਹਿਬ, ਗੁਲਾਮ ਅਲੀ ਸਾਹਿਬ, ਸਾਡੇ ਬਜ਼ੁਰਗ ਮੇਰੇ ਲਈ ਸ਼ੇਰ ਅਲੀ ਸਾਹਿਬ, ਜਿਹਨੂੰ ਸੱਜੇ ਖਾਨ ਸਾਹਿਬ, ਹੁਣ ਜਿਹੜਾ ਹੋਰ ਵੀ ਜਿੰਨਾ ਬਿਹਤਰ ਆ ਜਾਵੇ, ਉਹ ਇਹ ਨਹੀਂ। ਸਹੀ ਗੱਲ, ਉਹ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਬਿਲਕੁਲ ਆ ਰਹੀ ਜੀ। ਸੌਰੀ, ਓਕੇ, ਮੈਂ ਨਾਲ ਨਾਲ ਦੇਖੋ ਜੀ, ਮੈਂ ਸੌਰੀ ਗੱਲ ਕੱਟ ਰਹੀ ਹਾਂ, ਨਾਲ ਕੋਵਿਡ ਕਰਕੇ ਹਲੇ ਵੀ ਅਸੀਂ ਕਰੋਨਾ ਦੇ ਪੈਂਡੈਮਿਕ ਦੀ ਅਸੀਂ ਪੂਰੀ ਰੂਲ ਫਾਲੋ ਕਰ ਰਹੇ ਹਾਂ। ਸਟਾਫ ਹਲੇ ਅਸੀਂ ਅਲਾਊਡ ਨਹੀਂ ਕੀਤਾ ਕਿਉਂਕਿ ਮੈਂ ਥੋੜ੍ਹੀ ਹੈਲਥ ਕੌਨਸ਼ੀਅਸ ਜ਼ਿਆਦਾ, ਅਤੇ ਕੋਸ਼ਿਸ਼ ਕਰ ਰਹੇ ਹਾਂ ਆਪ ਹੀ ਸਭ ਕੁਛ ਕਰੀਏ, ਆਪ ਹੀ ਕੈਮਰਾਮੈਨ, ਆਪ ਹੀ ਲਾਈਟਮੈਨ ਔਰ ਆਪ ਹੀ ਸਾਊਂਡ,
ਸਾਊਂਡਮੈਨ ਹੈਗੇ ਤੇ ਅਗਰ ਸਰ ਤੋਂ ਕੋਈ ਗਲਤੀ ਹੋਵੇ ਤੇ ਜ਼ਰੂਰ ਪਹਿਲੇ ਮਾਫੀ ਦੇਣਾ ਸਾਰੇ ਜਾਣੇ ਜਿਹੜੇ ਦੇਖ ਰਹੇ। ਇਜਾਜ਼ ਜੀ ਤੁਸੀਂ ਕਹਿ ਰਹੇ ਸੀ ਬੜੀ ਵੱਡੀ ਗੱਲ ਕੀਤੀ ਤੁਸੀਂ ਕਿ ਵਾਕਈ ਹੀ ਇੱਕੋ ਇੱਕੋ ਮਾਂ ਦੀ ਔਲਾਦ ਜੇ ਇੱਕੋ ਜਿਹੀ ਨਹੀਂ ਹੋ ਸਕਦੀ, ਥੰਮ ਵੀ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਤੇ ਫਿਰ ਲੋਕਾਂ ਦੀ ਐਕਸਪੈਕਟੇਸ਼ਨ ਹੋ ਜਾਂਦੀ ਜੀ ਇਹ ਫਲਾਣੇ ਬੰਦੇ ਦਾ ਮੁੰਡਾ ਹੈ, ਇਹ ਅਮਿਤਾਭ ਬੱਚਨ ਦਾ ਮੁੰਡਾ ਹੈ, ਇਹ ਦਿਲੀਪ ਕੁਮਾਰ ਦਾ ਹੈਗਾ, ਤੇ ਉਹ ਚਾਹੁੰਦੀ ਕਿ ਧਰਮਿੰਦਰ ਦਾ ਮੁੰਡਾ ਹੈ, ਕਿ ਉਹ ਉਸੇ ਲੈਵਲ ਤੇ ਜਾਵੇ, ਕਈ ਵਾਰੀ ਬਹੁਤ ਮੁਸ਼ਕਿਲ ਹੋ ਜਾਂਦਾ। ਔਰ ਅੱਜ ਮੈਂ ਤੁਹਾਡੇ ਤੋਂ ਇੱਕ ਚੀਜ਼ ਲਰਨ ਕੀਤੀ ਹੈ ਕਿ ਵਾਕਈ ਹੀ ਕਿਸੇ ਨੂੰ ਉਹਦੇ ਖਾਨਦਾਨ ਦੇ ਨਾਂ ਤੋਂ ਜੱਜ ਨਹੀਂ ਕੀਤਾ ਜਾਣਾ, ਉਹਦੀ ਆਪਣੀ ਇੰਡੀਵਿਜੁਅਲਿਟੀ ਕਹਿ ਸਕਦੇ ਆ ਹਿਸਾਬ ਨਾਲ ਦੇਖੋ ਨਾ। ਦੇਖੋ ਇੱਕ ਬੰਦੇ ਦੇ 50 ਸਾਲ ਲੱਗੇ ਨੇ, ਇੱਕ ਬੱਚਾ ਅਜੇ ਸ਼ੁਰੂ ਹੋਇਆ ਹੈ, ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਉਹਦੇ ਲੈਵਲ ਤੇ ਲੈ ਜਾਓ ਕਿ ਉਸ ਤੋਂ ਬਿਹਤਰ ਹੋਵੇ ਕਿਸੇ ਬੰਦੇ ਦੇ। ਮੈਂ ਇਸ ਗੱਲ ਨੂੰ ਰੋਂਗ ਮੰਨਦਾ, ਕਿਉਂਕਿ ਉਹ ਵੈਸੇ ਆਪਣੇ ਆਪ ਨੂੰ ਵੀ ਇਸ ਮਾਮਲੇ 'ਚ ਮੈਂ ਰਿਲੈਕਸ ਕਰਨ ਦੇ ਕਿ ਕਰਨਾ ਕਿ ਚਲੋ ਮੇਰਾ ਬੋਝ ਇਸ ਗੱਲ ਸੋਚ ਕੇ ਜ਼ਰਾ ਹਲਕਾ ਹੋ ਜਾਂਦਾ, ਮੈਂ ਲੋਕਾਂ ਨੂੰ ਵੀ ਸਮਝਾ ਦਿੰਦਾ, ਪ੍ਰੈਸ਼ਰ ਮੇਰਾ ਜਿਹੜਾ ਉਹ ਥੋੜ੍ਹਾ ਜਿਹਾ ਘੱਟ ਹੋ ਜਾਂਦਾ ਇਸ ਮਾਮਲੇ। ਕੋਈ ਗੱਲ ਨਹੀਂ, ਅੱਜ ਅਸੀਂ ਤੁਹਾਨੂੰ ਸਿਰਫ ਤੁਹਾਡੇ ਨਾਂ ਤੋਂ ਹੀ ਸੁਣਾਂਗੇ ਸਰ, ਸਾਡੇ ਲਈ ਅੱਜ ਸਿਰਫ ਇਜਾਜ਼ ਭਾਈ ਨੇ, ਉਹ ਬਰਕਤ ਹੈ ਮੇਰੇ ਨਾਮ ਦੇ ਨਾਲ, ਮੇਰੀ ਉਹ ਪਹਿਚਾਣ ਹੈ, ਤੇ ਉਸ ਨਾਮ ਤੇ ਸਦਕਾ ਮੈਂ ਹੈਗਾ ਅੱਜ ਤੁਹਾਡੇ ਲੋਕਾਂ ਦੇ ਦਰਮਿਆਨ ਜੇ ਮੈਂ ਹੈਗਾ, ਤੇ ਉਹਨਾਂ ਦੇ ਉਹ ਉਸੇ ਨਾਮ ਦਾ ਸਦਕਾ। ਬਿਲਕੁਲ ਜ਼ਰੂਰ ਜੀ, ਜ਼ਰੂਰ ਉਹ ਬਿਲਕੁਲ ਮੈਂ ਜ਼ਰੂਰ ਜੀ ਉਹਨਾਂ ਦਾ ਤੁਹਾਡਾ ਸਲਾਮ ਜਿਹੜਾ। ਤੇ ਹੁਣ ਅੱਜ ਦੀ ਸ਼ਾਮ ਦੀ ਸ਼ੁਰੂਆਤ ਕਰੀਏ, ਤੁਹਾਡੀ ਸ਼ਾਮ ਤੇ ਸਾਡੀ ਦੁਪਹਿਰ। ਅੱਛਾ ਜੀ, ਮੈਂ ਜੀ ਤੁਹਾਨੂੰ ਸ਼ਾਹ ਹੁਸੈਨ ਸਾਹਿਬ ਦੀ ਕਾਫੀ ਸੁਣਾ ਰਿਹਾ, ਪਰ ਮੇਰੇ ਹਾਲ ਦਾ ਮਹਿਰ ਕੀ ਬਾਤ, ਕੋਈ ਗਲਤੀ ਗੁਸਤਾਖੀ ਹੋਵੇ ਕੋਈ ਉਹ ਮੈਂ ਉਹਦੀ ਮਾਜ਼ਰਤ ਚਾਹੁੰਦਾ, ਤੇ ਕਿਉਂਕਿ ਸਾਰੇ ਜਿੰਨੇ ਲੋਕ ਸੁਣਨ ਵਾਲੇ ਮੈਂ ਸਭ ਤੋਂ ਇਜਾਜ਼ਤ ਚਾਹੁੰਦਾ। ਰੱਬਾ ਮੇਰੇ ਹਾਲ ਦਾ ਮੈਂ ਹੈਰਾਨ, 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 ਰੱਬਾ ਮੇਰੇ ਹਾਲ ਦਾ ਮੈਂ ਹੈਰਾਨ। ਰੱਬਾ
मेरे आदा मेरा मुसु मेरा मुसु मेरा मुसु अंदर तू बाहर तू अंदर तू बाहर तू अंदर तू बाहर तू रोम रोम तू रब्बा मेरे हालदा मेहरबानी रब्बा मेरे हालदा मेहरबानी तू रब्बा मेरे रब्बा मेरे कहे हुसैन फकीर कहे हुसैन फकीर कहे हुसैन फकीर फकीर तुम्हारा मैं नाही सब तू रब्बा मेरे हालदा मेहरब तू रब्बा मेरे हालदा मेहरब तू रब्बा मेरे हालदा मेहरब तू रब्बा मेरे हालदा
क्या बात, जबरदस्त शुरुआत प्रोग्राम दी। और जिस तरह मैं शुरुआत की थी इंट्रोडक्शन की, वर्सटैलिटी इन्हों की जी थ्रो है और कंट्रोल है वॉइस का, वो कमाल है। हालांकि जेडे कवालियां करते हैं वो इन्ना लाउड गाना होंदा और पूरा उचले उत्ते सुरते जाके गाना होंदा, उस तो बाद भी गले का आकार तुहाडा बहुत अच्छा है और जो तो सॉफ्ट गांदे हो तो बड़ी सॉफ्ट वॉइस आती है। ये बस एक करम है जी, कोई दुआ है बुजुर्गों की दुआवां और बंदे का अपना कोई कोई कमाल नहीं किसी किस्म का नहीं। एवं बंदा कभी कहने ने जी है हुणे शेर में पढ़िया कि कहे हुसैन फकीर नु माणा मैं ना ही सब तू। क्या बात, सही गल है। कुछ भी नहीं है ते कोई गल नहीं अपने ते उदा ही कमाल है सारा ए जे कि समझ ले। सही गल है। तो साडी ऑडियंस की कह रही है, तुसी रब दा नाल है ते रहना। राहुल जी वैष्णो देवी तो लिख रहे ने, एजाज सर स्टार्टिंग ही बहुत वधिया है ते हारमोनियम ते फैंटास्टिक है। हारमोनियम कमाल है। ते साडा दूजा धार्मिक शहर जेड़ा है अमृतसर तो शैंपी मक्कर जी सत श्री अकाल लिख रहे, वो वॉच कर रहे ने। पिंकी पारस जी तुहानू वॉच कर रहे ने। इमरान सूफी सिंगर बहुत खूब, एजाज भाई जान मैं भी तुहानू जानते ने। ते हौली हौली साडी ऑडियंस सानू नाल जुड़ रही है। जिवें मोनी ने हुणे दस्सिया कि तुसी बहुत वड्डे कवाल फैमिली चो बिलोंग, कदों किन्नी जनरेशन तो तुसी ये गांदे आ रहे हो कवालियां? या जिहड़ी कवाली दी जनरेशन है पहली ਸਾਡੇ ਸਾਡੀ ਹੁਣ ਦੂਜੀ ਸ਼ੁਰੂ ਹੋ ਗਈ ਜਿਹੜੇ, ਕਿਉਂਕਿ ਅਸੀਂ ਵੀ ਜਿਹੜਾ ਮਾਈਗ੍ਰੇਟ ਕਰਕੇ ਇੰਡੀਆ ਤੋਂ ਹੀ ਪਾਕਿਸਤਾਨ ਆਏ ਹਾਂ। ਸਾਡੇ ਜਿਹੜੇ ਬਜ਼ੁਰਗ ਸਨ ਔਰ ਰਾਜਾ ਨਰਪਾਲ ਸਿੰਘ ਦੇ ਪਟਿਆਲੇ ਤੋਂ ਉਹਨਾਂ ਦੀ ਰਿਆਸਤ ਸੀ ਉੱਥੇ, ਉਹਦੇ ਸਰਕਾਰੀ ਗਵਈਏ ਸਨ ਖਾਸ ਇਬਰਾਹੀਮ ਬਖਸ਼ਾਂ, ਅਜ਼ੀਮ ਬਖਸ਼ਾਂ, ਚਲਵਾੜਾ ਵੀ ਸਾਡਾ ਘਰਾਣਾ, ਪਟਿਆਲਾ ਵੀ ਕਹਿ ਲਓ। ਅਤੇ ਉਹਦੀ ਵਜ੍ਹਾ ਨਾਲ ਸਾਡੇ ਜਿਹੜੇ ਅੱਗੋਂ ਇੱਥੇ ਪਾਕਿਸਤਾਨ 'ਚ ਆਏ ਅਤੇ ਫਿਰ ਮੇਰੇ ਦਾਦਾ ਅੱਬੂ ਔਰ ਮੇਰੇ ਅੱਬੂ ਉਹਨਾਂ ਨੇ ਕਵਾਲੀ ਜਿਹੜੀ ਸਟਾਰਟ ਕੀਤੀ, ਸ਼ੁਰੂ ਕੀਤੀ, ਕਿਉਂਕਿ ਉਦੋਂ ਕਲਾਸੀਕਲ ਨੂੰ ਐਡੀ ਪਜ਼ੀਰਾਈ ਨਹੀਂ ਸੀ ਉੱਥੇ। ਅਤੇ ਫਿਰ ਉਹ ਕਿਉਂਕਿ ਵਕਤ ਐਸਾ ਸੀਗਾ, ਜ਼ਰੂਰਤ ਸੀਗੀ ਕਿ ਘਰ ਚਲਾਉਣਾ ਸੀ ਹਰ ਤਰ੍ਹਾਂ, ਉੱਥੋਂ ਮਾਈਗ੍ਰੇਟ ਕਰਕੇ ਅਤੇ ਕਸੂਰ ਆ ਗਏ ਸਨ, ਰਾਜਾ ਜੰਗ ਉੱਥੇ ਇੱਕ ਪਿੰਡ ਹੈ, ਅਤੇ ਸਾਡੇ ਬਜ਼ੁਰਗ ਉੱਥੇ ਆ ਗਏ। ਉੱਥੋਂ ਫਿਰ ਕਵਾਲੀ ਦਾ ਬਾਬਾ ਬੁੱਲੇ ਸ਼ਾਹ ਦੀ ਨਗਰੀ ਤੋਂ ਇਹਦਾ ਜਿਹੜਾ ਸਟਾਰਟ ਲਿਆ, ਸ਼ੁਰੂ ਕੀਤੀ ਉੱਥੋਂ ਬਾਅਦ। ਐਕਚੁਅਲੀ ਤੁਹਾਡੀ ਇਹ ਥਰਡ ਜਨਰੇਸ਼ਨ ਹੈ, ਪੁੱਛੋ ਕਿਉਂ, ਕਿਉਂਕਿ ਅਲੀ ਬ੍ਰਦਰਸ ਨੇ ਜਿਹੜੇ ਉਹਦੀ ਯੰਗੈਸਟ ਬੱਚੇ ਤੁਹਾਡੇ ਖਾਨਦਾਨ ਦਾ ਨਾਮ ਰੋਸ਼ਨ ਕਰ ਰਹੇ ਨੇ। ਬੇਦਬੂ ਜੀ ਉਹ ਵੀ ਮਾਸ਼ਾਅੱਲਾ, ਸਾਡੇ ਜੀ ਬੜੀ ਖੁਸ਼ੀ ਹੈ। ਸਾਡੇ ਅੱਧੇ ਜੀ ਅਜੇ ਉੱਥੇ ਬੈਠੇ ਨੇ ਜੀ ਪੰਜਾਬ 'ਚ, ਸਾਰਾ ਘਰ ਸਾਡਾ ਪਰਿਵਾਰ ਬੜੇ ਜੀ ਬੈਠੇ ਨੇ ਸਾਡੇ, ਮਾਸ਼ਾਅੱਲਾ ਉਹ ਸਾਰੇ ਦੇਖੋ ਜੀ ਬੜਾ ਵਧੀਆ ਗਾ ਰਹੇ ਨੇ ਅੱਜ ਕੱਲ੍ਹ। ਅਸੀਂ ਇੱਥੇ ਪ੍ਰਦੇਸ਼ 'ਚ ਬੈਠੇ ਹਾਂ ਅਮੈਰੀਕਾ, ਲੇਕਿਨ ਮੇਰੇ ਸਾਨੂੰ ਹਿੰਦੁਸਤਾਨ ਪਾਕਿਸਤਾਨ ਕੋਈ ਫਰਕ ਨਹੀਂ ਹੈ ਸਾਡੇ ਲਈ, ਇੱਧਰ ਦਾ ਪੰਜਾਬ ਉੱਧਰ ਦਾ ਪੰਜਾਬ, ਸਾਡੀ ਬੋਲੀ ਇੱਕ ਹੈ, ਸਾਡਾ ਸਾਡਾ ਖਾਣਾ ਪਾਣਾ ਇੱਕ ਹੈ, ਸਾਡਾ ਸਾਡਾ ਸੰਗੀਤ ਇੱਕ ਹੈਗਾ। ਸੋ ਇਹ ਬਸ ਇੱਕ ਲਕੀਰ ਜੀ ਹੈ, ਲੇਕਿਨ ਸੰਗੀਤ ਕਰਕੇ ਸਾਡੇ ਵਿੱਚ ਲਕੀਰ ਵੀ ਨਹੀਂ ਹੈਗੀ, ਇਸ ਕਰਕੇ ਅੱਜ ਅਸੀਂ ਦੋਵੇਂ ਇੱਕੋ ਸਕਰੀਨ ਤੇ ਬੈਠੇ ਹਾਂ। ਹਾਂ, ਇਹ ਕੋਈ ਸ਼ੱਕ ਨਹੀਂ, ਔਰ ਕੋਈ ਅਸੀਂ ਤੇ ਜੀ ਦੁਆ ਕਰਦੇ ਹਾਂ ਕਿ ਇਹ ਜਿਹੜੇ ਇਹ ਵੀ ਹਲੇ ਵੀ ਜਿਹੜੇ ਫਰਕ ਨੇ ਅੱਲਾ ਕਿਤੇ ਵੀ ਦੂਰ ਹੋ ਜਾਣ, ਤੇ ਅਸੀਂ ਇੱਕੋ ਹੀ ਹੈਗੇ, ਸਾਡੇ 'ਚ ਤਾਂ ਕੋਈ ਫਰਕ ਹੀ ਨਹੀਂ ਜੀ। ਅੱਜ ਜਦੋਂ ਵੀ ਜਾਂਦੇ ਨਾ ਜੀ ਉੱਦਾਂ ਤੇ ਮਾਲਿਕ ਪੂਰੀ ਦੁਨੀਆਂ ਵਿਖਾਈ ਹੈ ਸਾਨੂੰ, ਹਰ ਜਗ੍ਹਾ ਹੀ ਲੈ ਗਿਆ ਉਹਦੇ ਕਰਮ ਨਾਲ, ਹਰ ਪਾਸੇ ਗਏ ਹਾਂ। ਲੇਕਿਨ ਜਦੋਂ ਵੀ ਇੰਡੀਆ ਗਏ ਹਾਂ ਤੁਸੀਂ ਯਕੀਨ ਕਰੋ, ਸਪੈਸ਼ਲੀ ਪੰਜਾਬ ਵਿੱਚ ਇੰਨਾ ਪਿਆਰ ਮਿਲਿਆ, ਇੰਨਾ ਮਾਣ ਸਨਮਾਨ ਹੋਇਆ, ਇੰਨੀ ਮੁਹੱਬਤ ਹੋਈ ਹੈ ਕਿ ਦਿਲ ਨਹੀਂ ਕੀਤਾ ਉੱਥੋਂ ਆਉਣ ਨੂੰ ਕਿ ਯਾਰ ਬਸ ਇੱਥੇ ਰਹਿ ਜਾਈਏ, ਇੰਨੇ ਪਿਆਰ ਵਾਲੇ ਜੀ, ਇੰਨੇ ਪਿਆਰ ਨਾਲ ਸੁਣਿਆ ਬਸ ਜੀ। ਬਿਲਕੁਲ, ਔਰ ਮੈਂ ਇੱਥੋਂ ਹੀ ਤੁਹਾਡੀ ਸ਼ੁਰੂਆਤ ਕਰਾਂਗੀ ਕਿ ਤੁਹਾਡੀ ਲਾਈਫ ਦਾ ਕਦੋਂ ਇਹ ਟਾਈਮ ਆਇਆ, ਕਿਉਂਕਿ ਅਫਕੋਰਸ ਅਸੀਂ ਆਪਣੇ ਫਾਦਰ ਸਾਹਿਬ ਨੂੰ ਔਰ ਆਪਣੇ ਤਾਇਆ ਸਾਹਿਬ ਤਾਇਆ ਜੀ ਨੂੰ ਸੰਗਤ ਕਰਦੇ ਸੀਗੇ, ਸੰਗਤ ਹੀ ਕਹਿੰਦਾ ਹੈ ਨਾ, ਤੇ ਸਾਥ ਕਰਦੇ ਸੀਗੇ ਉਹਨਾਂ ਨਾਲ ਕਵਾਲੀ ਦੇ। ਏਦਾਂ ਕਦੋਂ ਮੌਕਾ ਮਿਲਿਆ ਕਿ ਤੁਹਾਨੂੰ ਇੱਕਦਮ ਸਡਨਲੀ ਕਹਿਤਾ ਕਿ ਬਈ ਹੁਣ ਤੂੰ ਗਾਣਾ ਸ਼ੁਰੂ ਕਰ ਦੇ, ਜਾਂ ਮੈਂ ਯੂ ਨੋ ਫਸਟ ਤੁਹਾਡੀ ਪਰਫਾਰਮੈਂਸ ਕਦੋਂ ਸੀ? ਐਕਚੁਲੀ ਜੀ ਮੈਂ ਮੇਰਾ ਜਿਹੜਾ ਸਟਾਰਟ ਹੋਇਆ ਕਵਾਲੀ 'ਚ, ਵੈਸੇ ਤੇ ਅੱਖਾਂ ਇਸ ਕੰਮ 'ਚ ਹੀ ਖੁੱਲੀਆਂ, ਜਦੋਂ ਅੱਖਾਂ ਹੋਸ਼ ਆਈਏ ਤੇ ਮੈਨੂੰ ਬੜੀ ਛੋਟੀ ਜਿਹੀ ਤਸਵੀਰ ਸੀ ਮੇਰੀ, ਉਹ ਮੈਨੂੰ ਕਿਤੇ ਲੱਭ ਜਾਂਦੀ ਤੇ ਮੈਂ ਤੁਹਾਨੂੰ ਦੱਸਦਾ, ਉਹ ਮੇਰਾ 2-3 ਸਾਲ ਦਾ ਤੇ ਮੈਂ ਵਾਜੇ ਦੇ ਉੱਤੇ ਬੈਠਾ ਹਾਂ, ਤਿੰਨ ਮੈਨੂੰ ਕਿ ਮੇਰੇ ਕੋਲ ਹੀ ਵਾਜਾ ਰਵੇ, ਤੇ ਉਹ ਇੱਕ ਮਿਊਜ਼ਿਕ ਅਰਾਊਂਡ ਸੀ ਸਾਡੇ ਉਸ 24 ਘੰਟੇ ਸੁਣਨਾ, ਉਹ ਵਕਤ ਐਸਾ ਸੀਗਾ।
ਫਿਰ ਜਦੋਂ ਮੈਂ ਸਟਾਰਟਿੰਗ ਕੀਤੀ ਹੈ ਮੈਂ 2002 ਦੇ ਵਿੱਚ ਮੈਂ ਪ੍ਰੋਫੈਸ਼ਨਲੀ ਆਪਣੇ ਵਾਲਦ ਸਾਹਿਬ ਦੇ ਨਾਲ ਕਵਾਲੀ 'ਚ ਮੈਂ ਆ ਗਿਆ 17 ਜੂਨ ਮੈਨੂੰ ਡੇਟ ਵੀ ਯਾਦ ਹੈ ਬੜੀ ਐਗਜੈਕਟ ਅਤੇ ਪਹਿਲਾ ਪ੍ਰੋਗਰਾਮ ਮੈਂ ਅਤੇ ਉਦੋਂ ਮੈਂ ਹਾਲਾਂਕਿ ਮੈਂ ਗਾਉਂਦਾ ਸੀ ਉਸ ਤੋਂ ਪਹਿਲੇ ਸਕੂਲ ਲੈਵਲ 'ਤੇ ਮੇਰੇ ਭਾਈ ਆਬਦ ਅਤੇ ਮੈਂ ਅਸੀਂ ਦੋਨੋਂ ਕਵਾਲੀ ਵੀ ਕਰਦੇ ਸੀ ਪਰਫੋਰਮੈਂਸ ਵੀ ਕਰਦੇ ਸੀ ਅਲੈਦਾ ਤੋਂ ਲੇਕਿਨ ਜਦੋਂ ਆਪਣੇ ਬਜ਼ੁਰਗਾਂ ਦੇ ਨਾਲ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਤੂੰ ਅੱਗੇ ਨਹੀਂ ਬਹਿਣਾ ਤੂੰ ਗਾਣਾ ਨਹੀਂ ਹਲੇ ਪਿੱਛੇ ਬਹਿ ਔਰ ਪਿੱਛੇ ਬਹਿ ਕੇ ਤਾਲੀ ਮਾਰ ਕੋਰਸ ਸਿੰਗਰ ਬਣ ਪਹਿਲੇ ਉਹ ਜਿਹੜੀ ਹੈ ਨਾ ਉਹ ਪ੍ਰੈਕਟਿਸ ਕਰ ਉੱਥੋਂ ਫਿਰ ਅੱਗੇ ਆਉਣਾ ਮੈਂ ਤਕਰੀਬਨ ਕੋਈ 1.5 ਸਾਲ ਜਿਹੜਾ ਮੈਂ ਪਿੱਛੇ ਬਹਿ ਕੇ ਤਾਲੀ ਮਾਰਦਾ ਰਿਹਾ ਉਹਨਾਂ ਨੂੰ ਬੋਲ ਕਹਿੰਦਾ ਰਿਹਾ 1.5 ਸਾਲ ਬਾਅਦ ਮੇਰੇ ਮਾਈਕ ਲੱਗਾ ਅੱਗੇ ਅਤੇ ਉਹ 1.5 ਸਾਲ ਬਾਅਦ ਮਾਈਕ ਲੱਗਣ ਤੋਂ ਬਾਅਦ ਵੀ ਮੈਨੂੰ ਤਕਰੀਬਨ ਕੋਈ 1 ਸਾਲ ਜਿਹੜਾ ਲੱਗਾ ਕਾਫੀ ਝਿੜਕਾਂ ਖਾਧੀਆਂ ਕਾਫੀ ਗਾਲਾਂ ਖਾਧੀਆਂ ਉਹਨਾਂ ਕੋਲੋਂ ਮੈਦਾਨ ਦੇ ਵਿੱਚ ਵੀ ਅਤੇ ਉਹ ਫਿਰ ਜਾ ਕੇ ਕਿਤੇ ਫਿਰ ਇਹ ਵਕਤ ਆਇਆ ਕਿ ਉਹਨਾਂ ਨੇ ਜਿਹੜਾ ਨਾ ਐਪਰੀਸ਼ੀਏਟ ਕਰਨਾ ਸ਼ੁਰੂ ਕੀਤਾ ਥੋੜ੍ਹਾ ਥੋੜ੍ਹਾ ਕਿ ਹੁਣ ਤੈਨੂੰ ਕੋਈ ਸਮਝ ਲੱਗੀ ਹੈ ਫਿਰ ਜਾ ਕੇ 2012 'ਚ ਮੇਰੇ 'ਤੇ ਇੱਕ ਜਿਹੜਾ ਵਕਤ ਆਇਆ ਪਹਿਲੀ ਵਾਰੀ ਜਦੋਂ ਮੈਂ ਐਸਾ ਕੋਈ ਟਾਈਮ ਆਇਆ ਕਿ ਮੈਨੂੰ ਪਰਫੋਰਮੈਂਸ ਦਾ ਮੌਕਾ ਮਿਲਿਆ ਔਰ ਉਹ ਵੀ ਮੈਨੂੰ ਆਪਣੇ ਵਾਲਦ ਸਾਹਿਬ ਦੀ ਸੀਟ 'ਤੇ ਬਹਿਣ ਦਾ ਅਤੇ ਉਹ 2012 'ਚ ਸੀ ਇੰਡੀਆ ਪੰਜਾਬ 'ਚ ਆਏ ਉਹ ਪਹਿਲੇ ਅਸੀਂ ਆ ਗਏ ਸੀ ਉੱਥੇ ਦਿੱਲੀ ਆਏ ਹਾਂ ਉਸ ਤੋਂ ਬਾਅਦ 2012 'ਚ ਆਉਣਾ ਹੋਇਆ ਅਤੇ ਸਾਡੇ ਬਠਿੰਡੇ ਸਾਡਾ ਪ੍ਰੋਗਰਾਮ ਸੀਗਾ ਅਤੇ ਉਹ ਬਠਿੰਡੇ ਤੋਂ ਬਾਅਦ ਇੱਕ ਹੋਰ ਜਗ੍ਹਾ ਵੀ ਸੀਗਾ ਜਾਣਾ ਆਪਣਾ ਉਦੇਸੀਆਂ ਪਤਨੀ ਪਿੰਡ ਦਾ ਨਾਮ ਹੈ ਉੱਥੇ ਵੀ ਪਰਫੋਰਮ ਲੇਕਿਨ ਉਹ ਜਾਣਾ ਸੀ ਵਾਲਦ ਸਾਹਿਬ ਦੀ ਲੱਤ ਫ੍ਰੈਕਚਰ ਹੋ ਗਈ ਤੋ ਅਨਫੋਰਚੁਨੇਟਲੀ ਉਹ ਫਿਰ ਐਸਾ ਵਾਕਿਆ ਸੀ ਕਿ ਵਾਲਦ ਸਾਹਿਬ ਇੰਡੀਆ ਨਾ ਆ ਸਕੇ ਮੈਨੂੰ ਜਾਣਾ ਪਿਆ ਉਸ ਸੀਟ 'ਤੇ ਮੈਨੂੰ ਫਿਰ ਬੈਠ ਕੇ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬੜਾ ਮੈਨੂੰ ਇੱਕ ਮੇਰੇ ਵਾਸਤੇ ਪ੍ਰੈਸ਼ਰ ਸੀ ਔਰ ਬੜਾ ਇੱਕ ਇਜ਼ਾਜ਼ ਵੀ ਮੇਰੇ ਵਾਸਤੇ ਬਹੁਤ ਸੀ ਅਤੇ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਨੂੰ ਪਹਿਲੀ ਵਾਰੀ ਔਰ ਉੱਤੋਂ ਜਾਣਾ ਪਰਫੋਰਮ ਵੀ ਸਿੱਧਾ ਇੰਡੀਆ ਹੀ ਜਿੱਥੇ ਮਾਸ਼ਾਅੱਲਾ ਸਾਰੇ ਹੀ ਕੰਮ ਕਰਨ ਵਾਲੇ ਜੀ ਸਾਰੇ ਮਿਊਜ਼ਿਕ ਨੂੰ ਸਮਝਦੇ ਔਰ ਸਾਡਾ ਇਹ ਕਹਿਣ ਵਾਲੀ ਸੀ ਕਿ ਕਿਹੜੇ ਕਿਹੜੇ ਤੁਹਾਨੂੰ ਸੁਣਨ ਵਾਲਾ ਕੌਣ ਕੌਣ ਬੈਠਾ ਸੀ ਉੱਥੇ ਜੀ ਮਾਸ਼ਾਅੱਲਾ ਅੱਬਲ ਤੇ ਸਾਡਾ ਸਾਰਾ ਪਹਿਲੇ ਤੇ ਕਬੀਲਾ ਆਇਆ ਹੋਇਆ ਸੀਗਾ ਖਾਨਦਾਨ ਸਾਰਾ ਹੀ ਫਿਰ ਸਦੂਰ ਸਿਕੰਦਰ ਜੀ ਭਾਜੀ ਹੰਸ ਰਾਜ ਜੀ ਮਹਾਰਾਜ ਉਹ ਵੀ ਸਾਰੇ ਔਰ ਉਸ ਤੋਂ ਬਾਅਦ ਸਾਬਰ ਕੋਟੀ ਜੀ ਔਰ ਮੁਹੰਮਦ ਜੀ ਔਰ ਮਾਸ਼ਾ ਅਲੀ ਔਰ ਸਾਰੇ ਮੁੰਡੇ ਸੁਰਿੰਦਰ ਖਾਨ ਮੈਂ ਕਹਿੰਦਾ ਜੀ ਭਰਿਆ ਪਿਆ ਸਾਰਾ ਪੰਡਾਲ ਸਾਰੇ ਗਾਣ ਵਜਾਣ ਵਾਲੇ ਅਤੇ ਬੂਟਾ ਜੀ ਵੀ ਹਾਂਜੀ ਸਾਰੇ ਜੀ ਸਾਰੇ ਸਾਡੇ ਨਾਲ ਬੜੀ ਮੁਹੱਬਤ ਉਹ ਸਾਡੇ ਕੋਲ ਹੀ ਉੱਥੇ ਰਹਿਣਾ ਉਹਨਾਂ ਨੇ ਜਦੋਂ ਹੀ ਲੇਕਿਨ ਉਹ ਜਦੋਂ ਮੈਂ ਸ਼ੁਰੂ ਹੋਇਆ ਅਤੇ ਉਹ ਫਿਰ ਇੱਕ ਪਰਫੋਰਮੈਂਸ ਦੇ ਡਿਊਰਿੰਗ ਪਰਫੋਰਮੈਂਸ ਬ੍ਰੇਕ ਸੀ ਆਈ ਅਤੇ ਉਹਦੇ 'ਚ ਉਹਨਾਂ ਨੇ ਸਦੂਲ ਭਾਅ ਜੀ ਨੇ ਅਨਾਊਂਸ ਕੀਤੀ ਕਿ ਅਸੀਂ ਬੜੇ ਪਰੇਸ਼ਾਨ ਸੀ ਕਿ ਖਾਨ ਸਾਹਿਬ ਨਹੀਂ ਆਏ ਅਤੇ ਕੀ ਬਣੇਗਾ ਵੱਡੇ ਖਾਨ ਸਾਹਿਬ ਜਿਹੜੇ ਕਿਉਂਕਿ ਉਹ ਜੁੜਾ ਮਾਸ਼ਾਅੱਲਾ ਮੇਰੇ ਲਈ ਸ਼ੇਰ ਅਲੀ ਸਾਹਿਬ ਦੋਨੋਂ ਇਕੱਠੇ ਨੇ ਸ਼ੇਰ ਅਲੀ ਸਾਹਿਬ ਦੇ ਬਗੈਰ ਮੇਰੇ ਲਈ ਸਾਹਿਬ ਇਕੱਲੇ ਨੇ ਅਤੇ ਮੇਰੇ ਲਈ ਸਾਹਿਬ ਤੋਂ ਬਗੈਰ ਸ਼ੇਰ ਅਲੀ ਸਾਹਿਬ ਇਕੱਲੇ ਨੇ ਇਹ ਦੋਵੇਂ ਇੱਕ ਜੁਜ਼ ਨੇ ਨਾ ਇਕੱਠੀਆਂ ਸੰਗਤ ਬਿਲਕੁਲ ਅਤੇ ਉਹ ਜਦੋਂ ਨਾਲ ਮੈਂ ਗਿਆ ਅਤੇ ਉਹ ਤਾਂ ਨਹੀਂ ਮੈਂ ਬਣ ਸਕਦਾ ਕਦੀ ਜ਼ਿੰਦਗੀ 'ਚ ਲੇਕਿਨ ਉਹਨਾਂ ਨੇ ਉਹਨਾਂ ਦੇ ਮੈਨੂੰ ਬੜਾ ਹੌਸਲਾ ਅਫਜ਼ਾਈ ਐਪਰੀਸ਼ੀਏਟ ਕੀਤਾ ਕਿ ਕਹਿੰਦੇ ਜੀ ਅੰਬ ਦੀ ਥਾਂ ਅੰਬ ਹੈ ਅਤੇ ਬੜੀਆਂ ਦੁਆਵਾਂ ਦਿੱਤੀਆਂ ਉਹਨਾਂ ਨੇ ਕਿ ਜੀ ਪਰੇਸ਼ਾਨ ਸੀਗੇ ਕਿ ਕੀ ਬਣਨਾ ਲੇਕਿਨ ਅੱਲਾ ਨੇ ਬੜਾ ਸੋਹਣਾ ਸਾਡਾ ਸਬੱਬ ਲਾ ਦਿੱਤਾ ਇਹ ਬੱਚੇ ਨੂੰ ਵੀ ਅੱਲਾ ਨੇ ਪਿਆਰ ਕਰ ਲਿਆ ਇਹ ਬੜੀ ਔਰ ਸਰਦੂਲ ਜੀ ਤੋਂ ਤਾਰੀਫ ਕਰਵਾਉਣੀ ਬੜੀ ਵੱਡੀ ਗੱਲ ਹੈ ਸਾਡੇ ਪੰਜਾਬ ਦੀ ਔਰ ਘਰਾਣੇ ਦੀ ਆਨ ਬਾਨ ਸ਼ਾਨ ਨੇ ਸਰਦੂਲ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ ਜੀ ਮੈਨੂੰ ਬਿਲਕੁਲ ਯਾਦ ਪੰਜਾਬੀ ਸੀ ਜੀ ਚਲੋ ਮੈਂ ਤੁਹਾਨੂੰ ਪੰਜਾਬੀ ਸੁਣਾਉਣਾ ਜੀ ਕੋਈ ਸੂਰ ਦੱਸਿਆ ਚਲਾ ਗਿਆ ਵਿਛੋੜਾ ਪਾ ਕੇ Thank you.
कसूर दसिया कोई ना कसूर दसिया चला गया छोड़ा था कोई ना कसूर दसिया चला गया छोड़ा पाके 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 माया तेरी पैर हुए हाय हाय रे माया तेरी पैर हुए कदम तकरी नुआ माया तेरी पैर हुए कदम तकरी नुआ माया तेरी पैर हुए किथे पैर हुए माया तेरी पैर किथे पैर हुए माया तेरी पैर हुए कदम तकरी नुआ किनु हाल सुनावा दिल दा किनु हाल कदों दिया
अखा लगिया यार ढोला निंदरा उड़ पुट गईया फिर जदों दियां अखा लगिया बेकरा अदब आलम है जदों दियां अखा लगिया संग देखे आदि चर के पास कोई ना कसूर दसिया चल गया छोड़ा पाक ते कोई ना कसूर दसिया चल गया छोड़ा पाक जिदने लगिया घर ही लेंदी तेरह साल हो गए छोटे बच्चा है अपना नाम यासिर माशाल्लाह बहुत अच्छा तबला जा रहा है अजकल कवाली का सलाम कह रहे क्योंकि आवाज नहीं मेरी उन्होंने आ रही थोड़ा जिक्र कर रहे बड़ा अच्छा जी तबला जा रहे हैं अजकल माशाल्लाह इन्होंने नाम यासिर है यासिर हुसैन लोगों को ये दस दिए कि जी इन्होंने हम कवाली गाई है असल च कवाली गा कल बंदे का काम नहीं है ये पूरा ग्रुप नाल जो सुनो तो यह माहौल ही कुछ दूसरा आता है कोई शक नहीं तो फिर एक पूरा एक माहौल बन जाता और मैं कवाली नुसरत फतेह अली खान साहब न सुनया लेकिन हूँ जिन्हें प्रोग्राम मेरे कवाली वाले आर्टिस्टा हो रहे हैं तो मैं लग रहा है कि कवाली गाना भी बहुत मुश्किल सब तो मुश्किल ही कवाली गाना है जी सब तो म्यूजिक दियाँ जिन्हिया भी सिंफा जिन्हें योनर उन्होंने सब तो मुश्किल जरा काम है सिंफ है वो कवाली है वजह है कि ये सारिया चीज़ा ने ए गज़ल भी मिलेगी ਇਹਦੇ ਵਿੱਚ ਤੁਹਾਨੂੰ ਕਾਫੀ ਵੀ ਮਿਲੇਗੀ ਇਹਦੇ ਵਿੱਚ ਤਾਂ ਤੁਸੀਂ ਚੁੰਮਰੀਆਂ ਵੀ ਹੁੰਦੀਆਂ ਅਸੀਂ ਗਾਣੇ ਤੁਸੀਂ ਇਹਦੇ 'ਚ ਬੇਸਿਕ ਅਤੇ ਕਲਾਸੀਕਲ ਹੀ ਹੈ ਕਲਾਸੀਕਲ ਵੀ ਹੈਗਾ ਕਲਾਸੀਕਲ ਤਾਂ ਮੇਨ ਹੈ ਉਹ ਬਕਾਇਦਾ ਕਲਾਸੀਕਲ ਸਾਡੇ ਗਾਇਆ ਜਾਂਦਾ ਬਕਾਇਦਾ ਕਲਾਸੀਕਲ ਦੇ ਵਿੱਚ ਫਿਰ ਇਹਦੇ ਵਿੱਚ ਜ਼ੁਬਾਨਾਂ ਬਣੀਆਂ ਨੇ ਕਿ ਉਰਦੂ ਵੀ ਹੈ ਪੰਜਾਬੀ ਵੀ ਹੈ ਹਿੰਦੀ ਪੂਰਬੀ ਸਰਾਇਕੀ ਅਤੇ ਪਰਸ਼ੀਅਨ ਫਾਰਸੀ ਯਾਨੀ ਕਿ ਉਹ ਕਿੰਨੀਆਂ ਹੀ ਜ਼ੁਬਾਨਾਂ ਨੇ ਇਹਦੇ ਵਿੱਚ ਜਿਹੜੀਆਂ ਕਿ ਇਹਦੇ 'ਚ ਗਾਈਆਂ ਜਾਂਦੀਆਂ ਉਹਦੀ ਵੀ ਬਕਾਇਦਾ ਟ੍ਰੇਨਿੰਗ ਫਿਰ ਇੱਦਾਂ ਇਹਦੇ ਇਹਦੇ 'ਚ ਫੋਰਸ ਬੜੀ ਤਾਕਤ ਦਾ ਬੜਾ ਕੰਮ ਹੈ ਹਾਈ ਨੋਟਸ 'ਤੇ ਇਹਨੂੰ ਗਾਉਣਾ ਪੈਂਦਾ ਅਤੇ ਉਹ ਸਾਰੀਆਂ ਚੀਜ਼ਾਂ ਨੇ ਫਿਰ ਬੜਾ ਕੁਛ ਯਾਦ ਕਰਨਾ ਪੈਂਦਾ ਇਹਦੇ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਇਹ ਇੰਨਾ ਕੁਛ ਤੁਸੀਂ ਲੋਕ ਲਿਖ ਕੇ ਰੱਖਦੇ ਹੋ ਕਿ ਸਾਰਾ ਕੁਛ ਪੂਰਾ ਯਾਦ ਕਰ ਹੋ ਜਾਂਦਾ ਜਾਂ ਕਿੱਦਾਂ ਕਿਵੇਂ ਇਹਦੀ ਪ੍ਰੈਕਟਿਸ ਕਿੱਦਾਂ ਕਰਦੇ ਹੋ ਸਪੈਸ਼ਲੀ ਲੈਂਗੁਏਜ ਨਹੀਂ ਜੀ ਕਲਾਮ ਹੁੰਦੇ ਨੇ ਬਕਾਇਦਾ ਜਿੰਨੇ ਵੱਡੇ ਬਜ਼ੁਰਗ ਹੋਏ ਨੇ ਮਸਲਨ ਜਿਸ ਤਰ੍ਹਾਂ ਕਿ ਸੂਫੀ ਪੋਇਟ ਨੇ ਵੱਡੇ ਵੱਡੇ ਮੌਲਾਨਾ ਰੂਮੀ ਮੌਲਾਨਾ ਜਾਮੀ ਸਾਹਿਬ ਹੈ ਜੀ ਇਹ ਇਹਨਾਂ ਸਾਰਿਆਂ ਦੇ ਕਲਾਮ ਜਿੰਨੇ ਵੀ ਸੂਫੀ ਨੇ ਸ਼ਾਹ ਹੁਸੈਨ ਜੀ ਬਬੁੱਲੇ ਸ਼ਾਹ ਇਹਨਾਂ ਸਾਰਿਆਂ ਦੇ ਕਲਾਮ ਅਵੇਲ ਨੇ ਉਹ ਫਿਰ ਕਲਾਮ ਲੈ ਕੇ ਉਹਨਾਂ ਨੂੰ ਕੰਪੋਜ਼ ਕਰਕੇ ਫਿਰ ਉਹਨਾਂ ਨੂੰ ਗਾਇਆ ਜਾਂਦਾ ਬਕਾਇਦਾ ਉਹਨਾਂ ਨੂੰ ਲਿਖ ਲੈਂਦੇ ਉਹ ਪੋਲ ਹੁੰਦੇ ਸਾਡੇ ਉਹ ਕਿਸੇ ਵੇਲੇ ਸਾਹਮਣੇ ਵੀ ਪਏ ਹੁੰਦੇ ਅਤੇ ਕਈ ਵੇਲੇ ਯਾਦ ਵੀ ਹੁੰਦੇ ਨੇ ਜਦੋਂ ਰੋਜ਼ ਗਾਣੇ ਹੁੰਦੇ ਕਈ ਕਈ ਯਾਦ ਹੋ ਜਾਂਦੇ ਕਈ ਪਿੱਛੋਂ ਦੱਸ ਰਹੇ ਹੁੰਦੇ ਸਾਨੂੰ
लेकिन इतना चीजा नु मैनेज करने बड़ा औखा काम उस औखा सही गल बहुत तो लो जी बड़े सारे साड़े ऑडियंस जुड़ गई है और जड़े की स्पेशली साड़ा खानदान थैंक यू गाइस क्योंकि ऑफ कोर्स इजाज जी साडे नु आज ज्वाइन किते ने और मैं थोड़े थोड़े नाम पढ़ दिया कुछ एक हिंदी च भी लिखा लेट्स सी मेरी हिंदी हुन सही है कि नहीं पंच तन गुलाम राहुल सलाम पिंकी पारस जी अरे भाई तो मोनी गिल बैठी है पिंकी पिंकी भी बैठी है साथ में वैसे पिंकी हमें वॉच कर रही है और रैना जी थैंक यू जी तुसी हमेशा ही हर प्रोग्राम नू तुसी बहुत प्यार नाल सुनदे हो इमरान सूफी सिंगर ये भी अच्छे घराने तो बिलोंग करते हैं म्यूजिक दे बहुत खूब इजाज भाई और पिंकी पारस ने वाह बहुत खूब बहुत मिठी आवाज है थैंक यू और शुक्रिया रैना राहुल जी अगेन सॉन्ग ओन स्टाइल थैंक यू नौशाद अली खान जी कहते ने पिंकी पारस जी हजूर यहाँ हूँ जी अच्छा जी तो आप सुन रहे हैं आपको समझ में आ रही है पंजाबी वैसे बहुत प्यारी आवाज है अच्छा। गुलाम राहुल जी कहते ने एक हुने मैं मेरे साढ़े खान पवन सिंह का पढ़ो कुलदीप मैसेज जरा पवन सिंह ने लिखा है बहुत मेहर बनी होए जी प्लीज बेकदरा सॉन्ग कैसे यारी रोवा अखियां जरू जारी वाह जी वाह बेदर्दा संग कैसी है रोवण ए जी बड़ा खुद भी बहुत अच्छा गांदा है पवन बहुत अच्छा गांदा है और जिथे हुण इहदा व्याह भी रख्या जा रहा वह भी अगो म्यूजिकल फैमिली है बड़ी खुशी की गल है इहो जिहा साथ होना ते ए उन्हें हाथ जोड़ के रिक्वेस्ट की जे मौका लगे कहिंदा एक दो लाइन सुना दे मैं सुना दिंदा जी ठीक है प्लीज ठीक है जी ये एचएम जी बड़ा उन्होंने बड़ी फरमाइश मैं नहीं नहीं औखा बहुत है ते मेरा मेरा खुद भी फेवरेट है मैनू बहुत पसंद आ सब भी कंपोजिशन और एदा एक बड़ा वाकया है मैनू याद है कि असी फ्रांस विच सीगे ते असी साउंड चेक वेले ना फासर ने वैसे इहनू गुनगुनाया ते उस साउंड चेक दे दौरान उत्थे जिन्ने लोग सन गोरे गोरियां और साढ़े डायरेक्टर जिहड़े जिन्हां ने सानू बुलाया वो टीम सारी ਉਹ ਉਸ ਵੇਲੇ ਰੋਣ ਲੱਗ ਪਿਆ ਸਾਊਂਡ ਚੈੱਕ ਤੇ ਔਰ ਉਹਨਾਂ ਨੇ ਕਿਹਾ ਜੀ ਕਿ ਪਲੀਜ਼ ਇਹ ਆਈਟਮ ਨਹੀਂ ਮਿਸ ਕਰਨਾ ਇਹ ਜ਼ਰੂਰ ਪਾਣਾ ਫਿਰ ਉਹ ਉਸ ਤੋਂ ਬਾਅਦ ਇੱਕ ਬੜਾ ਫਰਕ ਗਾਇਆ ਇਹਨੇ ਮੈਂ ਉਹੀ ਪੇਸ਼ ਕਰ ਰਿਹਾ ਜੀ ਤੁਹਾਨੂੰ रूप
रूप गंदा कुमार न करिए रूप गंदा आए वे ओ दस वारस कौन हुसन दावे सदा न रे ए बुंचे कदिया न रहे फुल चमन दावे बेदर संग बेदर संग कैसे बेदर संग कैसे आए और अखिया और अखिया उदारो दानी है दे आसन के तिहारी बे दर्दा कैसिया रोड़िया रोड़िया उदारो कैसी यारी बेदर्दा बेदर्दा कैसी यारी बेदर्दा ओ बेदर्दा 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 संग कैसी आदी बेदर्दा संग बेदर्दा संग कैसी आदी बेदर्दा बेदर्दा कैसी आदी सानू दे दे दर्द छड़ के सानू दे दर्द छड़ के हिजर दी सांग सीने विच गड़ के हिजर दी सांग सीने विच गड़ हे ना हिजर सांग सीने विच गड़ ओ जिस मोले दे ओ जिंद नू कड के ओए दर कर
ਓਏ ਦਰ ਕਰ ਜੇ ਓ ਤੇਰੇ ਸਿਕਾਰੀ ਮੈਂ ਬੇਦਨਾ ਮਾਤੰਗ ਕੈਸੀ ਆਰੀ ਬੇਦਨਾ ਮਾਤੰਗ ਬੇਦਰਦਾ ਕੀ ਪਰਵਾਸਾ ਆਪਣਾ ਰੱਖ ਦੇ ਦਿਲ ਵਿੱਚ ਮਾਸਾ ਚਿੜੀਆਂ ਮਰ ਦਵਾਨਾ ਦਾ ਤਾੜੀ ਮਾਰੀ ਬੁੱਲੇ ਸ਼ਾਹ ਇੱਕ ਸੌਦਾ ਕੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਨਫਾ ਨਾ ਘਾਟਾ ਦੀਤਾ ਦਰਦ ਦੁੱਖ ਦੀ ਦਰਦ ਦੁੱਖ ਦੀ ਓਏ ਦੱਖਣੀ ਪਾਰੀ ਸੰਗ ਕੈਸੀਆਰੀ ਕਿਆ ਬਾਤ ਹੈ। ਥੈਂਕ ਯੂ ਪਵਨ, ਕਿਉਂਕਿ ਮੈਂ ਇਹ ਬੜੇ ਟਾਈਮ ਪਹਿਲਾਂ ਸੁਣੀ ਹੋਈ ਹੈ, ਉਸ ਤੋਂ ਬਾਅਦ ਹੁਣ ਲਾਈਵ ਇਹਨਾਂ ਤੋਂ ਸੁਣ ਕੇ ਹੋਰ ਵੀ ਮਜ਼ਾ ਆ ਗਿਆ। ਅੱਜ ਜੀ ਖਾਨ ਸਾਹਿਬ ਪੰਜਾਬ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਚਾਚਾ। ਬਹੁਤ ਸੁਰੀਲੇ ਸਿੰਗਰ ਨੇ ਜੀ ਖਾਨ, ਐਂਡ ਵਨ ਆਫ ਮਾਈ ਫੇਵਰਿਟ ਐਜ਼ ਵੈਲ। ਯੰਗ ਟੈਲੈਂਟ ਹੈ ਜੀ ਸਾਡੇ ਪੰਜਾਬ ਦਾ, ਔਰ ਬਹੁਤ ਹੀ ਅੱਛਾ ਸੁਰੀਲਾ ਗਾਉਂਦੇ ਆ। ਬਹੁਤ ਵਧੀਆ, ਬੜਾ ਪਿਆਰ ਗਾਉਂਦਾ ਮਾਸ਼ਾਅੱਲਾ। ਮੈਂ ਜੀ ਸੁਣਿਆ, ਸਲਾਮਤ ਹੈ, ਦੈਟਸ ਗੁੱਡ। ਇਹ ਆਪਣਾ ਹੀ ਤੁਸੀਂ ਇਹ ਹਾਂ ਇਹ ਜਿਹੜਾ ਤੁਸੀਂ ਹੁਣ ਗਾਇਆ ਹੈ, ਇਹ ਚ ਇੰਗਲਿਸ਼ ਚ ਜਿਹੜੇ ਅਲਫਾਬੈਟ ਹੁੰਦੇ ਨਾ A B C D Z ਤੱਕ,
जेड जिन्होंने इंडिया च जेड कहते हैं वो तुसी इस सारा कुछ दसता है कि मैं सारा कुछ कह सकना मैं सारा कुछ ही आता है मैं सूफी भी आ रहा है मैं सरगमा भी आ रही है मैं तले भी जा सकता तो उत्ते भी जा सकता सो वाकई तुसी वो जेड़ा कहा सी कि कवाली च ही सब कुछ है सारा कुछ नजर आ गया दस दिता है प्रूव किया है विवेक जी बहुत वधिया कोशिश कर रही है मैं सारे नाम पढ़ा मैं पता एक अद्धा रह जाता है तो प्लीज जिस साटा ना हो करो कोशिश करते हैं कि स्क्रॉल करते करते अभी लब लीए क्योंकि अभी मैसेज भी सुनने ने इधरों सुनना भी है हानिया अली खान जी जिंद मुक गई नेक्स्ट जी जरूर कोशिश करांगे लेट्स सी होर केड़ी केड़ी रिक्वेस्ट क्योंकि अभी इन्हों तो बड़ा कुछ कढ़वाना है अंदरों जो इन्हों का छिपा खजाना है वह सारा कढ़ाना है अज नमस्कार ने असी दसना चाहोंगे लोगों के तुहाडे अगे सिंगर जिहड़ी के संगीत नूं संगीत दी धरोहर हो तुसी लो संगीत तुसी सांभ के रख्या चाहे तुहाडी पहली पुश्त आई या दूजी पुश्त आई या तीजी पुश्त आण वाली है लेकिन सानू इहो जिहे सिंगर चाहीदे ने क्योंकि आने वाले समय च संगीत बदलता जा रहा है लेकिन जब तक तुहाडे अगे सिंगर ने मैनूं लगदा नहीं कि संगीत कदी बदलिया जाऊ अच्छा इत्थे माई टीवी दी कोई तारीफ आई है जरा वो जरूर पढ़िया जाए क्योंकि माई टीवी बहुत एफर्ट करता है कि असीं लब लब के लेके आईए अमित कुमार जी ने लिखा है सबसे पहले तो माई टीवी को मेरे दिल से दुआ है रब आपकी बहुत तरक्की करे आप ऐसे सुरीले फनकार लाइव सुनाते हो ऐसे सुरीले गाने और रूह का होता है और रूह को सुकून देता है गुड जॉब वाह जी क्या बात है और एक्चुअली ये क्रेडिट जिहड़ी साडी ऑडियंस है उन्हां नूं भी जांदा है क्योंकि अगर तुसी नहीं होंगे अच्छा सुनने वाले तो अच्छा गाण वाले भी नहीं हो पाएंगे सो एक क्रेडिट तुहाडे सारयां नूं जांदा है जिहड़ी साडी ऑडियंस आ सानूं देख रही है 41 तुहाडे सारयां वास्ते कि क्लासिकल मैं क्योंकि जिहड़े सिंगर लैके आनी हां बड़ी क्लासिकल फैमिली तो लैके आनी हां तो साडे सिंगर साहब नूं कुछ चाहिदा है कुछ पानी शानी चाहिदा पानी कोई कुकी कोई सोडा कोई चाह कोई कॉफी ला सकदे सर अपने ही ब्रेक अच्छा इशारे हो रहे ने मैं लगदा वाइफ नूं तो नहीं हो रहे असीं बाय द वे असीं लाइव ही आ तबले लसन दे विचों साडी अखां तो ना साडी दोहां दी अखां तो कुछ बचदा नहीं असीं परछाई तक गिण लैने आ किन्नियां परछाइयां ने जो स्कूल कॉलेज कदी गाने दा मौका मिलिया जी बिलकुल मैं अपने स्कूल च पंजाब लेवल ते अपने साडे पाकिस्तान लेवल ते गिन कीता है और कि साडे एक कंपीटीशन हुंदा सी कि उहदे च मिली नगमे जिहड़े साडे ते तराने जिहड़े कौमी तराने पढ़े जांदे उह सीगे कि गान पढ़ना हुंदा सी इक साज़ तों बगैर अलहमदुलिल्लाह एक दफा ऐसा भी वक्त आया कि टोआं चों विन कीता मैं ते कवाली चों विन कीता ते नाच चों विन कीता एक दिन च इहने एजाज़ सन बस शुरू तों क्योंकि साडे स्कूल च पता लग गया सी उहनां नूं कि असीं किस फैमिली तों हां इस फैमिली के बच्चे उन्होंने फिर दो तीन पाए सी उस स्कूल उन्होंने फिर सानू छड्या नहीं पढ़न नहीं दिता उन्होंने रिश्तियां दी तां लाइन लग गई होनी तुहाडे तां फिर नहीं जी रिश्ते बस कोई बेकार नहीं लाइन लगी होनी उत्थे चूस ते इक्को ही करनी सी ऑफ कोर्स उस तो बाद फिर तुसी विदेश देश विदेश में क्योंकि तुहाडे ਬਹੁਤ ਸਾਰੀਆਂ ਦੇਖੀਆਂ ਵੀਡੀਓਸ ਕੋਰੀਆ ਨਾਲ ਵੀ ਤੁਸੀਂ ਕੰਮ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਉਹਦੀ ਜਰਨੀ ਥੋੜੀ ਜਿਹੀ ਸ਼ੇਅਰ ਕਰੋ ਕਿਵੇਂ ਉਹ ਬਣਿਆ ਸਮਾਂ 2010 ਦੇ ਵਿੱਚ ਜੀ ਆਪਣੇ ਵਾਲਦ ਸਾਹਿਬ ਦੇ ਨਾਲ ਮੈਂ ਡੈਨਮਾਰਕ ਸਾਡਾ ਜਾਣਾ ਹੋਇਆ 2009 ਜਾਂ 10 ਦੇ ਵਿੱਚ ਨਾ ਤੇ ਉੱਥੇ ਜਾ ਕੇ ਉੱਥੇ ਇੱਕ ਜੈਮਿੰਗ ਇੱਕ ਸ਼ੋਅ ਕੀਤਾ ਮੈਂ ਇਕੱਲਿਆਂ ਇੱਕ ਕੋਈ ਉਹ ਆਰਟ ਦੇ ਨਾਲ ਰਿਲੇਟਡ ਲੋਕ ਸੀ ਉਹਨਾਂ ਨੇ ਜ਼ਮੀਨ ਦੇ ਉੱਤੇ ਨਾ ਕੋਈ ਕੁਛ ਪੇਂਟਿੰਗ ਜਾਂ ਕੁਛ ਐਸੀ ਚੀਜ਼ਾਂ ਕੀਤੀਆਂ ਸੀ ਉੱਥੇ ਉਹਨਾਂ ਨੇ ਕੋਈ ਇਵੈਂਟ ਰੱਖਿਆ ਹੈ ਅਤੇ ਬਲਕਿ ਉਹਨਾਂ ਨੇ ਇੱਕ ਐਸਾ ਕੋਈ ਨਾਮ ਉੱਦਾਂ ਨੇ ਕੋਈ ਲਿਖਿਆ ਸੀ ਕੋਈ ਪੇਂਟਿੰਗ ਕੀਤੀ ਸੀ ਬਲਾਸਟ ਕਰਕੇ ਜ਼ਮੀਨ ਦੇ ਵਿੱਚ ਯਾਨੀ ਕਿ ਹਾਂ ਉਹ ਬਲਾਸਟ ਕਰਕੇ ਉਹਨਾਂ ਨੂੰ ਬੜਾ ਬਲੈਕ ਬੜੀ ਵੱਡੀ ਜਗ੍ਹਾ 'ਤੇ
ਉਹਨੂੰ ਹੈਲੀਕਾਪਟਰ ਨਾਲ ਉਹਦੀਆਂ ਤਸਵੀਰਾਂ ਤੁਸੀਂ ਉਹਨਾਂ ਨੇ ਖਿੱਚੀਆਂ ਅਤੇ ਉਹ ਬੜਾ ਉੱਥੇ ਸਾਡੇ ਉਹਦੀ ਉਹਦਾ ਸਰਮਨੀ ਸੀ ਉੱਥੇ ਉਹਨਾਂ ਨੂੰ ਉਹਦਾ ਉਹਨਾਂ ਨੇ ਉੱਥੇ ਸਾਡਾ ਗਾਣਾ ਹੋਇਆ ਮੈਂ ਕਿਉਂਕਿ ਵਾਲਦ ਸਾਹਿਬ ਨਹੀਂ ਗਏ ਮੈਂ ਚਲਾ ਗਿਆ ਇਕੱਲਾ ਹੀ ਉੱਥੇ ਉਹ ਕਾਫੀ ਲੋਕ ਸਨ ਉਹ ਫਿਰ ਜਦੋਂ ਵਾਪਸ ਆਏ ਤਾਂ ਮੈਨੂੰ ਉੱਥੋਂ ਇੱਕ ਪੈਗਾਮ ਆਇਆ ਕਿ ਤੁਸੀਂ ਨਾ ਸਾਨੂੰ ਇਹ ਆਰਟਿਸਟ ਚਾਹੀਦਾ ਪਪਿਟਸ ਦਾ ਬੈਕਗਰਾਉਂਡ ਮਿਊਜ਼ਿਕ ਦੇਣਾ ਉਹ ਮੇਰੇ ਵਾਸਤੇ ਬੜਾ ਇੱਕ ਨਵਾਂ ਕੰਮ ਸੀ ਮੈਂ ਪਹਿਲੇ ਕੀਤਾ ਹੀ ਨਹੀਂ ਸੀਗਾ ਅਤੇ ਉਹ ਥੀਏਟਰ ਦਾ ਕੰਮ ਸੀਗਾ ਉੱਥੇ ਚਲੇ ਗਏ ਸੀ ਅਤੇ ਮੈਂ ਉਹ ਮਾਸ਼ਾਅੱਲਾ ਉਹ ਕਲੈਬੋਰੇਸ਼ਨ ਸੀਗੀ ਉੱਥੇ ਡੈਨਿਸ਼ ਮਿਊਜ਼ੀਸ਼ੀਅਨ ਅਤੇ ਮੈਂ ਉੱਥੋਂ ਸੀ ਟਾਈਮ 'ਤੇ ਇੱਕ ਗਿਟਾਰਿਸਟ ਹੈ ਬੜਾ ਫਾਈਨੈਸਟ ਉੱਥੇ ਦਾ ਉਹਦੇ ਨਾਲ ਮਿਲ ਕੇ ਮੈਂ ਇੱਕ ਮਿਊਜ਼ਿਕ ਕੀਤਾ ਉਹ ਬੜਾ ਬੜਾ ਕਾਮਯਾਬ ਹੋਇਆ ਉਸ ਪਲੇ ਦਾ ਨਾਮ ਸੀ ਦੀ ਮੋਲੋ ਲੈਂਪੇ ਥੀਏਟਰ ਜਿਹਦੇ ਨਾਲ ਮੈਂ ਕੰਮ ਕੀਤਾ ਫਿਰ ਉਹ ਫਿਰ ਵਾਪਸ ਆ ਗਿਆ ਮੈਂ ਫਿਰ ਜਾਣਾ ਹੋਇਆ ਯਾਨੀ ਕਿ ਬੜਾ ਔਖਾ ਕੰਮ ਸੀ ਅਤੇ ਉਸੇ ਦੌਰਾਨ ਇੱਕ ਸਾਡੀ ਐਵੇਂ ਬੋਰ ਹੋ ਗਏ ਬੜਾ ਟਫ ਕੰਮ ਸੀਗਾ ਕਿ ਸਾਰਾ ਦਿਨ ਤੁਸੀਂ ਬਹਿ ਕੇ ਸਿਰਫ ਰੈਸਲਾਂ ਸੁਣਨੀਆਂ ਉਹਨਾਂ ਦੀਆਂ ਉਹ ਮੈਨੂੰ ਜ਼ੁਬਾਨ ਵੀ ਨਹੀਂ ਸੀ ਉਹਨਾਂ ਦੀ ਸਮਝ ਆਉਂਦੀ ਉਹ ਡੈਨਿਸ਼ ਬੋਲਦੇ ਸੀ ਅਤੇ ਵਾਜਾ ਮੇਰੇ ਅੱਗੇ ਪਿਆ ਹੁੰਦਾ ਸੀ ਮੈਂ ਗਾ ਵੀ ਨਹੀਂ ਸਕਦਾ ਸੀ ਅਤੇ ਮੈਨੂੰ ਬੜੀ ਆਵਾਜ਼ ਆ ਰਹੀ ਹੁੰਦੀ ਸੀ ਮੈਂ 8 ਦਿਨ ਤਕਰੀਬਨ ਸਾਰਾ ਸੁਬਹਾ 8 ਵਜੇ ਤੋਂ ਲੈ ਕੇ ਰਾਤ ਸ਼ਾਮ 5 ਵਜੇ ਤੱਕ ਰਸੇ ਹੋਏ ਬਹਿ ਕੇ ਸਿਰਫ ਉਹਨਾਂ ਦੀਆਂ ਰੈਸਲਾਂ ਸੁਣ ਰਹੇ ਹਾਂ ਅਤੇ ਦੇਖ ਰਹੇ ਹਾਂ ਕਿ ਉੱਥੇ ਮੈਨੂੰ ਗਾਣਾ ਮੇਰਾ ਅੰਦਰ ਤੜਫ ਰਿਹਾ ਕਿ ਮੈਨੂੰ ਕਾਹਦੇ ਵਾਸਤੇ ਤੈਨੂੰ ਹੱਥ ਵੀ ਨਹੀਂ ਲਾਉਣ ਦੇ ਰਹੇ ਸਿਰਫ ਰੈਸਲਾਂ ਉਹ ਖੈਰ ਬਲਕਿ ਇੱਕ ਦਿਨ ਉੱਥੇ ਵਾਕਿਆ ਵੀ ਐਸਾ ਹੋਇਆ ਕਿ ਸਾਰੇ ਲੋਕ ਖਾਣਾ ਖਾਣ ਚਲੇ ਗਏ ਰੈਸਟੋਰੈਂਟ ਦੇ ਵਿੱਚ ਆਪਣੇ ਥੱਲੇ ਦਰਵਾਜ਼ਾ ਖੁੱਲ੍ਹੇ ਅਤੇ ਮੈਂ ਖਾਣਾ ਨਹੀਂ ਖਾਣ ਗਿਆ ਮੈਂ ਕਿਹਾ ਮੈਂ ਅੱਜ ਨਾ ਫੜ ਕੇ ਅਤੇ ਮੈਂ ਗਾਣ ਲੱਗ ਪਿਆ ਉਹ ਮੈਂ ਆਪਣੇ ਆਵਾਜ਼ ਵੂਜ ਲਾਏ ਮੈਂ ਗਾਈ ਗਿਆ ਇਕੱਲਾ ਹੀ ਅਤੇ ਗਾਉਣ ਤੋਂ ਬਾਅਦ ਨਾ ਮੈਂ ਉਹ ਜਦੋਂ ਮੈਂ ਗਾਣਾ ਬੰਦ ਕੀਤਾ ਨਾ ਅਤੇ ਪਿੱਛੋਂ ਕੁੱਟੇ ਸਾਰੀਆਂ ਤਾਲੀਆਂ ਦੀ ਆਵਾਜ਼ ਆਈ ਮੈਨੂੰ ਉਹ ਮੈਂ ਡਰ ਗਿਆ ਮੈਂ ਇੰਝ ਕਰਕੇ ਘਬਰਾ ਗਿਆ ਮੈਂ ਕਿਹਾ ਕਿਉਂਕਿ ਉਹ ਮੇਰੇ ਉਹ ਪਿੱਛੇ ਸੀੜੀਆਂ ਸਨ ਉਹ ਬੈਕ ਤੋਂ ਆਉਂਦੇ ਗਏ ਕਿਸੇ ਨੇ ਮੈਨੂੰ ਡਿਸਟਰਬ ਨਹੀਂ ਕੀਤਾ ਉਹ ਬਲਕਿ ਹੋਰ ਵੀ ਉੱਥੋਂ ਜਿਹੜੇ ਕਿਉਂਕਿ ਬੜਾ ਵੱਡਾ ਥੀਏਟਰ ਹੈ ਹੋਰ ਵੀ ਜਿੰਨੇ ਆਰਟਿਸਟ ਸਨ ਉਹ ਗੋਰੇ ਗੋਰੀਆਂ ਜਿੰਨੇ ਸਨ ਉਹ ਸਾਰੇ ਪਿੱਛੇ ਆ ਕੇ ਮੇਰੇ ਬਹਿ ਗਏ ਅਤੇ ਮੈਨੂੰ ਸੁਣਦੇ ਰਹੇ ਜਦੋਂ ਮੈਂ ਗਾ ਕੇ ਹਟਿਆ ਅਤੇ ਮੈਂ ਦੇਖਿਆ ਕਿ ਕਾਫੀ ਲੋਕ ਜਿਹੜੇ ਨੇ ਬਿਲਕੁਲ ਇੰਜ ਹੋਏ ਪਏ ਸੀਗੇ ਜਿਸ ਤਰ੍ਹਾਂ ਇਹਨਾਂ ਦੇ ਬਹੁਤ ਮਜ਼ਾ ਆਇਆ ਇਹਨਾਂ ਨੂੰ ਕੁਝ ਲੋਕ ਕੁਝ ਗੋਰੀਆਂ ਅਤੇ ਮੈਂ ਦੇਖਿਆ ਕਿ ਉਹਨਾਂ ਦੀਆਂ ਅੱਖਾਂ 'ਚ ਪਾਣੀ ਸੀ ਅਤੇ ਉਹ ਕਹਿਣਗੇ ਸਾਡੇ ਜਿਹੜੇ ਗੂਸ ਪੰਪੇ ਖੜੇ ਹੋ ਗਏ ਅਤੇ ਇਹ ਬੜੇ ਕਮੈਂਟ ਲੇਕਿਨ ਮੈਂ ਘਬਰਾ ਗਿਆ ਉਹ ਬੜਾ ਮਜ਼ੇ ਵਾਲੀ ਗੱਲ ਕਿ ਮੈਨੂੰ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ ਇੰਨੇ ਹਲਕੀ ਹਲਕੀ ਗਰਮੀ ਆਏ ਨੇ ਪਿੱਛੇ ਆ ਕੇ ਪੈਂਦੇ ਰਹੇ ਖੈਰ ਉੱਥੇ ਇੱਕ ਜੈਮਿੰਗ ਕੀਤੀ ਅਸੀਂ ਬੈਂਡ ਦੀ ਜਰਨੀ ਦਾ ਸੁਣਾ ਰਿਹਾ ਸੀ ਅਤੇ ਉਹ ਸਾਡੇ ਇੱਕ ਮਿਊਜ਼ੀਸ਼ੀਅਨ ਸੀ ਮੈਨੂੰ ਮੇਰਾ ਦਿਲ ਕਰ ਰਿਹਾ ਸੀ ਯਾਰ ਕਿਤੇ ਗਾਈਏ ਵਜਾਈਏ ਮੈਨੂੰ ਲੈ ਕੇ ਚੱਲ ਉਹ ਮੇਰੇ ਉਹਨਾਂ ਦੇ ਕੋਈ ਦੋਸਤ ਸਨ ਸਟੀਫਨ ਡਰਮਰ ਸੀ ਉਹਨਾਂ ਦੇ ਕੋਈ ਸਕੂਲ 'ਚ ਉਹਨਾਂ ਨੇ ਸਟੂਡੀਓ ਉੱਥੇ ਜੈਮਿੰਗ ਮੈਂ ਉਹਨਾਂ ਨਾਲ ਜਾ ਕੇ ਕੀਤੀ ਅਤੇ ਕੁਆਲੀ ਦੇ ਪਹਿਲੇ ਹੀ ਬੜੇ ਪ੍ਰਸਤਾਰ ਸਨ ਮੇਰੇ ਵਾਲਦ ਸਾਹਿਬ ਨੂੰ ਬੜਾ ਉਹਨਾਂ ਨੇ ਸੁਣਿਆ ਸੀ ਨੁਸਰਤ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਿਆ ਹੋਇਆ ਉਹਨਾਂ ਨੇ ਬੜੇ ਫੈਨ ਖਾਨ ਸਾਹਿਬ ਦੇ ਉਹਨਾਂ ਨੇ ਕਿਹਾ ਜੀ ਯਾਰ ਤਾਂ ਬੜਾ ਨਵੀਂ ਇੱਕ ਚੀਜ਼ ਨਿਕਲਿਆ ਇਹ ਮੁੰਡਾ ਲੱਭ ਗਿਆ ਸਾਨੂੰ ਅਤੇ ਆਪਾਂ ਕੋਈ ਬੈਂਡ ਨਾ ਬਣਾਈਏ ਅਤੇ ਇਹ ਅਸੀਂ ਮੈਂ ਵਾਪਸ ਆ ਗਿਆ ਉਹਨਾਂ ਨੇ ਫਿਰ ਮੈਨੂੰ ਦੁਬਾਰਾ ਫਿਰ ਬੁਲਾਇਆ 2012-13 'ਚ ਮੈਨੂੰ ਫਿਰ ਬੁਲਾ ਲਿਆ ਉਹਨਾਂ ਨੇ ਐਲਬਮ ਅਸੀਂ ਫਿਰ ਰਿਕਾਰਡ ਕੀਤਾ ਇੱਕ ਉੱਥੇ ਸੂਫੀ ਰੋਕ ਐਂਡ ਰੋਲ ਦੇ ਨਾਮ ਤੋਂ ਅਤੇ ਉਹ ਬੜਾ ਮਾਸ਼ਾਅੱਲਾ ਅਸੀਂ ਰਿਕਾਰਡਿੰਗ ਉੱਥੇ ਕਿਉਂਕਿ ਮੈਨੂੰ 10-15 ਆਈਟਮ ਅਸੀਂ ਰਿਕਾਰਡ ਕੀਤੇ ਉੱਥੇ ਮਿਲ ਕੇ ਬੜੇ ਫਿਰ ਉਹ ਫਿਰ ਇੱਕ ਐਲਬਮ ਅਸੀਂ ਉੱਥੇ ਫਿਰ ਗਿਗ ਵੀ ਕੀਤੇ ਬੜੇ ਸ਼ੋ ਮਿਲ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਅਸੀਂ ਚੱਲੇ ਆ ਰਹੇ ਮੈਂ 3 ਐਲਬਮ ਤਕਰੀਬਨ ਰਿਕਾਰਡ ਕਰ ਲਏ ਨੇ ਅਤੇ ਬਲਕਿ ਇੱਕ ਮਾਰਕ ਹਾਵਰਡ ਨੇ ਜਿਨ੍ਹਾਂ ਨੇ ਮੇਰਾ ਇੱਕ ਐਲਬਮ ਪ੍ਰੋਡਿਊਸ ਕੀਤਾ ਬੜੇ ਵੱਡੇ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਪੀਟਰ ਗੈਬਲਰ ਦੇ ਨਾਲ ਸਭ ਦਾ ਐਲਬਮ ਰਿਕਾਰਡ ਕੀਤਾ ਸੀ ਸਭ ਤੋਂ ਪਹਿਲੇ ਮਾਈਕਲ ਜੈਕਸਨ ਇਹ ਸਾਰੇ ਲੋਕਾਂ ਨੂੰ ਉਹਨਾਂ ਨੇ ਰਿਕਾਰਡ ਕੀਤਾ ਉਹਨਾਂ ਦਾ ਨਾਮ ਮਾਰਕ ਹਾਵਰਡ ਉਹਨਾਂ ਨੇ ਮੇਰਾ ਐਲਬਮ ਪ੍ਰੋਡਿਊਸ ਕੀਤਾ ਸਪੀਰਿਟ ਦੇ ਨਾਮ ਤੋਂ ਜਿਹੜਾ ਕਿ ਵਰਲਡ ਵਾਈਡ ਰਿਲੀਜ਼ ਹੋਇਆ ਕਿਆ ਬਾਤ ਹੈ ਤੇ ਅੱਜ ਫਿਰ ਉਹਦੀ ਥੋੜੀ ਜਿਹੀ ਝਲਕੀ ਹੋ ਜਾਏ ਸਿੰਸ ਤੁਸੀਂ ਉਸ ਜਰਨੀ 'ਚ ਸਾਨੂੰ ਲੈ ਕੇ ਗਏ ਹੋ ਔਰ ਇੱਥੋਂ ਇਹ ਪਤਾ ਚੱਲਦਾ ਹੈ ਕਿ ਮਿਊਜ਼ਿਕ ਦੀ ਕੋਈ ਲੈਂਗੁਏਜ ਨਹੀਂ ਹੈ ਅਗਰ ਗੋਰੀਆਂ ਦੇ ਅੱਖਾਂ 'ਚੋਂ ਹੰਝੂ ਆ ਜਾਣ ਤੇ ਮਿਊਜ਼ਿਕ ਸੁਣ ਕੇ ਤਾਂ ਕਿਆ ਬਾਤ ਹੈ ਮਤਲਬ ਕਿੰਨਾ ਤੁਹਾਡੀ ਆਵਾਜ਼ ਦੇ ਵਿੱਚ ਦਰਦ ਹੋਏਗਾ ਕਿੰਨਾ ਆਵਾਜ਼ ਗੱਲ ਹੈ ਜੀ ਕਿ ਉਹ ਮੇਰੀ ਆਵਾਜ਼ ਤੇ ਸਾਰਾ ਉਹਦਾ ਕਰਮ ਮੇਰਾ ਤਾਂ ਕੋਈ ਕਮਾਲ ਨਹੀਂ ਹੈਗਾ ਲੇਕਿਨ ਜੋ ਅਸੀਂ ਪੜ੍ਹਦੇ ਹਾਂ ਇਹ ਸੂਫੀਆ ਦਾ ਕਲਾਮ ਪੜ੍ਹਦੇ ਹਾਂ ਜਿੰਨਾ ਦਰਵੇਸ਼ਾਂ ਦੀਆਂ ਗੱਲਾਂ ਅਸੀਂ ਕਰਦੇ ਹਾਂ ਉਹਨਾਂ ਲੋਕਾਂ ਨੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਰੂਹ ਦੀ ਵਾਰਦਾਤ ਲਿਖੀ ਹੋਈ ਹੈ ਸਾਰੀ ਨਾ ਅਤੇ ਉਹ ਗੱਲ ਹੈ ਕਿ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ
ਤੇ ਉਹ ਗੱਲਾਂ ਐ ਨੇ ਉਹ ਫਿਰ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਂ ਕਿ ਮੈਂ ਕਹਿੰਦੀ ਸਾਨੂੰ ਤੇਰੇ ਲਫ਼ਜ਼ ਨਹੀਂ ਸਮਝ ਆ ਰਹੇ ਲੇਕਿਨ ਬਹੁਤ ਕੁਝ ਮਹਿਸੂਸ ਹੁੰਦਾ ਫੀਲ ਹੁੰਦਾ ਮੈਂ ਮੇਰਾ ਕਮਾਲ ਨਹੀਂ ਉਹਨਾਂ ਫਕੀਰਾਂ ਦਰਵੇਸ਼ਾਂ ਦਾ ਕਮਾਲ ਹੈ ਜਿਹਨਾਂ ਦਾ ਮੈਂ ਕਲਾਮ ਪੜ੍ਹ ਰਿਹਾ सुना देना रॉक वाली दा कुछ ना कुछ तुहानू जिहड़ा ਕੀ ਸੁਣਾਓਗੇ ਜਿਹੜਾ ਮਾਰਕ ਜਿਹਨੇ ਤੁਹਾਡੀ ਸੀਡੀ ਕੀਤੀ ਉਹ ਜਿਹੜਾ ਬਾਹਰ ਕੱਢਿਆ ਚਲ ਉਹਦਾ ਉਹਦਾ ਕੋ ਐਲਬਮ ਉਹਦਾ ਗਾਣਾ ਤੁਹਾਨੂੰ ਮੈਂ ਕੋ ਕੋ ਸੁਣਾ ਦਿੰਨਾ ਮੇਰਾ ਆਈਟਮ ਹੈ ਜੀ ਠੀਕ ਹੈ ਮੇਨ ਟਾਈਮ ਮੈਂ ਨਾਲ ਨਾਲ ਮੈਸੇਜ ਪੜ੍ਹਦੀ ਰਵਾਂ ਐਸਾ ਇੱਕ ਵਾਰੀ ਨਾਮ ਲੈ ਦੋ ਸਾਰਾ ਕੁਝ ਦੇਖ ਮਾਸ਼ਾਦ ਅਲੀ ਖਾਨ ਭਾਈ ਅਸਲਾਮ ਅਲੈਕੁਮ ਅਬਦੁੱਲਾ ਖਾਕੰਦਰ ਅਰੇ ਮਾਸ਼ਾਅੱਲਾ ਜੀਓ ਇਜ਼ਾਜ਼ ਭਾਈ विभा श्रीवास्तव गुलाम अली साहब की कोई गजल सुना देना प्लीज मोनी जी इजाज जी खान जी तुम कहते हैं मोनी जी इजाज खान साहब मेरा चाचा जी ने वाह क्या बात है ਤੁਹਾਨੂੰ ਤਬਲੇ ਨਾਲ ਸੁਣਾਉਂਦੇ ਹਾਂ ਉੱਥੇ ਨਾਲ ਸਾਡੇ ਡਰਮ ਹੁੰਦੇ ਆ ਗਿਟਾਰਾਂ ਹੁੰਦੀਆਂ ਹਾਂਜੀ ਕੋਈ ਨਹੀਂ मेरे तरलियां ते हथां जोड़ियां दी वैन गौर हुजूर दरूर कर मेरे तरलियां ते हथां जोड़ियां दी डिगियां दर तेरे मारी हुई तकिया थोड़िया दे मेरे वास्ते ताज सिकंदरी साया कूड़ तू साड ने देड़िया दी सानू लोड़ तू साड हर वेले ਲੋੜ ਕੀ ਅਸਾਂ ਦੋੜਿਆਂ ਦੀ ਮੰਗੀ ਹਾਂ ਜਾਂ ਚੰਗੀਆਂ ਮੰਗੀ ਹਾਂ ਜਾਂ ਚੰਗੀਆਂ ਮੰਗੀ ਹਾਂ ਜਾਂ ਚੰਗੀਆਂ ਮੰਗੀ ਹਾਂ ਜਾਂ ਚੰਗੀਆਂ ਉਹ ਸਾਹਿਬ ਤੇਰੀ ਸਾਹਿਬ ਤੇਰੀ ਮਿਲਦੀ ਹਾਂ ਮੰਗੀ ਹਾਂ ਜਾਂ ਚੰਗੀਆਂ ਮੰਗੀ ਹਾਂ ਜਾਂ ਚੰਗੀਆਂ ਸਾਹਿਬ ਤੇਰੀ ਸਾਹਿਬ ਤੇਰੀ ਬਣਦੀਆਂ ਮੰਗੀ ਹਾਂ ਜਾਂ ਚੰਗੀਆਂ ਮੰਗੀ ਹਾਂ ਜਾਂ ਚੰਗੀਆਂ ਸਾਹਿਬ ਤੇਰੀ ਸਾਹਿਬ ਤੇਰੀ ਬੰਦੀਆਂ ਕਮਲੇ ਲੋ ਕਮਲੇ ਲੋ ਕਹਿਣ ਦੀਵਾਨੀ ਕਮਲੇ ਲੋ
गुरशद मेरा अखीं विच वसदा गुरशद मेरा गुरशद मेरा गुरशद मेरा गुरशद मेरा गुरशद मेरा अखीं विच वसदा गुरशद मेरा गुरशद मेरा अखीं विच वसदा गुरशद मेरा मैं गलियां फिरा नहीं रिहा बंदियां या चंगियां ओ साहिब तेरी बंदियां बंदियां या चंगियां हुसैन फकीर साईं दा हुसैन फकीर साईं दा फकीर साईं दा हुसैन फकीर साईं दा कहे हुसैन फकीर साईं दा मैं वर चंगे नाल मैं वर चंगे नाल मूरी बंदियां या चंगियां साहिब तेरी बंदियां हाँ 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 हाँ
ਮਜ਼ਾ ਆ ਗਿਆ ਹਾਲਾਂਕਿ ਮੈਂ ਤੁਹਾਡਾ ਡਰਮਸ ਦੇ ਨਾਲ ਵੀ ਸੁਣਿਆ ਹੋਇਆ ਉਹ ਚ ਮਜ਼ਾ ਆਇਆ ਲੇਕਿਨ ਅੱਜ ਤਬਲੇ ਦੇ ਨਾਲ ਹੋਰ ਵੀ ਮਜ਼ਾ ਆਇਆ ਬਹੁਤ ਚੰਗਾ ਸ਼ਜਾਦ ਅਲੀ ਖਾਨ ਲਿਖ ਰਹੇ ਨੇ ਵੰਡਰਫੁਲ ਆਰਟਿਸਟ ਬ੍ਰਦਰ ਇਜਾਜ਼ ਸ਼ੇਰ ਅਲੀ ਸ਼ਜਾਦ ਅਲੀ ਲਿਖ ਰਹੇ ਨੇ ਤੁਹਾਨੂੰ ਨੌਸ਼ਾਦ ਅਲੀ ਖਾਨ ਵੀ ਮੋਨੀ ਮੈਂ ਮੇਰੀ ਗੱਲ ਤੂੰ ਨਾ ਜਾ ਵਾਂਸ ਇੱਕ ਮੈਸੇਜ ਜ਼ਰੂਰ ਮੈਂ ਪੜੂੰਗਾ ਰਬੇਕਾ ਮਰਸਾਡੋ ਗੋਰੀਆ ਕੋਈ ਆਈ ਹੈਵ ਨੋ ਕਲੂ ਵਾਟ ਇਜ਼ ਬੀਇੰਗ ਸੈਡ ਬਟ ਆਈ ਲਾਈਕ ਇਟ ਉਹ ਤੁਹਾਡੀ ਗੱਲ ਕਹਿੰਦੀ ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਿ ਰਿਹਾ ਮੈਨੂੰ ਅੱਛਾ ਲੱਗ ਰਿਹਾ ਗਾਣਾ ਬਹੁਤ ਅੱਛਾ ਲੱਗ ਰਿਹਾ ਜੀ ਥੈਂਕ ਯੂ ਥੈਂਕ ਯੂ ਸੋ ਮਚ ਨੌਸ਼ਾਦ ਅਲੀ ਜੀ ਤੁਸੀਂ ਕੀ ਕਹਿ ਰਹੇ ਹੋ ਮਾਈ ਟੀਵੀ ਕਾ ਆਪ ਤੱਕ ਕਾ ਅਬ ਤੱਕ ਕਾ ਸਭ ਸੇ ਜ਼ਬਰਦਸਤ ਕਾਨਸਰਟ ਵਾਹ ਕੰਗ੍ਰੈਚੁਲੇਸ਼ਨ ਸਰ ਥੈਂਕ ਯੂ ਕੰਗ੍ਰੈਚੁਲੇਸ਼ਨ ਤੁਹਾਨੂੰ ये वैसे क्रेडिट अली ब्रदर्स को जाता है कि मैंने वैसे ही उनसे बोला कि यार पाकिस्तान दा ये बहुत अच्छा गांदे ने इजाज ते कहने ओ मोनी जी साडे चाचा लगदे है मैं कि रियली सो अली ब्रदर बबलू थैंक यू मोनी दस रहे से मेनू के बबलू ने उसे टाइम तानू कॉल लाया ते तिन्ना ने इकट्ठी गल कीती हां जी थैंक यू उना दा बिल्कुल बबलू जी बहुत बड़ा अच्छा सुरीला सुरीला बच्चा सर बहुत सुरीला बच्चा मेनू दसो इजाज भाई तुसी अमेरिका आए ਜੀ ਬਿਲਕੁਲ ਆਇਆ ਅਮਰੀਕਾ ਜੀ ਕਿੱਥੇ ਕਿਹੜੇ ਕਿਹੜੇ ਸ਼ਹਿਰਾਂ ਚ ਮੈਂ ਅਮਰੀਕਾ ਚ ਜੀ ਕਾਫੀ ਸ਼ਹਿਰਾਂ ਚ ਆਇਆ ਜੀ ਮੈਨੂੰ ਨਾਮ ਵੀ ਨਹੀਂ ਯਾਦ ਰਹੇ ਨਿਊਯਾਰਕ ਲਾਸ ਐਂਜਲਸ ਸੀਐਟਲ ਬਰਲਿੰਟਨ ਹਵਾਈ ਫਿਰ ਆਪਣਾ ਨਹੀਂ ਕਿਹੜੇ ਕਿਹੜੇ ਇੱਥੇ ਵੀ ਆਏ ਹੋ ਤੁਹਾਡੇ ਵਾਸ਼ਿੰਗਟਨ ਫਿਰ ਸਨ ਫਰਾਂਸਿਸਕੋ ਆਪਣਾ ਫਿਰ ਬਹੁਤ ਸਾਰੇ ਕੰਟਰੀ ਬਹੁਤ ਸ਼ਹਿਰਾਂ ਚ ਵੱਡਿਆਂ ਵੱਡਿਆਂ ਤੁਹਾਡੇ ਵੱਡੇ ਵੱਡੇ ਪਿੰਡਾਂ ਚ ਆਏ ਸਾਰੇ ਪਿੰਡਾਂ ਚ ਇੱਕ ਮੈਸੇਜ ਮੈਂ ਜ਼ਰੂਰ ਪੜੂੰਗਾ ਵਿਭਵ ਸ਼੍ਰੀਵਾਸਤਵ ਲਿਖ ਰਹੇ ਨੇ ਮੋਨੀ ਜੀ ਆਪ ਦੋਨੋਂ ਇਤਨੀ ਅੱਛੀ ਹੋਸਟ ਹੋ ਕਿ ਪੂਰੇ ਲਾਈਵ ਸੈਸ਼ਨ ਮੇਂ ਇੱਕ ਪੋਜ਼ਿਟਿਵ ਵਾਈਬਸ ਦਿਖਤੀ ਹੈ ਆਪ ਫੋਨੋ ਬੈਸਟ ਹੋਸਟ ਹੋ ਐਸੀ ਹੋਸਟ ਤੋ ਹਰ ਕੋਈ ਗੈਸਟ ਆਪਕੋ ਬਨਾਨਾ ਚਾਹੀਏ ਮਸਕਾ ਪੂਰਾ ਲੱਗ ਰਿਹਾ ਪਰ ਆਈ ਲਾਈਕ ਮਸਕਾ ਵੈਭਵ ਜੀ ਮੋਨੀ ਜੀ ਦੇ ਨਾਲ ਮੈਂ ਵੀ ਨਜ਼ਰ ਆਨਾ ਤੁਹਾਨੂੰ ਕਿ ਨਾ ਵਿਭਵ ਜੀ ਐਨੀਵੇਜ਼ ਸਿੱਖ ਰਿਹਾ ਬੱਚਾ ਧੀਰੇ ਧੀਰੇ ਸਿੱਖ ਰਿਹਾ ਵੀ ਪਰ ਚਲੋ ਅੱਛੀ ਗੱਲ ਹੈ ਲੇਕਿਨ ਅਗਰ ਕੰਸਰਟ ਨੌਸ਼ਾਦ ਜੀ ਤੁਸੀਂ ਬਹੁਤ ਵੱਡੀ ਕੰਪਲੀਮੈਂਟ ਦਿੱਤੀ ਹੈ ਕਿ ਇਹ ਵਨ ਆਫ ਦੀ ਬੈਸਟ ਸੋ ਫਾਰ ਹੈਗਾ ਥੈਂਕ ਯੂ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੁੰਦੀ ਹੈ ਮੈਨੂੰ ਅੱਛਾ ਲੱਗਿਆ ਪਿਆਰ ਵਾਲੇ ਜੀ ਨੇ ਅੱਲਾ ਇਹਨਾਂ ਨੂੰ ਵੀ ਸਲਾਮਤ ਰੱਖੇ ਜੀ ਤੁਹਾਡੀ ਤੁਹਾਡੀ ਜਿਹੜੀ ਕੰਪੋਜੀਸ਼ਨ ਹੈ ਨਾ ਜਿਹੜੀ ਤੁਸੀਂ ਪਹਿਲਾਂ ਸੁਣਾਈ ਹੈ ਤੇ ਹੁਣ ਸੁਣਾਈ ਹੈ ਇਹ ਹਟਕੇ ਨੇ ਮੈਨੂੰ ਹਟਕੇ ਇੱਕ ਪੁਰਾਣਾ ਸਮਾਂ ਵੀ ਯਾਦ ਆ ਜਾਂਦਾ ਹੈ ਨਵਾਂ ਸਮਾਂ ਵੀ ਆ ਜਾਂਦਾ ਹੈ ਵਰਸਟਾਈਲ ਇਹਨਾਂ ਦੇ ਡੈਡ ਦੀ ਖਾਸੀਅਤ ਹੈ ਉਹਨਾਂ ਦੀ ਕੰਪੋਜੀਸ਼ਨ ਮਤਲਬ ਕਿ ਕਮਾਲ ਹੈ ਮੈਂ ਆਈ ਮੀਨ ਰੇਅਰਲੀ ਇਹੋ ਜੀ ਕੰਪੋਜੀਸ਼ਨ ਸੁਣੀਆਂ ਨੇ ਮੈਂ ਗੱਲ ਕਰਨਾ ਚਾਹਾਂਗਾ ਕਿ ਮੇਰੇ ਵਾਲਿਦ ਸਾਹਿਬ ਜਿਹੜੇ ਨੇ ਖਾਨ ਸਾਹਿਬ ਸ਼ੇਰ ਅਲੀ ਖਾਨ ਸਾਹਿਬ ਆਪਨੇ ਤਕਰੀਬਨ ਕੋਈ 4,500 ਕੰਪੋਜੀਸ਼ਨ ਕੀਤੀ ਹੈ ਓਏ ਹੋਏ ਹੋਏ ਕੀ ਬਾਤ ਬਾਪ ਕੀ ਪੋਥਾ ਕੀ ਬਾਤ ਉਹਨਾਂ ਨੇ ਕੰਪੋਜੀਸ਼ਨਾਂ ਦੇ ਵਿੱਚ ਉਹਨਾਂ ਨੂੰ ਐਕਚੁਅਲੀ ਪਹਿਲੇ ਸ਼ੌਕ ਸੀ ਫਿਲਮ ਇੰਡਸਟਰੀ ਦੇ ਵਿੱਚ ਆਉਣ ਦਾ ਐਜ਼ ਅ 뮤직 ਲੇਕਿਨ ਸਾਡੇ ਪਾਕਿਸਤਾਨ 'ਚ ਕੋਈ ਹਾਲ ਹੀ ਨਹੀਂ ਸੀਗਾ 뮤직 ਫੈਕਟਰਾਂ ਦਾ ਨਾਲ ਚਲਾਉਣਾ ਸੀ ਅਤੇ ਉਹਨਾਂ ਨੇ ਕਿਹਾ ਬਸ ਇਹੀ ਠੀਕ ਹੈ ਕਿ ਮੈਂ ਆਪਣਾ ਕੰਮ ਇੱਥੇ ਹੀ ਦਾਣਾ ਉਹਨਾਂ ਨੇ ਇੰਨੀਆਂ ਕੰਪੋਜੀਸ਼ਨਾਂ ਇੰਨੇ ਸਟਾਈਲ ਦੇ ਵਿੱਚ ਕੀਤੀਆਂ ਉਹਨਾਂ ਨੇ ਗਜ਼ਲਾਂ ਬਣਾਈਆਂ ਉਹਨਾਂ ਨੇ ਕਾਫੀਆਂ ਬਣਾਈਆਂ ਉਹਨਾਂ ਨੇ ਕਲਾਸੀਕਲ ਦੀਆਂ ਬੇਸ਼ੁਮਾਰ 27 ਅੰਤਰੇ ਜਿਹੜੇ ਅਸੀਂ ਗਾਣੇ ਆ ਕਲਾਸੀਕਲ ਦੇ ਮੈਂ ਅਸੀਂ ਆਪਣੇ ਬਜ਼ੁਰਗਾਂ ਦੇ ਆਪਣੇ ਵਾਲਿਦ ਸਾਹਿਬ ਦੇ ਗਾਣਾ ਮੈਂ ਫਿਰ ਉਹਨਾਂ ਨੇ ਹਰ ਤਰ੍ਹਾਂ ਦੀ ਕੰਪੋਜੀਸ਼ਨ ਲਹਿਜਿਆਂ ਦੀਆਂ ਕੰਪੋਜੀਸ਼ਨਾਂ ਮਤਲਬ ਜ਼ੁਬਾਨਾਂ ਦੇ ਅੰਗ ਨੇ ਮਤਲਬ ਇੱਕ ਤੁਹਾਡਾ ਹਿੰਦੀ ਪੂਰਬੀ ਇੱਕ ਸਟਾਈਲ ਹੈ ਉਹਦਾ ਇੱਕ ਲਹਿਜਾ ਹੈ ਉਹਦਾ ਇੱਕ ਉਸ ਜ਼ੁਬਾਨ ਦਾ ਇੱਕ ਲਹਿਜਾ ਉਹਨੂੰ ਕੰਪੋਜ਼ ਕੀਤਾ ਹੋਇਆ ਮਤਲਬ ਇਸ ਤਰ੍ਹਾਂ ਪੰਜਾਬੀ ਦਾ ਇੱਕ ਲਹਿਜਾ ਹੈ ਪੰਜਾਬੀਆਂ ਦੇ ਵਿੱਚ ਉਹਨਾਂ ਨੇ ਕਈ ਸਟਾਈਲ ਦੀਆਂ ਪੰਜਾਬੀਆਂ ਕੰਪੋਜ਼ ਕੀਤੀਆਂ ਬਹੁਤ ਬਲਕਿ ਇੰਡੀਆ ਦੇ ਵਿੱਚ ਵੀ ਆ ਹੁਣ ਰੀਸੈਂਟਲੀ ਕਈਆਂ ਨੇ ਵੱਡੇ ਵੱਡੇ ਨਾਮ ਨੇ ਸਾਡੀਆਂ ਪੰਜਾਬੀਆਂ ਗਾ ਰਹੇ ਨੇ ਨਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਉਹ ਬਗੈਰ ਪੁੱਛੇ ਸਾਡੇ ਗਾ ਦਿੰਦੇ ਨੇ ਪਰ ਮੈਂਸ਼ਨ ਜ਼ਰੂਰ ਕਰਿਆ ਕਰੋ ਉਹਨਾਂ ਨੂੰ ਤਾਂ ਕਿ ਤੁਹਾਨੂੰ ਕ੍ਰੈਡਿਟ ਜ਼ਰੂਰ ਮਿਲਿਆ ਕਰੇ ਉਸ ਚੀਜ਼ ਦਾ ਬਲਕਿ ਉਹ ਸਾਡੇ ਇੱਕ ਭਾਈ ਨੇ ਲਖਵਿੰਦਰ ਵਡਾਲੀ ਜੀ ਉਹਨਾਂ ਨੇ ਸਾਡੀ ਕੁਆਲੀ ਗਾਈ ਹੈ ਮੇਰੀ ਬਾਂਹ ਨਾ ਛੋੜੀ ਵੀ ਸਾਹਿਬਾ ਮੈਂ ਲੜ ਲੱਗ ਗਈ ਤੇਰੇ ਆ ਹੁਣ ਇੱਕ ਕੀ ਬਾਤ ਹੈ ਸਲੀਮ ਭਾਈ ਹੈਗੇ ਆਪਣੇ ਉਹਨਾਂ ਨੇ ਅਜਾਵੀ ਰਿਕਾਰਡ ਕੀਤੀ ਸਾਡੀ ਬੜਾ ਸਾਡਾ ਹਿੱਟ ਆਈਟਮ ਹੈ ਬਹੁਤ ਹਿੱਟ ਹੈ ਅੱਜ ਨਾ ਜਾਵੀ ਕਮਲਿਆ ਦੇ ਟੋਲਿਆ ਕਾਲੀ ਰਾਤ ਤੇ ਜੀ ਸਾਡੀ ਮੈਂ ਜ਼ਰੂਰ ਕਵਾਂਗੀ ਇਸ ਪ੍ਰੋਗਰਾਮ ਦੇ ਮਾਧਿਅਮ ਚ ਕਿ ਜਿਹੜਾ ਵੀ ਬੰਦਾ ਅਗਰ ਕਿਸੇ ਦਾ ਮਿਊਜ਼ੀਸ਼ੀਅਨ ਦਾ ਜਾਂ ਕਿਸੇ ਰਾਈਟਰ ਦਾ ਕੋਈ ਗਾਣਾ ਚੁੱਕਦਾ ਹੈ ਨਾ ਤੇ ਉਹ ਉਸ ਬੰਦੇ ਨੇ ਉਸ ਮੁਕਾਮ ਚ ਉਸ ਟਾਈਮ ਦੇ ਵਿੱਚ ਉਸ ਯੂ ਨੋ ਮੁਸ਼ਕਿਲ ਦੇ ਨਾਲ ਹਾਸਲ ਕੀਤਾ ਉਸ ਗਾਣੇ ਦੇ ਨਾਲ ਜਾਂ ਉਸ ਕਵਾਲੀ ਦੇ ਨਾਲ ਜਾਂ ਜੋ ਵੀ ਗੀਤ ਕਹਿ ਲਓ ਜਾਂ ਸੌਂਗ ਕਹਿ ਲਓ
ਤੇ ਉਹਨਾਂ ਨੂੰ ਕ੍ਰੈਡਿਟ ਐਟਲੀਸਟ ਜ਼ਰੂਰ ਦਿਓ ਕਿ ਗਾਣੇ ਦੇ ਵਿੱਚ ਜਾਂ ਟਾਈਟਲ 'ਚ ਦੇ ਦਿਓ ਯੂ ਨੋ ਕਿ ਸੰਗ ਬਾਏ ਦਿਸ ਪਰਸਨ। ਮੈਂ ਤੁਹਾਨੂੰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਮੈਂ ਤੁਹਾਨੂੰ ਉਸੇ ਗੱਲ ਨੂੰ ਥੋੜ੍ਹਾ ਜਿਹਾ ਵਧਾ ਰਿਹਾ ਕਿ ਹਰ ਵੱਡਿਆਂ ਬੰਦਿਆਂ ਦੀਆਂ ਚੀਜ਼ਾਂ ਗਾਉਂਦੇ ਨੇ ਲੋਕ, ਤੁਸੀਂ ਗਾਓ ਕੋਈ ਮੈਟਰ ਨਹੀਂ ਹੈ, ਸਾਰੇ ਗਾਓ ਤੁਸੀਂ। ਲੇਕਿਨ ਅੱਜ ਕੱਲ੍ਹ ਦਾ ਜਿਹੜਾ ਦੌਰ ਆ ਗਿਆ ਇਹਦੇ ਵਿੱਚ ਤੁਸੀਂ ਕਿਸੇ ਆਪਣੇ ਵੱਡੇ ਨੂੰ ਅੱਛਾ ਗਾਉਂਦੇ ਵੀ ਤੁਸੀਂ ਉਹਨਾਂ ਦੀਆਂ ਚੀਜ਼ਾਂ ਹੋ ਤੇ ਫਿਰ ਮੰਨੋ ਵੀ ਨਾ, ਇਹ ਬਹੁਤ ਬੁਰੀ ਗੱਲ। ਉਸ ਬੰਦੇ ਨੂੰ ਸੁਣਨਾ ਕਿ ਯਾਰ ਮੈਨੂੰ ਮੇਰੀ ਮਿਹਨਤ ਕੀਤੀ ਹੋਈ ਹੈ, ਤੂੰ ਉੱਠ ਕੇ ਆ ਅੱਜ ਗਾ ਰਿਹਾ, ਚੁੱਕ ਕੇ ਤੂੰ ਗਾ ਦਿੱਤੀ ਹੈ, ਤੂੰ ਗਾ ਵੀ ਨਹੀਂ ਉਂਝ ਦਾ ਸਕਦੇ ਤੁਸੀਂ ਕਿ ਜਿਹਦੀ ਓਰੀਜਨਲ ਚੀਜ਼ ਹੁੰਦੀ ਤੁਸੀਂ ਓਦਾਂ ਕਿੱਦਾਂ ਗਾ ਲਓਗੇ, ਤੁਸੀਂ ਉਸ ਤਰ੍ਹਾਂ ਕਦੀ ਵੀ ਨਹੀਂ ਗਾ ਸਕਦੇ ਜਿਹਨੇ ਗਾਈ ਹੁੰਦੀ। ਉਸ ਨੂੰ ਲਤਾ ਜੀ ਦਾ ਗਾਣਾ ਕੋਈ 100 ਵਾਰੀ ਵੀ ਜੰਮ ਕੇ ਆਵੇ ਲਤਾ ਜੀ ਦਾ ਗਾਣਾ ਨਹੀਂ ਗਾ ਸਕਦਾ, ਉਹ ਲਤਾ ਨਹੀਂ ਬਣ ਸਕਦਾ ਜੀ। ਜਿੰਨਾ ਵੀ ਕੋਈ ਚੰਗਾ ਹੋਵੇ, ਮੁਹੰਮਦ ਅਲੀ ਆਪਣਾ ਰਫੀ ਸਾਹਿਬ ਦਾ ਕੋਈ ਗਾਣਾ ਚੁੱਕ ਲਵੇ, ਉਹ ਰਫੀ ਸਾਹਿਬ ਨਹੀਂ ਹੋ ਸਕਦਾ, ਉਹ ਸੋਨੂ ਨਿਗਮ ਤੇ ਬਣ ਜਾਏਗਾ ਲੇਕਿਨ ਰਫੀ ਨਹੀਂ ਬਣੇ। ਨਾ ਫਰਕ, ਸਹੀ ਗੱਲ ਕਹੀ, ਸਹੀ ਉਦਾਹਰਣ ਦਿੱਤਾ। ਹਾਂ ਲੇਕਿਨ ਜੀ ਜੀ ਬੋਲੋ ਸ਼ੁਰ ਜੀ। ਉਹ ਮੈਂ ਅਰਜ਼ੀ ਕਰ ਰਿਹਾ ਸੀਗਾ ਕਿ ਜਿੰਨੇ ਸਾਡੇ ਕਮਲ ਜੀ ਨੇ ਉਹਨਾਂ ਨੂੰ ਚਾਹੀਦਾ ਕਿ ਪਹਿਲੇ ਜਿਹਦੇ ਜਿਹਦੇ ਤੁਸੀਂ ਕਲਾਮ ਜਾਂ ਆਈਟਮ ਗਾ ਰਹੇ ਹੋ ਉਹਦੇ ਤੋਂ ਇਜਾਜ਼ਤ ਲਵੋ, ਉਹਨੂੰ ਫੋਨ ਕਰੋ, ਤੁਹਾਡੇ ਕੋਲ ਨੰਬਰ ਨੇ ਉਹਨਾਂ ਨਾਲ ਕੰਟੈਕਟ ਕਰੋ, ਉਹਨਾਂ ਤੋਂ ਇਜਾਜ਼ਤ ਲਵੋ ਜੀ ਕਿ ਤੁਹਾਡੀ ਇਜਾਜ਼ਤ ਹੈ, ਫਿਰ ਉਹਨਾਂ ਦੀ ਇਜਾਜ਼ਤ ਲੈ ਕੇ ਬਕਾਇਦਾ ਖੁਦ ਅਨਾਊਂਸ ਕਰੋ ਕਿ ਮੈਂ ਉਹਨਾਂ ਨੂੰ ਟ੍ਰਿਬਿਊਟ ਕਰ ਰਿਹਾ, ਮੈਂ ਉਹਨਾਂ ਦਾ ਕਵਰ ਸੌਂਗ ਗਾ ਰਿਹਾ, ਮੈਂ ਸਾਡੇ ਦੁਨੀਆਂ ਦੇ ਵੱਡੇ ਆਰਟਿਸਟ ਫਲਾਂ ਨੇ ਜੀ ਇਸ ਮੁਲਕ ਦੇ ਨੇ ਜਿਹੜੇ ਜਿਹੜੇ ਉਹਨਾਂ ਦਾ ਤੁਸੀਂ ਆਈਟਮ ਗਾ ਰਹੇ ਹੋ ਉਹਨਾਂ ਦਾ ਦੱਸੋ ਜ਼ਰੂਰ। ਅਤੇ ਇਸ ਤੋਂ ਹਟ ਕੇ ਮੈਂ ਸਾਰਿਆਂ ਨੂੰ ਇਹ ਕਹਾਂਗਾ ਜਿੰਨੇ ਵੀ ਸਾਡੇ ਆਰਟਿਸਟ ਨੇ ਆਰਟਿਸਟ ਭਰਾ ਨੇ ਕਿ ਪਲੀਜ਼ ਆਪਣਾ ਕੁਝ ਕਰੋ, ਡੂ ਸਮਥਿੰਗ ਨਿਊ, ਆਪਣਾ ਕੁਝ ਕਰੋ, ਫਿਰ ਆਪਣੇ ਕਰਨ ਉਹਦੇ ਉਹਦਾ ਮਕਸਦ ਹੈ ਕਿ ਤੁਸੀਂ ਜਦੋਂ ਆਪਣਾ ਕਰੋਗੇ ਤੁਸੀਂ ਵੀ ਲੇਜੈਂਡ ਕਵਾਓਗੇ, ਵਕਤ ਨਾਲ ਇੱਕ ਟਾਈਮ ਦੇ ਨਾਲ ਤੁਸੀਂ ਉਸ ਗ੍ਰੇਡ 'ਤੇ ਆ ਜਾਓ। ਜਦੋਂ ਤੁਸੀਂ ਲੋਕਾਂ ਦੀ ਸਾਰੀ ਜ਼ਿੰਦਗੀ ਗਾਏ ਜਾਣੇ ਨਾ ਤੁਹਾਡਾ ਕੁਝ ਵੀ ਨਹੀਂ ਰਹਿਣਾ, ਤੁਸੀਂ ਕਦੀ ਲੇਜੈਂਡ ਨਹੀਂ ਹੋ ਸਕਦੇ, ਨੈਵਰ ਐਵਰ, ਕਦੀ ਵੀ ਨਹੀਂ ਹੋ ਸਕਦਾ ਜਿਹੜਾ ਤੁਸੀਂ ਹਾਸਿਲ ਕਰਨਾ ਚਾਹੁੰਦੇ। ਉਹ ਤੁਸੀਂ ਅੱਜ ਮੈਂ ਤੁਹਾਡੇ ਤੁਹਾਡੀ ਟਾਈਮ ਲੈ ਰਿਹਾ, ਮੈਂ ਗੱਲਾਂ ਕੁਝ ਪੈਗਾਮ ਦੇਣਾ ਚਾਹ ਰਿਹਾ ਉਹਨਾਂ ਤੱਕ ਇਹ ਜਾ ਰਿਹਾ, ਮੈਨੂੰ ਪਤਾ ਕਿ ਲੋ ਜੀ ਫ੍ਰੀਜ਼ ਹੋਇਆ, ਲੇਕਿਨ ਆਪਾਂ ਦੇਖਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਕਈ ਵਾਰੀ ਦੁਬਾਰਾ ਰੀਕਨੈਕਟ ਹੋ ਜਾਂਦਾ। ਹਾਂਜੀ ਆ ਗਿਆ ਆ ਗਿਆ। ਹਾਂਜੀ ਅਸੀਂ ਤੁਸੀਂ ਕਿਹਾ ਸੀ ਮੈਂ ਪੈਗਾਮ ਦੇਣਾ ਚਾਹੁੰਦਾ। ਨੁਸਰਤ ਅਲੀ ਖਾਨ ਸਾਹਿਬ ਇੱਕ ਬਹੁਤ بڑا ਨਾਮ ਸਾਡੇ ਮੁਲਕ ਦਾ। ਹੈਲੋ ਕੈਨ ਯੂ ਹੇਅਰ ਮੀ? ਹਾਂਜੀ ਆਵਾਜ਼ ਯੈਸ ਆ ਰਹੀ ਹੈ। ਕੈਮਰਾ ਨਹੀਂ ਸ਼ੋ ਹੋ ਰਿਹਾ ਮੇਰੇ ਤੇ। ਕੈਮਰਾ ਨਹੀਂ ਸ਼ੋ ਹੋ ਰਿਹਾ। ਓਕੇ ਲੈਟਸ ਸੀ, ਪਰ ਸਾਨੂੰ ਪੂਰੇ ਦਿਖਾਈ ਦੇ ਰਹੇ ਹੋ ਤੁਸੀਂ। ਲੋ ਜੀ ਠੀਕ ਹੈ। ਉਹ ਜੀ ਖਾਨ ਸਾਹਿਬ ਨੇ ਕੋਈ ਬੰਦਾ ਨਾ ਉਹਨਾਂ ਦੀ ਪਾਰਟੀ ਚੋਂ ਹਟ ਗਿਆ ਤੇ ਉਹਨੇ ਕਵਾਲੀ ਪਾਰਟੀ ਬਣਾ ਲਈ ਆਪਣੀ, ਤੇ ਉਹਨਾਂ ਨੇ ਖਾਨ ਸਾਹਿਬ ਨੇ ਨਾ ਉਹਨੂੰ ਬੁਲਾਇਆ ਤੇ ਉਹਨੇ ਖਾਨ ਸਾਹਿਬ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਕਿ ਯਾਰ ਤੂੰ ਪਾਰਟੀ ਤੇ ਆਪਣੀ ਬਣਾ ਲਈ, ਲੇਕਿਨ ਤੈਨੂੰ ਮੈਂ ਮੈਸੇਜ ਦਿੰਦਾ ਕਿ ਤੂੰ ਆਪਣਾ ਕੰਮ ਕਰੀ, ਮੇਰੀ ਕਾਪੀ ਨਾ ਕਰੀ। ਹੈਲੋ ਬਿਲਕੁਲ ਆ ਰਹੀ ਆਵਾਜ਼ ਆ ਰਹੀ ਹੈ? ਤੁਸੀਂ ਮੇਰਾ ਜਿਹੜਾ ਨਾ ਮੇਰੀ ਕਾਪੀ ਨਾ ਕਰੀ, ਆਪਣਾ ਕੰਮ ਕਰੀ, ਜਿਸ ਤਰ੍ਹਾਂ ਕਿ ਸਾਡੇ ਭਾਈ ਮੇਰੇ ਲਈ ਸ਼ੇਰ ਅਲੀ ਸਾਹਿਬ ਨੇ ਕੀਤਾ। ਉਹਦੀ ਮਿਸਾਲ ਉਹਨਾਂ ਨੇ ਦਿੱਤੀ, ਕਹਿੰਦੇ ਮੈਨੂੰ 10 ਲੱਖ ਬੰਦਾ ਸੁਣਦਾ, ਉਹਨਾਂ ਨੂੰ 1 ਲੱਖ ਸੁਣਦਾ, ਉਹਨਾਂ ਦਾ 1 ਲੱਖ ਬੰਦਾ ਮੈਨੂੰ ਨਹੀਂ ਸੁਣਦਾ। ਬੜੀ ਵੱਡੀ ਗੱਲ, ਠੀਕ ਹੈ ਨਾ ਜੀ? ਉਹ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਤੁਸੀਂ ਆਪਣੀ ਵਰਥ ਬਣਾਓਗੇ, ਆਪਣੇ ਕੰਮ ਦੇ ਨਾਲ ਆਪਣੀ ਆਡੀਅੰਸ ਬਣਾਓਗੇ, ਆਪਣੇ ਲੋਕ ਪੈਦਾ ਫੈਨਸ ਪੈਦਾ ਕਰੋਗੇ, ਫਿਰ ਤੁਹਾਡੇ ਹੋਣਗੇ, ਤੁਹਾਡੀ ਪ੍ਰੋਪਰਟੀ ਹੋਏਗੀ। ਆਪਣੀਆਂ ਕ੍ਰੀਏਸ਼ਨਸ ਕਰੋ, ਆਪਣੀ ਜਿੱਦ ਕਰੋ, ਨਾ ਕਿ ਤੁਸੀਂ ਲੋਕਾਂ ਦੀਆਂ ਚੋਰੀ ਕਰਕੇ ਲੋਕਾਂ ਕੋਲੋਂ ਲੈ ਕੇ ਗਾਈ ਜਾਓ, ਇਹਦੇ ਨਾਲ ਕੋਈ ਮਜ਼ਾ ਨਹੀਂ ਆਉਂਦਾ। ਹੁਣ ਮੈਂ ਕਰ ਰਿਹਾ ਆਪਣੇ ਬਜ਼ੁਰਗ ਦਾ, ਆਪਣੇ ਵਾਲਦ ਸਾਹਿਬ ਦਾ ਕਰ ਰਿਹਾ, ਜਾਂ ਆਪਣਾ ਕਰਦਾ, ਮੈਂ ਕਿਸੇ ਦਾ ਨਹੀਂ ਕਰਦਾ। ਬਿਲਕੁਲ ਜੀ, ਇਹ ਅਸੀਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਇਹ ਪੈਂਡੈਮਿਕ ਕਰਕੇ ਹੀ ਅਸੀਂ ਇਹ ਸਕਾਈਪ ਦੇ ਥਰੂ ਕਰਨਾ ਸ਼ੁਰੂ ਕੀਤਾ ਹੈ, ਤੇ ਅਸੀਂ ਉਹਦੇ 'ਚ ਫਸਟ ਐਪੀਸੋਡ 'ਚ ਕਿਹਾ ਸੀਗਾ ਕਿ ਆਈ ਐਮ ਨਾਟ ਅ ਫੈਨ ਆਫ ਰੀਮਿਕਸ, ਕਿਉਂਕਿ ਜਿਹੜਾ ਓਰੀਜਨਲ ਹੈ ਨਾ, ਜਦੋਂ ਉਹਨੂੰ ਤੁਸੀਂ ਟਵਿਸਟ ਕਰਦੇ ਹੋ ਤਾਂ ਉਹਦਾ ਮਜ਼ਾ ਨਹੀਂ ਆਉਂਦਾ।
ਸੋ ਉਹਦੇ ਨਾਲੋਂ ਬੈਟਰ ਹੈ ਕਿ ਜਿਹੜੀ ਫਿਲਮ ਇੰਡਸਟਰੀ ਵੀ ਅੱਜ ਕੱਲ੍ਹ ਪੁਰਾਣੇ ਗਾਣਿਆਂ ਨੂੰ ਹੀ 80% ਰੀਮਿਕਸ ਕਰ ਰਹੀ ਹੈ ਤੇ ਆਪਾਂ ਉਹਦੇ ਤੇ ਸਪੈਸ਼ਲੀ ਇੱਕ ਐਪੀਸੋਡ ਕੀਤਾ ਸੀਗਾ ਕਿ ਰੀਮਿਕਸ ਨਾ ਕਰੋ ਇਹਨੇ ਕਿਆ ਉਹਨਾਂ ਲੋਕਾਂ ਅਫਸੋਸ ਹੈ ਕਿ ਆਪਣਾ ਨਵਾਂ ਕੁਝ ਲਿਆਣ ਉਹ ਨਵਾਂ ਲਿਆਓ ਮੈਂ ਆਸ਼ਾ ਜੀ ਦਾ ਇੱਕ ਪ੍ਰੋਗਰਾਮ ਸੁਣ ਰਿਹਾ ਸੀ ਉਹਦੇ ਵਿੱਚ ਆਸ਼ਾ ਜੀ ਨੇ ਬੜੀ ਅੱਛੀ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਬੇਟਾ ਗਾ ਰਹੇ ਸੀਗੇ ਬੱਚੇ ਅੱਗੇ ਸਿੰਗਰ ਗਾ ਰਹੀ ਸੀ ਤੇ ਉਹਨੂੰ ਕਿਹਾ ਕਿ ਤੂੰ ਬੇਟਾ ਉਹ ਤੁਮ ਆਸ਼ਾ ਜੀ ਕਾ ਗਾਣਾ ਉਨਕੇ ਸਾਹਮਣੇ ਗਾ ਰਹੀ ਹੋ ਕਿ ਤੁਮ ਐਸਾ ਨਹੀਂ ਗਾ ਸਕੀ ਜੈਸੀ ਆਸ਼ਾ ਜੀ ਨੇ ਔਰ ਆਸ਼ਾ ਦੁਬਾਰਾ ਨਹੀਂ ਬਣ ਸਕੀ ਤੂੰ ਉਹਨਾਂ ਦੀ ਗੱਲ ਪੈ ਗਏ ਕਿ ਕਿਉਂ ਨਹੀਂ ਬਣ ਸਕਦੀ ਆਸ਼ਾ ਲਤਾ ਵੀ ਬਣ ਸਕਦੀ ਹੈ ਲੇਕਿਨ ਤੁਸੀਂ ਉਹ ਵੈਸਾ ਕੰਮ ਕਰੋ ਸਾਨੂੰ ਵੀ ਬਣਾਇਆ ਲੋਕਾਂ ਨੇ ਵੈਸੀ ਕੰਪੋਜੀਸ਼ਨਸ ਦਿਓ ਵੈਸਾ ਕੰਮ ਦਿਓ ਤੇ ਕਿਉਂ ਨਹੀਂ ਬਣਨਗੇ ਨਵੀਆਂ ਆਸ਼ਾ ਅੱਛੇ ਬਣ ਸਕਦੇ ਹੋਰ ਅਸੀਂ ਤਾਂ ਨਹੀਂ ਬਣਾ ਲੇਕਿਨ ਹੋਰ ਕੋਈ ਨਵੇਂ ਨਾਮ ਨਵਾਂ ਕੰਮ ਆ ਸਕਦਾ ਤੇ ਲੋ ਜੀ ਇਹ ਜੀ ਇਜਾਜ਼ ਸ਼ੇਰ ਅਲੀ ਜੀ ਤੋਂ ਸ਼ੇਰ ਵਰਗਾ ਮੈਸੇਜ ਤੁਹਾਨੂੰ ਸਾਰਿਆਂ ਨੂੰ ਪਹੁੰਚ ਗਿਆ ਹੋਏਗਾ ਇਹ ਇਹੋ ਜਿਹਾ ਮੈਸੇਜ ਸ਼ੇਰ ਬੰਦਾ ਹੀ ਦੇ ਸਕਦਾ ਸਰ ਹੌਸਲਾ ਬੜਾ ਹੌਸਲਾ ਚਾਹੀਦਾ ਹੈ ਜੀ ਸਾਨੂੰ ਮੈਂ ਅੱਗੇ ਗੱਲ ਕਰਦਾ ਨਾ ਜੀ ਤੇਰੇ ਪੱਲੇ ਸੱਚ ਕੁੜੇ ਤੂੰ ਕਿਤੇ ਖਲੋ ਕੇ ਨੱਚ ਕੁੜੇ ਸਾਨੂੰ ਤੇ ਸਾਡੇ ਬਜ਼ੁਰਗ ਨੇ ਕਿਹਾ ਹੈ ਇਹ ਗੱਲ ਮੈਂ ਸਹੀ ਗੱਲ ਤੇ ਆਪਾਂ ਇਸ ਮੂਹਰੇ ਚੋਂ ਨਿਕਲਦੇ ਤੁਸੀਂ ਕਿਹਾ ਸੀ ਕਿ ਹਾਨੀਆ ਅਲੀ ਜੀ ਨੇ ਇੱਕ ਫਰਮਾਇਸ਼ ਕੀਤੀ ਹੈ ਜਿੰਦ ਮੁੱਕ ਗਈ ਨੈਕਸਟ ਵਨ ਤੇ ਪਿੰਕੀ ਪਾਰਸ ਜੀ ਕਹਿ ਰਹੇ ਨੇ ਜਿਹੜਾ ਕਿ ਮੇਰਾ ਫੇਵਰਿਟ ਹੈ ਜਿਹੜਾ ਮੈਂ 24 ਘੰਟੇ ਗਾਉਂਦੀ ਰਹਿੰਦੀ ਹਾਂ ਜੀ ਜੀ ਤੇ ਉਹ ਵੀ ਪਿੰਕੀ ਹਮੇਰਾ ਚੰਨਾ ਜੀ ਦੇ ਨਾਲ ਜਿਹੜਾ ਗਾਇਆ ਤੁਸੀਂ ਉਹ ਵੀ ਗਾਵਾਂਗੇ ਡੈਫੀਨੇਟਲੀ ਉਹ ਤਾਂ ਮੈਂ ਸੁਣਨਾ ਹੀ ਸੁਣਨਾ ਹੈ ਜੀ ਤੇ ਜਿੰਦ ਮੁੱਕ ਗਈ ਹਾਨੀਆ ਜੀ ਨੇ ਅਗੇਨ ਲਿਖਿਆ ਓਕੇ ਜੀ ਹਾਨੀਆ ਜੀ ਦੀ ਫਰਮਾਇਸ਼ ਲਿਖਿਆ ਹਾਨੀਆ ਜੀ ਦੀ ਫਰਮਾਇਸ਼ ਸੁਣਾ ਰਹੇ ਹਾਂ ਜੀ ਜਿੰਦ ਮੁੱਕ ਗਈ ਚਾਰ ਕੇ ਪੰਜ ਵਾਰੀ ਹਾਨੀਆ ਜੀ ਥੈਂਕ ਯੂ ਹਾਨੀਆ ਜੀ ਮੁੱਕੀ ਨਾ ਜਾਵੇ ਜਿੰਦ ਵਿਚਾਰੀ ਦੀ ਪੰਕਜ ਜੀ ਕੁਵੈਤ ਤੋਂ ਦੇਖ ਰਹੇ ਹੋ ਕੁਵੈਤ ਤੋਂ ਥੈਂਕ ਯੂ ਜੀ ਅਰਜੀਤ ਹੁੰਦਲ ਭਾਜੀ ਦੇਖ ਰਹੇ ਨੇ ਥੈਂਕ ਯੂ ਸੌਂਗ ਜੀ ਸਾਡੇ ਪੰਜਾਬ ਦੇ ਕਿੰਗ ਇੰਡੀਆ ਪੰਜਾਬ ਦੇ ਕਿੰਗ ਸਾਡੇ ਦਲੇਰ ਮਹਿੰਦੀ ਜੀ ਉਹਨਾਂ ਦੇ ਚੈਨਲ ਤੋਂ ਮੈਂ ਸੁਣਿਆ ਔਰ ਪਲੀਜ਼ ਤੁਸੀਂ ਸਾਰੇ ਸੁਣ ਸਕਦੇ ਹੋ ਯੂਟਿਊਬ ਤੇ ਅਵੇਲੇਬਲ ਹੈ ਜਿੰਦ ਮੁੱਕ ਗਈ ਸਗਵਾ ਬਣੀ ਮਾਨੇ ਪਮਾ ਸਗਵਾ ਬਣੀ ਮਾਨੇ ਪਾ ਜਿੰਦ ਮੁੱਕ ਗਈ ਜਿੰਦ ਮੁੱਕ ਗਈ ਹਾਏ ਜਿੰਦ ਮੁੱਕ ਗਈ ਹਾਏ ਜਿੰਦ ਮੁੱਕ ਗਈ ਹਾਏ ਜਿੰਦ ਮੁੱਕ ਗਈ ਹਾਏ ਜਿੰਦ ਮੁੱਕ ਗਈ ਵਾਹ
दर्द दिखा सजना दिल मुखर दर्द दिखा सजना छेतिया सजना बलिया सजना दिल दर्द दिखा सजना जिंदू मुख दे दर्द दिखा सजना जिंदू मुख दे दर्द दिखा सजना छेतिया सजना गलला सजना छेतिया सजना गलला सजना अल्लाह वास्ते सानू तेरी जुदाई मार दई सानू तेरी जुदाई मार दई जिंद सदमे सहाग गई जिंद सदमे सहाग गई देर ना ला सजना आजा देर ना ला सजना चिथिया सजना गलला सजना रे दिल आयो जिंद मुकदे जिंद मुकदे वाह जी वाह ते सर तुसी दस्या के एक गाना दरेर भाजी ने रिकॉर्ड कीता अपने स्टूडियो च हां जी जी स्टूडियो उन्हां दे चैनल तो रिलीज होया उन्हां दे चैनल तो डीएम प्रोडक्शन हां जी ते असी बहुत-बहुत थैंक यू देने शेर बंदे दा गाना शेर ही रिलीज कर सकदा दलेर मेहंदी साडे फैमिली दे शेर ने ते शेर तो याद आया कि कल छोटे शेर दा जन्मदिन सीगा मीका सिंह हैप्पी बर्थडे जी हैप्पी सो टू यू मीका जी जी मेनी मेनी हैप्पी रिटर्न्स ऑफ द डे मीका जी भाई साहब नु साडे वल्लों अल्लाह उन्होंने सलामत उन्होंने माशाल्लाह बहुत तरक्की की है और अल्लाह उन्होंने होर इस तरह ढेर सारी इस तरह दे ताड़ा बहुत बहुत हैप्पी बर्थडे जी साडे लो ढेर थैंक यू माय टीवी वालों भी मीका जी तुहानू बहुत बहुत जन्मदिन मुबारक हो साडे कोले ते केक कुक नहीं हैगा अगली बारी मेक श्योर करांगे असीं केक कटांगे ते साडियां हमेशा शुभकामनाएं तुहाडे नाल ने माय टीवी दीआं ते मेरी मोनी दी ते जिन्ने साडी टीम है सारे हैप्पी बर्थडे ते हुण असीं चाहवांगे कि साढ़े बड़े सारे खानदान मैंबर सानू देख रहे हैं ह्यूस्टन टैक्सस तो अमर मामा जी कुलविंदर कैली अते गुरलेज अख्तर दे फादर ओह तुहानू देख रहे हैं इस वक्त बड़े सुरीले फनकार ने ओह भी अजकल पंजाब दे नंबर वन ने गुरलेज अख्तर जी ते कैली जी संजय सुनेजा बिट्टू जी सानू वॉच कर रहे हैं दिल्ली तो ते असीं हुण जिहड़े मैं तुहानू दस्सिया सी जिवें कि मेरा चन्ना जी दे नाल जिहड़ा तुसीं गाया मेरा फेवरेट है मैं खोर नाल नंबर रतन शर्मा जी सानू देख रहे ने इह हुसन लाल भगत राम जी दे पड़ पोतरे ने ते इह वी सानू वॉच कर रहे ने बॉम्बे तो
ਤੇ ਸਾਡੀ ਆਡੀਅנס ਥੋੜੀ ਹੈ ਲੇਕਿਨ ਸੁਰੀਲੀ ਹੈ, ਸੁਰੀਲੀ ਹੈ ਔਰ ਲਿਸਨਰ ਹੈ, ਗੁੱਡ ਲਿਸਨਰ ਹੈ ਬਾਜੀ। ਚੰਗੇ ਹੋਣ ਥੋੜੇ ਹੀ ਚੰਗੇ ਹੈ, ਉਹ ਬਹੁਤ ਕਾਫੀ। ਸਹੀ ਗੱਲ, ਸਹੀ ਗੱਲ, ਬਹੁਤ ਰੌਲਾ ਜਿਹਾ ਪੈ ਜਾਂਦਾ। ਹਾਂਜੀ, ਤੇ ਮੈਨੂੰ ਹੁਣ ਇਹ ਦੱਸੋ, ਪਹਿਲੀ ਗੱਲ ਤੇ ਤੁਹਾਨੂੰ ਥੋੜਾ ਜਿਹਾ ਹੁਣ ਮਾਹੌਲ ਵੀ ਲਾਈਟ ਕਰੀਏ ਸੀ, ਤੁਹਾਨੂੰ ਕੋ ਆਗਵਾ ਕੇ ਤਕਾਣਾ ਨਹੀਂ ਹੈ ਨਾ। ਹਾਂ, ਤੇ ਆਪਣਾ ਬੱਚੇ ਕਿੰਨੇ ਨੇ ਪਰਿਵਾਰ ਚ, ਕਿੰਨੇ ਕੁ ਜੀ ਹੋ ਜੀ? ਮੇਰੇ ਮਾਸ਼ਾਅੱਲਾ ਤਿੰਨ ਬੱਚੇ ਨੇ ਜੀ, ਦੋ ਬੇਟੇ ਹੈ ਇੱਕ ਬੇਟੀ ਹੈ, ਉਹਨਾਂ ਦਾ ਸ਼ੁਕਰ ਹੈ। ਕੀ ਬਾਤ ਹੈ, ਤੇ ਬੇਟਾ ਤਾਂ ਇੱਕ ਛੋਟਾ ਜਿਹਾ, ਮੈਂ ਦੇਖਿਆ ਆਪਾਂ ਫੋਟੋ ਵੀ ਖਿੱਚੀ ਕੱਲ ਮੈਂ ਫੇਸਬੁੱਕ ਤੇ ਪਾਈ ਹੈ, ਹੀ ਸੋ ਕਿਊਟ। ਤੇ ਉਹ ਵੀ ਕੁਝ ਗਾਣੇ ਵਜਾਣੇ ਦਾ ਸ਼ੌਂਕ ਰੱਖਦੇ ਨੇ ਯਾਰ, ਮੈਨੂੰ ਲੱਗਦਾ ਹੈ ਵਾਜਾ ਤੇ ਵਜਾ ਰਿਹਾ ਸੀ ਕੱਲ। ਮੈਨੂੰ ਉਹ ਤਾਂ ਸ਼ੱਕ ਪੈਂਦਾ ਨਿੱਕਾ ਜਿਹੜਾ ਨਾ ਛੋਟਾ, ਕਿ ਸ਼ਾਇਦ ਉਹ ਮੇਰੀ ਵੈਸੇ ਆਪਣੀ ਵੀ ਦੁਆ ਹੈ ਕਿ ਅੱਲਾ, ਕਿਉਂਕਿ ਸਾਡਾ ਇੱਕ ਆਮਦਨੀ ਜਿਹੜਾ ਕੰਮ ਹੈ, ਇਹ ਕੋਈ ਨਾ ਕੋਈ ਵਿੱਚ ਗੱਲ ਰਹਿਣੀ ਚਾਹੀਦੀ, ਕੋਈ ਜ਼ਿੰਦਗੀ ਅੱਗੇ ਚੱਲਦੀ ਰਹਿਣੀ ਚਾਹੀਦੀ, ਕੋਈ ਬੱਚਾ ਹੋਣਾ ਚਾਹੀਦਾ ਮਜ਼ੀਦ ਅੱਗੇ, ਮੇਰੇ ਤੋਂ ਬਾਅਦ ਵੀ ਕੋਈ ਆਉਣਾ ਚਾਹੀਦਾ ਕਿ ਜਿਹੜਾ ਮੇਰੇ ਬਾਪ ਦੇ ਨਾਮ ਨੂੰ ਜਿੰਦਾ ਰੱਖੇ। ਪਰਿਵਾਰ ਚ ਕਿੰਨੇ ਭੈਣ ਭਰਾ ਹੋ ਤੁਸੀਂ ਆਪ? ਅਸੀਂ ਜੀ 6 ਭੈਣ ਭਾਈ ਹਾਂ, ਮੇਰੀਆਂ 4 ਭੈਣਾਂ ਨੇ, ਅਸੀਂ 2 ਭਾਈ ਹਾਂ। ਕੁਲਦੀਪ, ਇੱਥੇ ਇੱਕ ਇੱਕ ਜਿੰਨੇ ਵੀ ਆਰਟਿਸਟ ਆਏ ਨੇ ਆਲਮੋਸਟ ਸਾਰਿਆਂ ਦੇ 6 ਭੈਣ ਭਰਾ ਨੇ, ਇਹ ਕਿਉਂ? ਕਿਉਂਕਿ ਮੇਰੇ ਵਿੱਚ ਅਸੀਂ ਲੋਕ ਵੀ 6 ਆ। ਮੇਰੇ ਨਾ ਜੀ, ਮੇਰੇ ਮੇਰੇ ਨਾਨ, ਮੇਰੀ ਅੰਮੀ, ਉਹ ਵੀ 4 ਭੈਣਾਂ 2 ਭਰਾ, ਮੇਰੇ ਦੋ ਮਾਮੇ, ਮੇਰੇ ਅੱਬੂ ਵੀ 4 ਭੈਣਾਂ 2 ਭਰਾ, ਤੇ ਬਾਕੀ 6 ਦਾ ਛਿੱਕਾ ਚੱਲ ਰਿਹਾ। ਤੇ ਤੁਸੀਂ ਵੀ ਛਿੱਕਾ ਮਾਰੋਗੇ ਜਾਂ ਟਿੱਕੇ ਤੇ ਅੜੇ ਰਹੋਗੇ? ਤਿੰਨ ਧੜੇ ਨੇ, ਸੋਚ ਕੇ ਦੱਸਾਂਗਾ। ਚਲੋ ਅੱਛੀ ਗੱਲ, ਸੋਚ ਸੋਚ ਵਿਚਾਰ ਕਰ ਲੈਣਾ। ਪਹਿਲੇ ਜ਼ਮਾਨੇ ਚ ਚੱਲ ਜਾਂਦਾ ਸੀ ਵੱਡੀ ਫੈਮਿਲੀ, ਅੱਜ ਕੱਲ ਦੇ ਜ਼ਮਾਨੇ ਚ ਅਸੀਂ ਤਾਂ 2 ਤੇ ਹੀ ਸੈੱਟ ਆ, 2 ਹੀ ਬਹੁਤ ਹੈ। ਨਹੀਂ, ਪਲ ਜਣ ਅੱਜ ਦੇ ਦੌਰ ਚ ਤੇ ਅੱਛੇ ਤਰੀਕੇ ਨਾਲ ਇਹਨਾਂ ਬੱਚਿਆਂ ਦੀ ਪਰਵਰਿਸ਼ ਹੋ ਜਾਏ ਤੇ ਬਹੁਤ ਬਿਹਤਰ, ਜ਼ਿਆਦਾ ਬਹੁਤਿਆਂ ਨੂੰ ਕੀ ਕਹਿਣਾ। ਕਹਿੰਦੇ ਕਹਿੰਦੇ ਲਾਇਕ ਇੱਕੋ ਹੀ ਔਲਾਦ ਹੋ ਜਾਏ ਤਾਂ ਬਹੁਤ ਹੈ ਜੀ। ਹਾਂਜੀ, ਸੋ ਇਹੀ ਦੁਆ ਕਰਾਂਗੇ। ਪਿੰਕੀ ਪਾਰਸ ਨੇ ਕਿਹਾ ਹਾਰਮੋਨੀਅਮ ਕਿਆ ਕਮਾਲ, ਮੈਂ ਹਾਰਮੋਨੀਅਮ ਤੋਂ, ਸੋਰੀ ਮੋਨੀ ਤੁਹਾਡੀ ਗੱਲ ਕੱਟ ਰਿਹਾ ਮੈਂ, ਪਿੰਕੀ ਜੀ ਦੇ ਵੀ, ਮੈਂ ਹਾਰਮੋਨੀਅਮ ਪਿਛਲੇ ਹਫ਼ਤੇ ਹਿਮਾਂਸ਼ੂ ਜੀ ਦਾ ਸੁਣਿਆ ਸੀਗਾ, ਤੇ ਉਹ ਕਹਿੰਦੇ ਸੀ ਮੈਂ ਗੁਲਾਮ ਅਲੀ ਖਾਨ ਸਾਹਿਬ ਨੂੰ ਦੇਖ ਦੇਖ ਕੇ ਹਾਰਮੋਨੀਅਮ, ਔਰ ਅੱਜ ਮੈਂ ਤੁਹਾਡਾ ਹਾਰਮੋਨੀਅਮ ਸੁਣਿਆ, ਤੁਹਾਡਾ ਵੀ ਹਾਰਮੋਨੀਅਮ ਬਹੁਤ ਕਮਾਲ ਹੈ ਸਰ। ਮੈਂ ਅੱਗੇ ਅੱਗੇ ਵੀ ਮੈਂ ਮੇਰੀ ਮੋਨੀ ਜੀ ਨਾਲ ਗੱਲ ਹੋ ਰਹੀ ਸੀ ਉਸ ਦਿਨ, ਤੇ ਮੈਂ ਦੱਸਿਆ ਕਿ ਮੈਂ ਹਾਰਮੋਨੀਅਮ ਵੀ ਆਪਣੇ ਬਜ਼ੁਰਗਾਂ ਤੋਂ ਸਿੱਖਿਆ, ਆਪਣੇ ਵਾਲਦ ਸਾਹਿਬ ਤੋਂ ਹੀ, ਲੇਕਿਨ ਮੈਂ ਇੰਨਾ ਅੱਛਾ ਨਹੀਂ ਵਜਾਉਂਦਾ, ਆਪਣੇ ਜੋਗਾ ਮੇਰਾ ਹੈਗਾ, ਮੇਰੇ ਤੋਂ ਤਾਂ ਬਹੁਤ ਢੇਰ ਸਾਰੇ ਚੰਗੇ ਨੇ ਔਰ ਸਾਰੇ ਯਾਰ। ਤੁਹਾਨੂੰ ਮੈਨੂੰ ਲੱਗਦਾ ਤਰੀਫ ਨਾ ਸੁਣਨੀ ਪਸੰਦ ਹੈ ਕਿ ਜਾਣ ਜਾਣ ਕੇ ਹੋਰ ਕਰਨ, ਤੇ ਮੈਂ ਆਪਣੀ ਤਰੀਫ ਨਾ ਹੀ ਕਰਾਂ। ਨਹੀਂ ਹੈ ਫਾਪੀ, ਮੈਂ ਸੱਚੀ ਕਹਿ ਰਿਹਾ ਕਿ ਮੇਰਾ ਜਿਹੜਾ ਹਾਰਮੋਨੀਅਮ ਹੈ ਉਹ ਐਡਾ ਕੋਈ ਖਾਸ ਨਹੀਂ, ਮੈਂ ਇੰਨਾ ਅੱਛਾ ਪਲੇਅਰ ਨਹੀਂ ਹੈ, ਮੇਰੇ ਮਾਸ਼ਾਅੱਲਾ ਮੇਰੇ ਭਾਈ ਬਹੁਤ ਕਮਾਲ ਵਜਾਉਂਦੇ ਨੇ, ਜਿਨ੍ਹਾਂ ਨੂੰ ਮੈਂ ਬਸ ਵੇਖਿਆ ਸ਼ੁਰੂ ਹੋਇਆ, ਸਾਰੇ ਹੀ ਕਮਾਲ ਨੇ, ਬੜੇ ਬੜਾ ਤੇਜ਼ ਹਾਰਮੋਨੀਅਮ, ਬੜਾ ਫਾਸਟ ਵਜਾਉਂਦੇ ਨੇ, ਮੈਂ ਤੇ ਆਪਣਾ ਅਸਲ ਜੀ ਸ਼ੁਰੂ ਤੋਂ ਅਸੀਂ ਫਿਲਮਾਂ ਦੇਖਦੇ ਹਾਂ ਔਰ ਫਿਲਮ ਵੇਖਣ ਨਾਲ ਉਹਦੇ ਵਿੱਚ ਮਿਊਜ਼ਿਕ ਜਿਹੜਾ ਹੁੰਦਾ ਬੜਾ ਬੜਾ ਅੱਛਾ ਮਿਊਜ਼ਿਕ ਜਿਹੜਾ ਉਹ ਸੁਣਨ ਨੂੰ ਮਿਲਿਆ ਔਰ ਬੜੀ ਮੈਂ ਬੜੇ ਬੜੇ ਫਿਲਮ ਜਿਹੜਾ ਉਹ ਬੜੀ ਪਸੰਦ ਕਰਦਾ ਵੇਖਣਾ, ਐਂਟਰਟੇਨਿੰਗ। ਚਲੋ ਫਿਲਮਾਂ ਤੋਂ ਦੱਸਣੇ ਦਾ, ਇਸ ਟਾਈਮ ਜਿਹੜਾ ਬਾਲੀਵੁੱਡ ਚੱਲ ਰਿਹਾ ਔਰ ਇਸ ਟਾਈਮ ਬਾਲੀਵੁੱਡ ਦੇ ਜਿਹੜੇ ਯੰਗ ਬੱਚੇ ਨੇ, ਯੰਗ ਮੁੰਡੇ ਨੇ, ਜਿਹੜੇ ਕਿ ਸੋਨੂ ਨਿਗਮ, ਅਰੀਜੀਤ ਹੈ ਜਾਂ ਜਿਹੜਾ ਵੀ ਤੁਹਾਨੂੰ ਪਸੰਦ ਹੈ, ਇਹਨਾਂ 'ਚ ਕੋਈ ਕੋਈ ਐਸਾ ਸਿੰਗਰ ਹੈ ਜਿਹਦਾ ਤੁਸੀਂ ਇੱਕ ਗਾਣਾ ਜਾਂ 2 ਲਾਈਨਾਂ ਗੁਣਗੁਣਾਉਣਾ ਚਾਹੋਗੇ? ਐਕਚੁਅਲੀ ਜੀ ਮੈਨੂੰ ਗਾਣੇ ਸੋਨੂ ਨਿਗਮ ਦ ਬੈਸਟ, ਬਹੁਤ ਮੈਨੂੰ ਵੀ ਬੈਸਟ ਨੇ, ਮੇਰਾ ਖਿਆਲ ਕੋਈ ਵੀ ਸਿੰਗਰ ਐਸਾ ਨਹੀਂ ਹੈਗਾ ਜੈਸਾ ਸੋਨੂ ਨਿਗਮ, ਗ੍ਰੇਟ ਆਰਟਿਸਟ, ਐਨੀ ਵਰਸਟੈਲਿਟੀ, ਕਿਆ ਬਾਤ, ਫੀਲ ਵੀ ਬੜਾ ਤਗੜਾ ਉਹਦਾ, ਓਏ ਹੋ ਕਿਆ ਬਹੁਤ ਫੀਲ ਕਰਕੇ ਗਾਉਂਦੇ ਨੇ। ਤੇ ਕੋਈ ਗਾਣਾ ਚੇਤੇ ਹੈ ਤੁਹਾਨੂੰ ਉਹਨਾਂ ਦੇ ਗਾਣੇ? ਮੈਨੂੰ ਹੁਣ ਇਸ ਤਰ੍ਹਾਂ ਤੇ ਨਹੀਂ ਚੇਤੇ ਆਣਾ, ਮੈਂ ਕੋਈ ਸ਼ਾਇਦ ਅਸੀਂ
ਅਸੀਂ ਲੋਕਾਂ ਨੂੰ ਦੱਸਦੇ ਕਿ ਅਸੀਂ ਹਰ ਆਰਟਿਸਟ ਨੂੰ ਔਨ ਦਾ ਸਪੌਟ ਪੁੱਛਿਆ ਜਾਂਦਾ, ਸਾਡਾ ਕੋਈ ਸਕ੍ਰਿਪਟਡ ਨਹੀਂ ਹੁੰਦਾ, ਜੋ ਦਿਲ 'ਚ ਹੈ ਉਹੀ ਸਾਹਮਣੇ ਆਉਂਦਾ। ਬਾਈ ਦ ਵੇ ਜੀ ਖਾਨ ਨੇ ਲਿਖਿਆ ਕਿ ਇਹ ਮੇਰੇ ਚਾਚਾ ਜੀ ਨੇ, ਸੋ ਜੀ ਖਾਨ ਤੁਸੀਂ ਫੈਮਿਲੀ ਬਣ ਗਏ ਹੋ ਤੁਸੀਂ ਵੀ। ਬਿਲਕੁਲ ਜੀ, ਬਿਲਕੁਲ ਜੀ ਖਾਨ। ਮੈਂ ਹੁਣ ਗਾਣਾ ਕਿਹੜਾ ਉਹਨਾਂ ਦਾ, ਕੋਈ ਸ਼ਾਇਦ ਮੈਨੂੰ ਕੋਈ ਬੋਲ ਯਾਦ ਹੋਣ ਉਹਨਾਂ ਦੇ, ਤੁਹਾਨੂੰ ਨਹੀਂ ਕਹਿੰਦਾ ਗਾਣਾ, ਕਿਉਂਕਿ ਅਸੀਂ ਤਾਂ ਆਪਣੇ ਕੰਮ 'ਚ ਮਸਰੂਫ ਹੁੰਦੇ ਹਾਂ। ਇਸ ਤਰ੍ਹਾਂ ਚੇਤੇ ਨੀ ਜੀ ਆਣਾ, ਮੈਂ ਮਾਜ਼ਰੇ ਚਾਹਨਾ। ਕਿਹੜਾ ਗਾਣਾ? ਕੁਮਾਰ ਸਾਨੂੰ ਜੀ ਦਾ ਏਦਾਂ ਮਿਲਣਾ ਸਰ ਤੇ ਕਮਾਲ ਨੇ ਉਹਨਾਂ ਦਾ, ਕੋਈ ਵੀ ਗਾਣਾ ਐਸਾ ਨੀ ਜਿਹੜਾ ਮੈਨੂੰ ਬੜਾ ਮੁਸ਼ਕਿਲ ਚ ਪਾ ਦਿੱਤਾ, ਚੇਤੇ ਨੀ ਮੈਨੂੰ ਹੈਗੇ, ਯਾਦ ਨੀ ਹੈਗੇ। ਸਾਡੇ ਪਾਕਿਸਤਾਨ ਦੀ ਗ੍ਰੇਟ ਲੇਜੈਂਡ ਆਰਟਿਸਟ ਨੇ ਉਹ, ਤੇ ਉਹਨਾਂ ਨੇ ਬੜੀ ਮੁਹੱਬਤ, ਉਹਨਾਂ ਨੇ ਮੈਨੂੰ ਬੜਾ ਪਿਆਰ ਕੀਤਾ, ਉਹਨਾਂ ਦੀ ਮਿਹਰਬਾਨੀ, ਮੇਰੀ ਵੱਡੀ ਭੈਣ ਨੇ, ਅਤੇ ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਮੇਰੇ ਨਾਲ, ਉਹਨਾਂ ਨੇ ਡੂਇਟ ਸੌਂਗ ਕੀਤਾ, ਅਤੇ ਸਾਡੇ ਸੀਨੀਅਰ ਨੇ, ਮੈਂ ਬੜਾ ਘਬਰਾਇਆ ਸੀ ਉਹਨਾਂ ਨਾਲ ਗਾਉਂਦਾ ਹੋਇਆ, ਲੇਕਿਨ ਫਿਰ ਵੀ ਅੱਲਾ ਨੇ ਚਲੋ ਕਹਿ ਹੋ ਗਿਆ ਗਾਣਾ। ਮੈਂ ਤੁਹਾਡੀ ਨਜ਼ਰ ਕਰਨਾ मन मेरे गल सुना, मन मेरे गल सुना, सोने नहीं सोने, मन मेरे गल सुना, सोने ਸੋਣੇ, ਨੈਣ ਮੇਰੇ ਰੋਣਗੇ ਨਾ ਜਾ, ਮਨ ਮੇਰੇ ਦਿਲ ਪੁਨਾ ਜਾ। ਕਰੇ ਇੱਕ ਵਾਰ ਮੇਰੇ ਪਿਆਰ ਦਾ, ਕਰੇ ਇੱਕ ਵਾਰ ਮੇਰੇ ਪਿਆਰ ਦਾ, ਸੋਹਣੇ ਨੀ ਸੋਹਣੇ, ਮੇਰੇ ਸਾਡੇ ਹੋਣਗੇ ਜਾਣ ਦੇ ਜਾਣ ਦੇ, ਹੋਰ ਕਿਸੇ ਵੱਲ ਮੇਰੀ ਉੱਠ ਨਿਗਾਨ, ਹੋਰ ਕਿਸੇ ਵੱਲ ਮੇਰੀ ਉੱਠ ਨਿਗਾਨ, ਤੇਰੇ ਤੇ ਯਕੀਨ ਪਰ ਸਮਾਂ ਦਾ ਬਚਾਨ,
तेरे ते यकीन पर सारा बसाने दिल मेरे नाल बसा। क्या बात है। दिल मेरे नाल बसा जा सड़े होंगे ना जा जा मेरी दल दिल से ना नावी हूँ जिस मदा फासला दिल ते ना लावी हुन जिस मदा फासला जान मेरी तेरे नाल दिल दा ए फैसला जान मेरी तेरे नाल दिल दा ए फैसला मेरे लूलूच समार मेरे लूच समा सोने नीरे नैम मेरे रोण गे जान दे मन मेरी गल ना ओ ना मेरी गल आवांगा मैं आखे तेनू सुने ना लावांगा आवांगा मैं आखे तेनू सीने ना दिलावांगा सिर मत्थे रखांगा ते नाज उठावांगा सिर मत्थे रखांगा ते नाज उठावांगा मेरे नाल नैन मिला जा मिल सड़े होंगे ना मिल सड़े होंगे जान दे मन मेरी गल तू ना मन मेरी गल तू ना वन ऑफ माई फेवरेट है रोमांस इन्ना इस गाने दे विच और इन्ना सूदिंग मतलब इदा लगता कि तुसी रिलैक्स हो रहे हो जदों इन्नू सुनदे हो और दोनों मेल और फीमेल वर्जन दोनों ने कमाल कमाल गाया बल्कि मैं इहदे बारे गल करी जदों दी रिकॉर्डिंग सी असीं जदों सिलेक्ट कर रहे सां काम मैंने काफ़ी लोगों ने कहा जी तुम जो ना अजकल दौर का गाना कोई फास्ट कोई रिदमिक रॉकिंग ये वो हर चीज़ तो मैं क्या मैं नहीं मैं ऐसा कुछ नहीं करना मेरे नाल एक पाकिस्तान की बहुत बड़ी स्टार तो साढ़े वीक लैगेसी है और उन्होंने हज़ार लोग करोड़ों लोग देखने वाले तो कुछ काम ऐसा करना कि उस कोई भी बंदा यह ना कहे कि मैंने की किया मिलकर दो एडे हम कट्ठे हुए ते ओ एक इनू बच्चे नू भी चाहिए दस के एडी वड्डी सिंगर नू नाल गवा रहे हैं ते तू कोई चंगा ही गाना गा लेगा सही ओ बस फिर ओदी सिलेक्शन कीती कंपोजिशन मेरे पापा दी है शाह खान साहब शेर अली खान साहब दी ते फिर सिलेक्ट कीती और इनू असी फिर गाया ते म्यूजिक कीता बाजे दे लई बाजू खान ताफो ने ते उस्ताद ताफो खान साहब दे बेटे ने जी मैं जानदी हां बड़ा कमाल दे आर्टिस्ट बिल्कुल जी बिल्कुल
ਅੱਲਾ ਨੇ ਸਾਡੇ ਕੀ ਕਰੇ ਸੀ ਅੱਲਾ ਨੇ ਬੜੀ ਲੱਜ ਰੱਖ ਲਈ ਜੀ ਇੱਜ਼ਤ ਰੱਖ ਲਈ ਹੈ ਗਾਣਾ ਦਾ ਬੜੀ ਰੱਖ ਲਈ ਜੀ ਸਾਡੇ ਘਰ 'ਚ ਗਾਣਾ ਇੰਨਾ ਕੁ ਸੁਣਿਆ ਜਾਂਦਾ ਇੰਨਾ ਕੁ ਸੁਣਿਆ ਜਾਂਦਾ ਕਿ ਕੱਲ ਮੈਂ ਗਰੋਸਰੀ ਲੈਣ ਚੱਲਿਆ ਸੀ ਆਂਡੇ ਔਰ ਬ੍ਰੈਡ ਇਹਨੇ ਪਿੱਛੋਂ ਗਾਣਾ ਸ਼ੁਰੂ ਕਰ ਦਿਆ ਤੂੰ ਨਾ ਜਾ ਮੈਂ ਬੂਟ ਲਾ ਕੇ ਵਾਪਸ ਆ ਗਿਆ ਕਹਿੰਦੀ ਤੁਸੀਂ ਗਏ ਨੀ ਮੈਂ ਕਿਹਾ ਹੁਣ ਤੇ ਤੂੰ ਕਹਿ ਰਹੀ ਤੂੰ ਨਾ ਜਾ ਤੇ ਕਹਿੰਦੀ ਮੈਂ ਕੰਨਾਂ ਤੇ ਲਾ ਕੇ ਗਾਣਾ ਗਾਉਣ ਡਈ ਸੀ ਚਲ ਕੰਮ ਤੇ ਆਇਆ ਸਾਡਾ ਗਾਣਾ ਬਹੁਤ ਹੀ ਸੁਰੀਲਾ ਬਹੁਤ ਹੀ ਰੋਮਾਂਟਿਕ ਔਰ ਮੈਂ ਤੁਹਾਡੀ ਵੀਡੀਓ ਵੀ ਦੇਖੀ ਹੈ ਕੋਈ ਵੀਡੀਓ ਚ ਵੀ ਇੱਕ ਵਰਡ ਅਸ਼ਲੀਲਤਾ ਮੈਨੂੰ ਕੁਛ ਨਜ਼ਰ ਨਹੀਂ ਆਈ ਬਹੁਤ ਹੀ ਪਿਓਰ ਰੋਮਾਂਟਿਕ ਜਿਵੇਂ ਸਲਮਾਨ ਖਾਨ ਦੀ ਮੈਨੇ ਪਿਆਰ ਕੀਆ ਸੀ ਇਹੋ ਜਿਹਾ ਇਹੋ ਜਿਹੀ ਉਹ ਗਾਣਾ ਹੈ ਜਿਹੜੇ ਐਵਰਗ੍ਰੀਨ ਰਹਿਣਾ ਹੋਗਾ ਹਾਂਜੀ ਬਸ ਇਹ ਉਦੀਪ ਜੀ ਕੁਛ ਰਹਿ ਗਿਆ ਤੇ ਪੜ ਦੋ ਜਰਾ ਜਿਹੜੇ ਸਾਡੇ ਫਿਰ ਫੈਨ ਨਾਰਾਜ਼ ਹੁੰਦੇ ਨੇ ਨਸ਼ਾਦ ਅਲੀ ਖਾਨ ਲਿਖ ਰਹੇ ਨੇ ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਸੁਣਵਾ ਦੇ ਮੇਰੇ ਮਾਈ ਟੀਵੀ ਲਾਈਵ ਜੀ ਤੇ ਇਹਦੇ ਵਿਚਾਰਾ ਹੱਥ ਜੋੜਨ ਡਿਆ ਨਸ਼ਾਦ ਅਲੀ ਖਾਨ ਮੋਨੀ ਗਿੱਲ ਜੀ ਕੁਲਦੀਪ ਬਾਈ ਤੂੰ ਮੰਨੇ ਜਾਂ ਨਾ ਮੰਨੇ ਦਿਲਦਾਰਾ ਕੋਸ਼ਿਸ਼ ਕਰਦੇ ਆ ਹਲੇ ਆਰਟਿਸਟ ਨੂੰ ਸਾਹ ਲੈਣ ਦੋ ਥੋੜਾ ਜਿਹਾ ਸੋਨੀ ਸਿੰਘ ਵਾਚਿੰਗ ਔਰ ਮਜ਼ਰ ਹੁਸੈਨ ਹਾਸ਼ਮੀ ਜੀ ਸੁਣੋ ਮੈਂ ਤੇਰੇ ਬਿਨ ਉਹ ਪਿਆ ਫਰਮਾਇਸ਼ ਇਹ ਮੇਰਾ ਗਾਣਾ ਹੈ ਜੀ ਬ੍ਰਿਜਨਲ ਹੈ ਇਹਦਾ ਵੀਡੀਓ ਮੈਂ ਡੈਨਮਾਰਕ ਚ ਕੀਤਾ ਤੇਰੇ ਬਿਨ ਉਹ ਪਿਆ ਜੇ ਇਹ ਸੁਣਾ ਦਿੰਦੇ ਨੇ ਤੁਹਾਨੂੰ ਸਾਡੇ ਭਾਈ ਨੇ ਮੇਰੇ ਸਾਹਮਣੇ ਫਰਮਾਇਸ਼ ਠੀਕ ਹੈ ਵੈਸੇ ਇੱਕ ਸ਼ੁਰੂ ਤੋਂ ਹੁਣ ਤੋਂ ਪਹਿਲਾਂ ਸਰ ਪਿੱਛੇ ਤਬਲੇ ਵਾਲਿਆਂ ਨੂੰ ਬਹੁਤ ਬਹੁਤ ਥੈਂਕ ਯੂ ਕਹਿਣਾ ਬਹੁਤ ਅੱਛਾ ਵਜਾਇਆ ਵਿਚਾਰਾ ਸੁਣ ਨਹੀਂ ਰਿਹਾ ਹੈਗਾ ਬਹੁਤ ਇੰਜੋਏ ਕਰ ਰਹੇ ਨੇ ਕਹਿੰਦੇ ਬਹੁਤ ਅੱਛਾ ਔਰ ਤੁਹਾਨੂੰ ਦੱਸਦੇ ਜਾਈਏ ਸਾਡੇ ਜਿਲ ਸਾਹਿਬ ਖੁਦ ਬਹੁਤ ਅੱਛਾ ਤਬਲਾ ਕਰ ਰਹੇ ਨੇ ਪਤਾ ਲੱਗ ਗਿਆ ਤੁਸੀਂ ਬਹੁਤ ਅੱਛਾ ਲੱਗ ਰਹੇ ਹੋ ਬਹੁਤ ਅੱਛਾ ਲੋ ਜੀ ਤੇਰੇ ਬਿਨ ਉਹ ਪਿਆ ਹਮਨੇ ਜੀਨਾ ਨੇ ਜੀ ਥੋੜਾ ਜਿਹਾ कैसे हैं हम जान गए देंगे हम तेरे सर की कसम देश को पिया हमने दीना नहीं हमने दीना नहीं हमने दीना नहीं से कैसे हम जान दे देंगे हम तेरे सर की कसम मेरे ओ पिया हमने दीदा नहीं हमने दीदा नहीं हमने दीदा दिल की धड़कन सुनो दिल की धड़कन सुनो जो कहे दिल कहो दिल की धड़कन सुनो क्या बात जो कहे दिल कहो आके बाहों में मेरे दिल में रहो दिल की धड़कन सुनो जो कहे दिल कहो आपके बाहों में
मेरे दिल में रहो, दिल से कहते हैं हम जान दे देंगे हम मेरे सर की कसम, तेरे ओ पिया हमने जीना नहीं, हमने जीना नहीं, हमने जीना नहीं, हमने जीना नहीं, सारे मौसम के रंग तेरे आंचल के संग, सारे मौसम के रंग तेरे आंचल के संग, तुमको देखा है जो दिल में जागे मन, सारे मौसम के रंग तेरे आंचल के संग, तुमको देखा है जो दिल में जागी उमंग, दिल से कहते हैं जान दे देंगे हम मेरे सर की कसम, तेरे मुझको पिया तेरे बिना नहीं, तेरे बिना प्रिया हमने जीना नहीं, हमने जीना नहीं, हमने जीना नहीं, हमने जीना नहीं, हमने जीना नहीं। रोहित शर्मा और गुरजोत ने वाह लिखा है। और विभा जी तुहाडी फरमाइशां बड़ियां अलग अलग आ रहियां ने। कल 14वीं की रात थी शब भर रहा चर्चा तेरा, और कहते जी ये सुनाओ, हले हले कतार में है, आप बने रहे कतार में है, कहीं नहीं जा रहे, देख रही और केड़ी केड़ी लविंग इट। अच्छा वैसे दसो हुन आपा गल कर रहे सी स्पोर्ट्स दे, पाकिस्तानी सोनू निगम लिखा तुहानू जी किसी ने, हानिया ने नहीं जी, सोनू निगम आस्ट ਸੋਨੂ ਨਿਗਮ ਆਹੋ ਜੇ 10 ਬਣ ਜਾਣਗੇ ਇਹਨਾਂ ਚੋਂ, ਟਰਸਟ ਮੀ। ਓ ਮਾਈ ਗੋਡ, ਤੇ ਨਹੀਂ ਜੀ ਬਹੁਤ ਲੇਕਿਨ ਬੜੀ ਰੋਮਾਂਟਿਕ ਆਵਾਜ਼ ਜਿਵੇਂ ਵਾਕਈ ਜਿਵੇਂ ਇਹ ਤੇ ਤੁਸੀਂ ਨਾ ਕਮਾਲ ਗਾਏਗੀ, ਮੇਰੇ ਹਾਲ ਤੱਕ ਮੇਰੇ ਜ਼ਿਹਨ ਚ ਫਿਰ ਰਿਹਾ ਗਾਣਾ, ਮੈਂ ਉਤਰ ਨਹੀਂ ਰਿਹਾ, ਮੈਂ ਇੰਨੀਆਂ ਗੱਲਾਂ ਕਰ ਬੈਠਾ ਲੇਕਿਨ ਉਤਰ ਨਹੀਂ ਰਿਹਾ। ਬੜਾ ਖੂਬਸੂਰਤ ਇੱਕ ਕਦੋਂ ਕੰਪੋਜੀਸ਼ਨ ਕੀਤੀ ਤੁਸੀਂ ਜੀ? ਜੀ ਇਹ ਕੰਪੋਜੀਸ਼ਨ ਕਦੋਂ ਕੀਤੀ ਤੁਸੀਂ? ਆ ਰਹੀ ਇਹ ਕੰਪੋਜੀਸ਼ਨ ਮੇਰੀ ਥੋੜੀ ਜੀ ਹੈ ਜੀ ਪੁਰਾਣੀ, ਵੰਡ ਅਬਾਊਟ ਕਹਿ ਲਓ ਕਿ ਮੈਨੂੰ ਯਾਦ ਨਹੀਂ ਐਗਜੈਕਟ, ਲੇਕਿਨ ਮੈਂ ਇਹਨੂੰ ਰਿਕਾਰਡ ਕੀਤਾ ਹੋਇਆ 2015 'ਚ, ਫਿਰ ਮੈਂ 2016 'ਚ ਮੈਂ ਇਹਦਾ ਵੀਡੀਓ ਕੀਤਾ ਹੈ ਡੈਨਮਾਰਕ 'ਚ ਜਾ ਕੇ, ਬੜਾ ਅਵੇਲੇਬਲ ਹੈ ਯੂਟਿਊਬ ਦੇ ਉੱਤੇ, ਤੁਸੀਂ ਸੁਣ ਸਕਦੇ ਹੋ ਸੁਰਸਤਾਨ ਚੈਨਲ। ਹੁਣ ਸੁਣਨਾ ਪਏਗਾ, ਡੈਨਮਾਰਕ ਨਾਲ ਬੜਾ ਸੀਰੀਅਸ ਰਿਸ਼ਤਾ ਹੈ ਤੁਹਾਡਾ, ਹੈ ਨਾ? ਕਹਿ ਸਕਦੇ ਮੇਰਾ ਸੈਕਿੰਡ ਹੋਮ। ਅੱਛਾ ਜੀ, ਇਹਨਾਂ ਦਾ ਵੀ ਇੱਕ ਵਾਰੀ ਪੜ੍ਹ ਦਿਓ ਕੁਲਦੀਪ ਗਿੱਲ।
इकदास हशमी, वेरी नाइस, इकदास हशमी फ्रॉम इस्लामाबाद, थैंक यू सर, इस्लामाबाद ਜਿਹੜੇ ਜਿਹੜੇ ਸਾਨੂੰ ਸੁਣ ਰਹੇ ਹੋ ਦੇਸ਼ ਵਿਦੇਸ਼ ਤੋਂ, ਅਸੀਂ ਬਹੁਤ ਬਹੁਤ ਥੈਂਕ ਯੂ ਆ ਇਜਾਜ਼ ਭਾਈ ਅਰਗੇ ਸਿੰਗਰਾਂ ਦਾ ਜਿਹੜਾ ਕਿ ਆਪਣੇ ਕੀਮਤੀ ਸਮੇਂ 'ਚ ਸਾਨੂੰ ਸਮਾਂ ਦੇ ਰਹੇ ਨੇ ਕੋਵਿਡ ਵਾਲੇ ਸਮੇਂ 'ਚ, ਬਿਲਕੁਲ, ਸੋ ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਰ। ਔਰ ਇੱਕ ਔਰ ਅੱਛਾ ਮਿਊਜ਼ਿਕ ਔਰ ਅੱਛੇ ਕੰਪੋਜੀਸ਼ਨਸ ਲੈ ਕੇ ਆ ਰਹੇ ਹੋ ਤੁਸੀਂ, ਔਰ ਮੈਨੂੰ ਬੜੀ ਬਹੁਤ ਚਲਕ ਨਜ਼ਰ ਆਉਂਦੀ ਹੈ ਤੁਹਾਡੇ ਫਾਦਰ ਸਾਹਿਬ ਦੀ ਕੰਪੋਜੀਸ਼ਨ ਦੀ ਤੁਹਾਡੇ ਵਿੱਚੋਂ, ਕਿਉਂਕਿ ਉਹ ਵੀ ਸੋਫਟ ਔਰ ਰੋਮੈਂਟਿਕ ਜਾਂ ਉਤਾਰ ਚੜਾਅ ਵਾਲੀ ਬੜੀਆਂ ਹੁੰਦੀਆਂ ਨੇ, ਕਿਉਂਕਿ ਮੈਨੂੰ ਯਾਦ ਹੈ ਅਲੀ ਬ੍ਰਦਰਸ ਨੇ ਵੀ ਸ਼ੇਰ ਅਲੀ ਜੀ ਮੇਹਰ ਅਲੀ ਜੀ ਦਾ ਇੱਕ ਗਾਇਆ ਸੀਗਾ, ਤੇ ਉਹਦੇ 'ਚ ਵੀ ਮੈਨੂੰ ਇਹ ਇਹ ਲੱਗਿਆ ਸੀ ਸੋਫਟਨੈਸ ਆਪਣੇ ਬਜ਼ੁਰਗਾਂ ਤੋਂ ਸ਼ੁਰੂ ਕਰਾਂਗਾ। ਤੇ ਹੁਣ ਮੈਨੂੰ ਇਹ ਦੱਸੋ ਕਿ ਕਬਾਲੀ ਦੀ ਅਗਰ ਗੱਲ ਆਵੇ, ਹਾਂਜੀ, ਤੇ ਤੁਸੀਂ ਤਾਂ ਬਚਪਨ ਤੋਂ ਗਾਉਂਦੇ ਆ ਰਹੇ ਹੋ, ਹਾਂਜੀ ਹਾਂਜੀ, ਤੇ ਪਰਸਨਲ ਫੇਵਰੇਟ ਤੁਹਾਡੀ ਕਿਹੜੀ ਹੈ? ਮਤਲਬ ਬਚਪਨ ਤੋਂ ਜਿਹੜੀ ਮੈਂ ਚੀਜ਼ ਸੁਣ ਰਿਹਾ ਉਹ ਕਵਾਲੀ ਹੈ। ਮੈਂ ਕਵਾਲ ਦਾ ਬੇਟਾ ਤੇ ਮੇਰੇ ਅੰਦਰ ਕਵਾਲੀ ਭਰੀ ਤੇ ਕਵਾਲੀ ਕਵਾਲੀ ਦੀ ਅਗਰ ਗੱਲ ਆਉਂਦੀ ਹੈ ਜ਼ਿਆਦਾ ਕਿਹੜੀ ਪਸੰਦ ਹੈ? ਮਤਲਬ ਕਿਹਨੂੰ ਤੁਸੀਂ ਜ਼ਿਆਦਾ ਗਾਉਂਦੇ ਹੋ ਜਾਂ ਕਿਹੜੇ ਕਲਾਮ ਜ਼ਿਆਦਾ ਗਾਉਂਦੇ ਹੋ ਜਾਂ ਪਰਸਨਲ ਫੇਵਰੇਟ ਹੁੰਦਾ ਨਾ ਕਿ ਮੈਨੂੰ ਇਹਨਾਂ ਦੀ ਬੁੱਲਾ ਸ਼ਾਹ ਜ਼ਿਆਦਾ ਪਸੰਦ ਹੈ ਜਾਂ ਹੋਰ ਕੋਈ ਹੋਰ ਕਿਸੇ ਦੀ ਜ਼ਿਆਦਾ ਪਸੰਦ ਹੈ? ਐਸਾ ਕੋਈ ਕੋਈ ਇੱਕ ਚੀਜ਼ ਨਹੀਂ, ਮੈਨੂੰ ਮੈਨੂੰ ਹਰ ਤਰ੍ਹਾਂ ਦਾ ਮਿਊਜ਼ਿਕ ਪਸੰਦ ਹੈ। ਕਵਾਲੀ ਦੇ ਵਿੱਚ ਤਾਂ ਮੈਂ ਆਪਣੇ ਪਾਪਾ ਦੀ ਔਰ ਨੁਸਫਤ ਅਲੀ ਖਾਨ ਸਾਹਿਬ ਦੀ ਔਰ ਤਮਾਮ ਜਿੰਨੇ ਵੱਡੇ ਨੇ, ਕਿਉਂਕਿ ਮੈਂ ਇੱਕ ਸਟੂਡੈਂਟ ਹਾਂ ਔਰ ਮੈਂ ਹਰ ਬੰਦੇ ਨੂੰ ਦਿਲ ਨਾਲ ਹੀ ਸੁਣਿਆ, ਇਸ਼ਕ ਨਾਲ ਸੁਣਿਆ, ਅਤੇ ਹਜੇ ਤੱਕ ਸੁਣਦਾ ਔਰ ਸੁਣਦੇ ਰਹਿਣਾ ਮੈਂ। ਅਤੇ ਮੈਨੂੰ ਪਰਸਨਲ ਐਸੀ ਕੋਈ ਕੋਈ ਇੱਕ ਚੀਜ਼ ਨਹੀਂ, ਮੈਨੂੰ ਜਿਹੜੀ ਚੰਗੀ ਚੀਜ਼ ਹੈ ਉਹ ਉਹ ਮੈਂ ਉਹਨੂੰ ਇਸ਼ਕ ਨਾਲ ਹੀ ਸੁਣਦਾ, ਉਹ ਜਦੋਂ ਔਰ ਉਹਨੂੰ ਇਸ਼ਕ ਨਾਲ ਗਾਣਾ ਇਸ਼ਕ ਨਾਲ ਹੀ ਸੁਣਦਾ। ਮੈਨੂੰ ਇਹੀ ਇੱਕ ਅੱਛੇ ਆਰਟਿਸਟ ਦੀ ਨਿਸ਼ਾਨੀ ਹੈ ਜੀ, ਉਹ ਇਹ ਤਾਂ ਗੱਲ ਹੁੰਦੀ ਨਹੀਂ ਕਿ ਮੈਂ ਇੱਕ ਇੱਕ ਚੀਜ਼ ਮੈਨੂੰ ਬੜੀ ਪਸੰਦ ਹੈ ਜੀ, ਬਾਕੀ ਜਿਹੜਾ ਨਾ ਮੈਂ ਰੂਹ ਨਹੀਂ ਗਾਉਂਦਾ। ਮੇਰੀ ਜਿਹੜੀ ਚੀਜ਼ ਆ, ਮਤਲਬ ਕੋਈ ਕੋਈ ਮਾਂ ਬਾਪ ਹੈ ਤੇ ਉਹਨੂੰ ਆਪਣੀ ਔਲਾਦ ਸਾਰੀ ਪਸੰਦ ਹੁੰਦੇ, ਕੋਈ ਇਹ ਨਹੀਂ ਹੁੰਦਾ ਇਹਦੇ ਨਾਲ ਬਹੁਤਾ ਪਿਆਰ ਤੇ ਇਹਦੇ ਨਾਲ ਘੱਟ ਹੈ, ਉਹ ਸਾਰਿਆਂ ਦੇ ਨਾਲ ਹੀ ਪਿਆਰ ਹੁੰਦਾ। ਸਾਰੀ ਚੀਜ਼ ਪਿਆਰੀ ਲੱਗਦੀ ਮੈਨੂੰ ਜਦੋਂ ਮੈਂ ਕਵਾਲੀ ਕਰਦਾ, ਤੇ ਮੈਨੂੰ ਬਹੁਤ ਮਜ਼ਾ ਆਉਂਦਾ ਕਿਉਂਕਿ ਮੇਰੇ ਮੂਡ 'ਤੇ ਹੈ। ਕਿਸੇ ਵੇਲੇ ਮੈਂ ਗਜ਼ਲ ਬਹੁਤ ਇਸ਼ਕ ਨਾਲ ਸੁਣਦਾ, ਮਜ਼ਾ ਜਦੋਂ ਮੈਂ ਇਕੱਲਾ ਬੈਠਦਾ, ਕਿਉਂਕਿ ਮੈਂ ਜਦੋਂ ਆਪਣੀ ਟ੍ਰੇਨਿੰਗ ਟਿਊਨਿੰਗ ਕੀਤੀ ਹੈ, ਮੇਰੇ ਵਾਲਦ ਸਾਹਿਬ ਨੇ ਮੇਰੀ ਪ੍ਰੈਕਟਿਸ ਕਰਵਾਈ ਹੈ ਕਿ ਤੂੰ ਟਿਊਨ ਕਰਨਾ ਸੀ ਮੈਨੂੰ ਉਹਨਾਂ ਨੇ, ਕਿ ਤੇਰੇ ਗਾਣੇ 'ਚ ਮੈਨੂੰ ਫੀਲ ਨਹੀਂ ਨਜ਼ਰ ਆਉਂਦੀ। ਵਾਲਦ ਸਾਹਿਬ ਨੇ ਕਿਹਾ ਕਿ ਤੂੰ ਨਾ ਲੋਕਾਂ ਨੂੰ ਸੁਣਿਆ ਕਰ, ਅਤੇ ਉਹਨਾਂ ਨੇ ਮੈਨੂੰ ਨਾ ਕੁਛ ਲੋਕਾਂ ਦੇ ਨਾਮ ਦੱਸੇ ਵੱਡੇ, ਅਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਸੁਣ, ਮੈਂ ਉਹਨਾਂ ਨੂੰ ਸੁਣਦਾ ਰਿਹਾ, ਅਤੇ ਉਹ ਫਿਰ ਮੈਨੂੰ ਕਹਿੰਦੇ ਬੇਟਾ ਤੂੰ ਗਾਣਾ ਇਹਨਾਂ ਨੂੰ ਸੁਣ ਲਿਆ, ਉਹਦੇ 'ਚ ਨਾਮ ਸਨ ਲਤਾ ਜੀ, ਮੈਡਮ ਨੂਰ ਜਹਾਂ, ਮਹਿੰਦੀ ਹਸਨ, ਉਸਤਾਦ ਨਜ਼ਾਕ ਸਲਾਮਤ ਖਾਨ ਸਾਹਿਬ, ਉਸਤਾਦ ਆਪਣਾ ਆਪਣਾ ਜ਼ੈਦਾ ਪਰਵੀਨ ਜੀ, ਔਰ ਹੋਰ ਫਰੀਦਾ ਖਾਨਮ ਜੀ, ਹੋਰ ਬੜੇ ਲੋਕ ਸਾਡੇ, ਔਰ ਜੀ ਸਾਹਿਬ ਔਰ ਮੇਰੇ ਵਾਲਦ ਸਾਹਿਬ, ਉਹਨਾਂ ਨੂੰ ਕਹਿੰਦੇ ਸਾਨੂੰ ਸੁਣੋ ਬੇਟਾ, ਸਾਰਿਆਂ ਨੂੰ ਸੁਣੋ, ਲੇਕਿਨ ਸੁਣ ਕੇ ਇਹਨਾਂ ਨੂੰ ਮਹਿਸੂਸ ਕਰ। ਉਹ ਮੈਂ ਸੁਣਦਾ ਰਿਹਾ ਸੁਣਦਾ ਰਿਹਾ, ਮਹਿਸੂਸ ਨਹੀਂ ਸੀ ਹੁੰਦੇ ਕਿ ਮਹਿਸੂਸ ਕਿਵੇਂ ਹੁੰਦੇ। ਮੈਂ ਉਹਨਾਂ ਨੂੰ ਪੁੱਛਣਾ, ਮੈਂ ਕਹਿੰਦੇ ਸੁਣਾ, ਕਹਿੰਦੇ ਅਜੇ ਤੈਨੂੰ ਮਹਿਸੂਸ ਨਹੀਂ ਹੋਇਆ। ਜਦੋਂ ਮੈਂ ਗਾਣਾ, ਉਹਨਾਂ ਕਹਿੰਦੇ ਤੈਨੂੰ ਮਹਿਸੂਸ ਨਹੀਂ ਹੋਇਆ। ਇੱਕ ਦਿਨ ਮੈਂ ਗਾ ਰਿਹਾ ਅਤੇ ਗਾਉਂਦਿਆਂ ਗਾਉਂਦਿਆਂ ਮੇਰੇ ਆਪਣੇ ਅੱਖਾਂ 'ਚ ਉਥਰੂ ਆ ਗਿਆ, ਕਹਿੰਦੇ ਹੁਣ ਤੈਨੂੰ ਗਾਣਾ ਮਹਿਸੂਸ ਹੋਇਆ, ਅਤੇ ਇਹਨੂੰ ਕਹਿੰਦੇ ਗਾਇਆ ਕਿ ਤੂੰ ਜਦੋਂ ਤੈਨੂੰ ਖੁਦ ਮਹਿਸੂਸ ਹੋਏਗਾ ਗਾਣਾ, ਤੇਰੇ ਦਿਲੋਂ ਗੱਲ ਨਿਕਲੇਗੀ, ਉਹ ਜਦੋਂ ਤੈਨੂੰ ਉਹ ਗਾਣੇ ਦਾ ਅਸਰ ਤੇਰੇ ਉੱਤੇ ਹੋਏਗਾ, ਫਿਰ ਹੀ ਕਿਸੇ ਉੱਤੇ ਹੋਏਗਾ। ਜਦੋਂ ਤੇਰੇ ਉੱਤੇ ਅਸਰ ਨਹੀਂ ਗਾਣੇ ਦਾ ਹੈਗਾ, ਤੂੰ ਇੱਥੋਂ ਤੋਂ ਗਾਣ ਡਿਆ, ਅਤੇ ਫਿਰ ਅਗਲੇ 'ਤੇ ਕੀ ਅਸਰ ਹੋਣਾ? ਤੁਸੀਂ ਜ਼ਰਾ ਰੁਕਣਾ ਪਹਿਲੇ ਇਸ਼ਕ ਨਾਲ ਉਹਨੂੰ। ਉਹ ਫਿਰ ਕੋਸ਼ਿਸ਼ ਕੀਤੀ ਕਿ ਯਾਰ ਉਹਨੇ ਆਪਣੇ ਉੱਤੇ ਵਾਰਤ ਕੀਤਾ ਉਸ ਗਾਣੇ ਨੂੰ, ਮਹਿਸੂਸ ਕੀਤਾ, ਅਤੇ ਅੱਜ ਅੱਲਾ ਦਾ ਸ਼ੁਕਰ ਹੈ ਜੀ ਕਿ ਤੁਹਾਡੇ ਵਰਗੇ ਜੀ ਵੀ ਪਿਆਰ ਕਰ ਰਹੇ। ਜੀ ਅਸੀਂ ਬਹੁਤ ਫੈਨ ਆ ਤੁਹਾਡੇ, ਪਿਆਰ ਹੀ ਨਹੀਂ, ਅਸੀਂ ਤੁਹਾਡੇ ਗੁਰੀ ਦਾ ਕਦਰਦਾਨ ਆ।
ਪਿਆਰ ਤੇ ਬਹੁਤ ਛੋਟਾ ਲਫ਼ਜ਼ ਆ ਉਹਦੇ ਅੱਗੇ, ਜਿਵੇਂ ਰੱਬ ਨੂੰ ਪਿਆਰ ਕਰੀਦਾ ਉਦਾਂ ਹੀ ਪਿਆਰ ਕਰਦੇ ਆ ਮਿਊਜ਼ਿਕ ਨੂੰ। ਖਾਣਾ ਗਾਣਾ ਤੇ ਪਸੰਦ ਹੈ, ਖਾਣੇ 'ਚ ਕੀ ਕੀ ਪਸੰਦ ਹੈ ਤੁਹਾਨੂੰ? ਖਾਣੇ 'ਚ ਵੀ ਜੀ ਮੈਂ ਜਿਹੜਾ ਜੋ ਵੀ ਅੱਛਾ ਬਣਿਆ ਹੋਵੇ, ਮੈਂ ਅੱਜ ਤੱਕ ਆਪਣੇ ਘਰ ਦੇ ਵਿੱਚ ਇਹ ਨਹੀਂ ਲਫ਼ਜ਼ ਕਿਹਾ ਕਿ ਮੈਂ ਆਹ ਖਾਣਾ, ਮੈਨੂੰ ਜੋ ਮਿਲ ਜਾਏ ਮੈਂ ਅੱਲਾ ਦਾ ਸ਼ੁਕਰ ਕਰਕੇ ਖਾ ਲੈਂਦਾ ਕਿ ਯਾਰ ਇਹ ਚੰਗਾ ਬਣਿਆ ਹੋਵੇ, ਸੁਰੀਲਾ ਬਣਿਆ ਹੋਵੇ, ਇਹ ਨਹੀਂ ਕਿ ਉਹ ਮਗਰੋਂ ਲਾਇਆ ਹੋਵੇ ਕਿਸੇ ਨੇ ਉਹ ਮੈਂ ਦੇਖੋ ਜੀ ਜ਼ੁਬਾਨ 'ਤੇ ਟੇਸਟ ਹਰ ਬੰਦੇ ਨੂੰ ਲੱਗਾ, ਅਤੇ ਜੇ ਕੋਈ ਚੰਗਾ ਬਣਿਆ ਤਾਂ ਉਹਨੂੰ ਖਾਦ ਵੀ ਦੇਵੀ, ਉਹਨੂੰ ਇਨਾਮ ਵੀ ਦੇਈਦਾ ਘਰ 'ਚ, ਮੇਰੀ ਮਿਸਿਜ਼ ਵੀ ਬਣਾਉਂਦੀ ਹੈ, ਮੇਰੀਆਂ ਭੈਣਾਂ ਵੀ ਬਣਾ ਲੈਂਦੀਆਂ, ਅਤੇ ਉਹ ਫਿਰ ਜਿਹੜਾ ਵੀ ਚੰਗਾ ਬਣਾਵੇ ਉਹਨੂੰ ਅਸੀਂ ਖੁਸ਼ ਹੋਈਦਾ। ਨਾਲ ਤਿੰਨ ਭੈਣਾਂ ਤੋਂ ਬਾਅਦ ਹੋਏ ਹੋ ਤਾਂ ਤੁਹਾਨੂੰ ਲਾਡ ਪਿਆਰ ਜਿਹੜਾ ਜ਼ਿਆਦਾ ਮਿਲਿਆ, ਤਿੰਨ ਤਿੰਨ ਮਾਵਾਂ ਹੋਰ ਨਾਲ ਮਿਲੀਆਂ, ਚਾਰ ਭੈਣਾਂ, ਚਾਰ ਭੈਣਾਂ ਵੈਸੇ ਤਾਂ ਲਾਡਲਾ ਬੱਚਾ ਮੈਂ ਆਪਣੇ ਘਰ ਦੇ ਵਿੱਚ, ਅਤੇ ਲੇਕਿਨ ਮੇਰੇ 'ਤੇ ਸਖਤੀ ਵੀ ਬਹੁਤ ਹੋਈ ਹੈ ਜਿੰਨਾ ਮੈਂ ਲਾਡ ਦਾ। ਕਿਸ ਕਿਸਮ ਦੀ ਸਖਤੀ ਸੁਣਨਾ ਚਾਹਾਂਗੇ ਅਸੀਂ ਵੀ ਜੀ। ਐਕਚੁਅਲੀ ਜਿੰਨਾ ਪਿਆਰ ਬਸ ਸਾਡੇ, ਉਹ ਸਖਤੀ ਉਹਨਾਂ ਦੀ ਮੇਰੇ ਕੰਮ ਆਈ ਕਿ ਮੈਂ ਕੋਈ ਐਸੀ ਜਿਹੜੀ ਬੁਰੀ ਇੱਲਤ ਮੈਨੂੰ ਨਹੀਂ ਲੱਗੀ ਜਿਹੜੀਆਂ ਲੱਗ ਜਾਂਦੀਆਂ ਹੁੰਦੀਆਂ, ਕਿ ਐਸਾ ਉਹਨਾਂ ਦੀ ਤਰਬੀਅਤ ਦੇ ਵਿੱਚ ਸਾਨੂੰ ਇਨਸਾਨ ਬਣਾਇਆ, ਉਹਨਾਂ ਨੇ ਸਖਤੀ ਤਾਂ ਕੀਤੀ ਲੇਕਿਨ ਉਹਨਾਂ ਦੀ ਸਖਤੀ ਸਾਡੇ ਕੰਮ ਆਈ, ਸਾਨੂੰ ਕਿਤੇ ਬਾਹਰ ਨਹੀਂ ਜਾਣ ਦਿੱਤਾ, ਕੋਈ ਬੁਰਾਈ ਵੱਲ ਨਹੀਂ ਜਾਣ ਦਿੱਤਾ, ਕੋਈ ਨਸ਼ਾ ਨਹੀਂ, ਨਾ ਸਿਗਰਟ, ਨਾ ਪਾਨ, ਨਾ ਕੋਈ ਹੋਰ ਚੀਜ਼ ਐਸੀ। ਫਿਰ ਉਹਨਾਂ ਨੇ ਆਪਣੇ ਕੋਲ ਰੱਖਿਆ ਜ਼ਿਆਦਾ, ਖੇਡਾਂ ਬਹੁਤੀਆਂ ਖੇਡਣ ਨਹੀਂ ਦਿੱਤੀਆਂ ਉਹਨਾਂ ਨੇ, ਕਿ ਪੁੱਤ ਸਾਰੀਆਂ ਖੇਡ ਲਈਆਂ ਸੀ ਅਤੇ ਕੰਮ ਕਰੋ ਇੱਧਰ ਆ ਕੇ। ਆਪਣੀਆਂ ਅੱਖਾਂ ਅੱਗੋਂ ਨਹੀਂ ਦੂਰ ਕੀਤਾ, ਅਤੇ ਉਹ ਕਹਿੰਦੇ ਸੀ ਬਸ ਤੂੰ ਇੱਥੇ ਬੈਠਾ ਰਹਿ ਮੇਰੇ ਕੋਲ, ਮੇਰੇ ਸਾਹਮਣੇ ਰਹੋ। ਮੇਰੀ ਮਾਂ ਵੀ, ਮੇਰੇ ਬਾਪ ਨੇ ਵੀ, ਦੋਨਾਂ ਨੇ ਸਾਨੂੰ ਇਸ਼ਕ ਕੀਤਾ, ਅਤੇ ਉਹ ਆਨੰਦ ਮਿਲਿਆ ਉਹਨਾਂ ਦਾ ਇਸ਼ਕ ਜਿਹੜਾ, ਉਹਦੇ ਇਸ਼ਕ ਨੇ ਲਈ ਸਾਨੂੰ ਐਡਾ ਪ੍ਰਵਾਨ ਚੜਾਇਆ ਉਹਨਾਂ ਨੇ। ਸਰ ਉਹਨਾਂ ਦਾ ਇਸ਼ਕ ਹੀ ਹੈ ਜਿਹੜਾ ਤੁਹਾਡੀ ਸੁਰਾਂ 'ਚ ਬੋਲ ਰਹੇ। ਹਾਂਜੀ, ਉਹਨਾਂ ਦੀਆਂ ਦੁਆਵਾਂ, ਉਹਨਾਂ ਦੀਆਂ ਜੁੱਤੀਆਂ ਸਿੱਪੀਆਂ ਕਰਕੇ ਇਹ ਸਾਰਾ ਕੁਝ ਹੋਇਆ। ਕੁਛ ਸੁਣਾਓ ਜਿਹੜਾ ਕਿ ਉਹ ਤੜਫ ਪਏ ਪਿਛਲਾ ਉੱਠ ਕੇ ਤਬਲਾ ਵਜਾਣ ਲੱਗ ਪਏ ਉੱਡ ਉੱਡ ਕੇ। ਸਾਨੂੰ ਮੈਂ ਕੀ ਸੁਣਨਾ ਪਸੰਦ, ਕਵਾਲੀ ਸੁਣਾਈਏ ਜਾਂ ਗਾਣਾ? ਮੈਂ ਕਵਾਲੀ ਵੀ ਸੁਣਾਂਗੀ, ਇੱਕ ਤਾਂ ਸੁਣਾਂਗੇ ਉਹ ਭਾਵਾਂ ਐਂਡ 'ਚ ਸੁਣਾ ਦੇਣਾ, ਜਾਂ ਜਦੋਂ ਵੀ ਸੁਣਾਓਗੇ, ਜਾਂ ਹੁਣ ਤੁਹਾਡਾ ਜੋ ਦਿਲ ਕਰਦਾ ਐਂਡ, ਮਤਲਬ ਤੁਹਾਡਾ ਹੀ ਟੀਵੀ ਹੈ ਜੀ, ਜਿੱਦਾਂ ਮਰਜ਼ੀ ਟਾਈਮ ਲਓ। ਤੁਸੀਂ ਹੁਕਮ ਫਰਮਾਉਣਾ ਤੇ ਮੈਂ ਉਹ ਵੀ, ਮੈਨੂੰ ਟਾਈਮਿੰਗ ਦਾ ਆਈਡੀਆ ਦੇ ਦਿਓ ਉਸ ਟਾਈਮ ਤੱਕ ਆਪਾਂ ਕਰਾਂਗੇ। ਸਰ ਜਦ ਤੱਕ ਤੁਹਾਡਾ, ਜਦ ਤੱਕ ਤੁਸੀਂ ਨਹੀਂ ਥੱਕਦੇ ਨਾ, ਜਦ ਤੱਕ ਟੀਵੀ ਚੈਨਲ, ਜਦ ਤੱਕ ਇਹ ਫੇਲ ਨਹੀਂ ਹੋ ਜਾਣਾ, ਇੰਟਰਨੈਟ ਨਹੀਂ ਖਤਮ ਹੋ ਜਾਂਦਾ, ਤੁਸੀਂ ਜੋ ਕਰੀ ਜਦੋਂ ਤੱਕ ਤੁਹਾਡਾ ਤੁਹਾਡਾ ਦਿਲ ਕਰੇ। ਲੈਟ ਮੀ ਸੀ, ਅਗਰ ਇੱਕ ਦੋ ਫਰਮਾਇਸ਼ਾਂ ਹੈਗੀਆਂ ਨਾ ਗਾਇਸ, ਜਲਦੀ ਜਲਦੀ ਫਰਮਾਇਸ਼ ਭੇਜ ਦਿਓ, ਕਿਉਂਕਿ ਬਸ ਅਸੀਂ ਦੋ ਤਿੰਨ ਹੋਰ ਗਵਾਉਣੀਆਂ ਨੇ, ਉਸ ਤੋਂ ਬਾਅਦ ਫਿਰ ਅਲਵਿਦਾ ਲਵਾਂਗੇ। ਮੈਂ ਅਗਲੇ ਬੰਦੇ ਨੇ ਰੋਟੀ ਵੀ ਖਾਣੀ ਹੋ ਸਕਦੀ ਹੈ ਅਗਲੇ ਬੰਦੇ ਨੇ। ਮੈਂ, ਮੇਰੇ ਜਿਹੜਾ ਮੁੰਡਾ ਤਬਲੇ ਵਾਲਾ, ਇਹਨੂੰ ਬੜੀ ਭੁੱਖ ਲੱਗਦੀ, ਮੈਂ ਇਹਨੂੰ ਰੋਟੀ ਜ਼ਰੂਰ ਖਵਾ। ਅੱਛਾ ਜੀ, ਇਹਦਾ ਬੰਦਾ ਵੀ ਵਿਚਾਰੇ ਦਾ ਇੱਕ ਇਸ ਤਰ੍ਹਾਂ ਦੇ ਇੱਕ ਦੋ ਗਾਣੇ ਤੁਹਾਨੂੰ ਸੁਣਾਉਣਾ ਮੈਂ, ਅੱਜ ਇਹਦਾ ਤੁਹਾਨੂੰ ਸੁਣਾਇਆ ਜੀ ਪਲੀਜ਼, ਤੇ ਕਿਉਂਕਿ ਇਹ ਸਾਰੇ ਗਾਣੇ ਮੇਰੇ ਜਿਹੜੇ ਯੂਟਿਊਬ 'ਤੇ ਵੀ ਪਏ ਨੇ, ਤੇ ਮੈਂ ਤੁਹਾਨੂੰ ਸੁਣਾ ਦਿੰਦਾ ਗਾਣਾ, ਠੀਕ ਹੈ ਜੀ? ਜੀ ਜੀ, ਪਹਿਲੇ ਤੁਹਾਨੂੰ ਇੱਕ ਕਲਾਸਿਕਲ ਮੂਡ ਦਾ ਗਾਣਾ ਸੁਣਾਵਾਂ, ਲਾਗੇ ਨੈਣਾ ਪਲੀਜ਼। ਤੁਸੀਂ ਸੁਣਿਆ ਉਹ ਗਾਣਾ ਮੇਰਾ, ਮੈਂ ਤੁਹਾਨੂੰ ਲਿੰਕ ਸ਼ੇਅਰ ਕੀਤਾ ਸੀ, ਮੈਨੂੰ ਸ਼ੇਅਰ ਕੀਤਾ ਸੀ। ਹਾਂਜੀ ਹਾਂਜੀ, ਹਰੇ 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 ਦਾ ਪਰੇ ਆ, ਹਰੇ ਹਰੇ ਦਾ ਪਾਣੀ ਪਰੇਗਾ, ਪਾਣੀ ਦਾ ਗੜੇ ਨੀ ਪਰੇ, ਗੜੇ ਨੀ ਪਾ, ਗੜੇ ਨੀ ਪਾ, ਲਾਗੇ ਨਾ ਲਾਗੇ, ਲਾਗੇ ਨਾ ਲਾਗੇ, ਤੋਰੇ ਸੰਗ ਕੈਸੇ ਕਾਟੂ, ਕੈਸੇ ਕਾਟੂ, ਪਾਣੀ ਰਤੀਆਂ ਬੜੇ ਪੀਲਾ, ਅਗੇ
अरे नैना लगे नैना लगे नैना, आया सावन रोए मेरा मन, रोए मेरा मन तेरे मुझको, तेरे मुझको मोरे सखिया बोले तेरा लगे नैना लगे नैना लगे नैना लगे नैना लगे नैना तोरे संग तोरे संग कैसे पाछू कैसे पाछ काले रतिया होए तेरा तुमको चाह तुमको पूजा तुमको चाह तुमको पूजा तेरे बिन मेरा कौन दूजा तुमको चाह तुमको पूजा तेरे बिन मेरा कौन दूजा हो हर घड़ी करूं ढूंढे तुझको ढूंढे तुझको मोरी गठिया मोरे लगे लगे सरबन रे बारे बदरे बेरे 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 जनिबा बेरे बेरे जनिबा लगे लगे Dini da gani 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 da तू ही तू अब रात है तू ही तू अब रात है हर घड़ी तू ही तू अब रात है जीना मुश्किल तेरे दिल है तू ही तू अब रात है जीना मुश्किल तेरे दिल है हो हर घड़ी करू हर घड़ी कर तेरी बतिया बोले तेरा लगे नैना लगे नैना नैना लगे नैना लगे नैना नैना जबरदस्त वैसे थोड़ी जी पसंद है बड़ी रोमांटिक टाइप है वैसे रियल लाइफ च भी है इदा दी हो कि विलन टाइप हो लग नहीं रहे नहीं नहीं कर ली दसा ए की कह रहे हो की कह मैं कह कर कर नहीं तो पूछना पड़ेगा नहीं जी कर रही ना रोमांटिक है मैं असल च आर्टिस्ट जेड़ा होता ना जी जेड़ा आर्टिस्ट रोमांटिक होता है ਉਹ ਜ਼ਿਆਦਾਤਰ ਰੋਮਾਂਟਿਕ ਹੀ ਹੁੰਦੇ ਨੇ ਹੁਸਨ ਪ੍ਰਸਤ ਹੁੰਦੇ ਨੇ ਔਰ ਉਹਨਾਂ ਦੇ ਅੰਦਰ ਇਹ ਪਿਆਰ ਨਾ ਹੋਵੇ ਤੇ ਕਦੋਂ ਮਿਊਜ਼ਿਕ ਨੂੰ ਪਿਆਰ ਕਰ ਸਕਦੇ ਨੇ ਇਹ ਗੱਲਾਂ ਇਹ ਮਹਿਸੂਸ ਇਹ ਫੀਲਿੰਗਸ ਹੀ ਨਾ ਹੋਣ ਤੇ ਬੰਦਾ ਵਿਲਨ ਹੋਵੇ ਐਵੇਂ ਲੜਾਈ ਮਾਰ ਧਾੜ ਦੀਆਂ ਗੱਲਾਂ ਕਰੀ ਜਾਂ ਤੇ ਉਹਦੇ ਅੰਦਰੋਂ ਕਦੋਂ ਗਾਣਾ ਨਿਕਲਣਾ ਇਹ ਗਾਣਾ ਮਿਊਜ਼ਿਕ ਜਿਹੜਾ ਬੰਦਾ ਹੈ ਜਿਹੜਾ ਵੀ ਮਿਊਜ਼ਿਕ ਆਰਟਿਸਟ ਹੈ ਉਹਦੇ ਅੰਦਰੋਂ ਇਹ ਗੱਲ ਮੁੱਕ ਜਾਂਦੀ ਹੈ ਉਹ ਬਿਲਕੁਲ ਹੀ ਉਹ ਡਰਪੋਕ ਔਰ ਬੜਾ ਪਲਾਈਟ ਬੰਦਾ ਹੋ ਜਾਂਦਾ ਮੇਰੇ ਤੇ ਅਸੀਂ ਮਹੱਲੇ 'ਚ ਕਿਤੇ ਨਾਲ ਦੀ ਗਲੀ 'ਚ ਵੀ ਲੜਾਈ ਹੁੰਦੀ ਹੋਵੇ ਤੇ ਅਸੀਂ ਲੁੱਕ ਜਾਂਦੇ ਕਿ ਬੰਦਾ ਸਾਡੇ ਘਰਾਂ 'ਚ ਵੀ ਇਹੀ ਹਾਲ ਹੈ ਹੈਨਾ ਵਾਕਈ ਆਰਟਿਸਟ ਰੋਮਾਂਟਿਕ ਹੁੰਦੇ ਆ ਹੋਣਾ ਵੀ ਚਾਹੀਦਾ ਨਹੀਂ ਵੈਸੇ ਤੁਹਾਡੀ ਗਾਇਕੀ 'ਚੋਂ ਝਲਕਦਾ ਹੈ ਤੁਹਾਡੀ ਪਰਸਨੈਲਿਟੀ ਤੋਂ ਝਲਕਦਾ ਹੈ ਔਰ ਮਿਊਜ਼ਿਕ ਇੱਕ ਐਸੀ ਵਾਕਈ ਇੱਕ ਐਸੀ ਚੀਜ਼ ਹੈ ਕਿ ਹੁਣੇ ਜਿਵੇਂ ਸਾਡਾ ਕੋਈ ਗੋਰੀ ਜੁੜੀ ਸੀ ਫੇਸਬੁੱਕ 'ਤੇ ਉਹਨੂੰ ਸਾਡੀ ਜ਼ੁਬਾਨ ਨਹੀਂ ਆਉਂਦੀ ਲੇਕਿਨ ਉਹਨੂੰ ਮਿਊਜ਼ਿਕ ਨਾਲ ਪਿਆਰ ਹੋਏਗਾ ਅਤੇ ਉਹ ਬਾਕਾਇਦਾ ਕਮੈਂਟ ਛੱਡ ਕੇ ਗਈ
ਤੇ ਇਹ ਪਿਆਰ ਹੈ, ਪਿਆਰ ਜ਼ਰੂਰੀ ਨਹੀਂ ਕਿ ਇੱਕ ਆਦਮੀ ਔਰ ਔਰਤ ਦਾ ਹੀ ਹੋ ਸਕਦਾ, ਪਿਆਰ ਹਰ ਚੀਜ਼ ਦਾ ਹੋ ਸਕਦਾ ਹੈ, ਭਾਵੇਂ ਰੱਬ ਹੈ ਜਾਂ ਕੋਈ ਖਾਣਾ ਹੈ ਜਾਂ ਕੋਈ ਗਾਣਾ ਹੈ ਜਾਂ ਕੋਈ ਫਿਲਮ ਹੈ ਕਹਿ ਲਓ ਜਾਂ ਕੋਈ ਐਕਟਰ ਹੈ ਲਾਈਕ ਸਲਮਾਨ ਖਾਨ। ਪਿਆਰ ਕਿਸੇ ਦਾ ਵੀ ਹੋ ਸਕਦਾ, ਐਕਟਰ ਤਾਂ ਐਕਟਰ ਤੋਂ ਪੁੱਛਿਆ ਜਾਏਗਾ। ਹੁਣ ਬਾਲੀਵੁੱਡ ਫਿਲਮਾਂ ਦੇਖ ਦਿਓ, ਤੁਹਾਡਾ ਫੇਵਰੇਟ ਐਕਟਰ ਕਿਹੜਾ ਬਾਲੀਵੁੱਡ ਦਾ? ਅੱਛਾ ਜੀ, ਪੁਰਾਣਿਆਂ 'ਚ ਜੀ ਹੁਣ ਦੇ ਜਿਹੜੇ ਹੈਗੇ? ਨਹੀਂ ਨਹੀਂ, ਜਿਹੜਿਆਂ 'ਚੋਂ ਮਰਜ਼ੀ ਦੱਸ ਦਿਓ ਜੀ। ਮੇਰੇ ਫੇਵਰੇਟ ਐਕਟਰ ਨੇ ਅਮਿਤਾਭ ਸਰ, ਅਮਿਤਾਭ ਬੱਚਨ। ਉਸ ਤੋਂ ਬਾਅਦ ਮੈਂ ਐਕਟਿੰਗ ਦਾ ਕਾਇਲ ਹਾਂ, ਔਰ ਉਹਦੇ 'ਚ ਬੜੇ ਬੜੇ ਐਕਟਰਸ ਨੇ, ਪ੍ਰੇਸ਼ ਰਾਵਲ ਜੀ, ਗੋਵਿੰਦਾ ਜੀ ਮੇਰੇ ਬੜੇ ਫੇਵਰੇਟ ਨੇ, ਔਰ ਬਾਕੀ ਬਸ ਅੱਜ ਕੱਲ੍ਹ ਤਾਂ ਬਸ ਚੱਲੀ ਆ ਰਿਹਾ ਹੈ। ਐਕਟਰਸ ਹੈ ਜੀ, ਹੀਰੋਇਨ ਐਕਟਰਸ ਇਹਨਾਂ ਜੀ ਜੇ ਐਕਟਿੰਗ ਦੇਖੀਏ ਤੇ ਉਹ ਫਾਰ ਐਵਰ ਹੀ ਐਕਟਰ ਐਕਟਰੈਸ ਜਿਹੜੀ ਮਧੁਰੀ ਦੀਕਸ਼ਿਤ ਜੀ ਸਾਰੇ ਵਾਸਤੇ, ਔਰ ਹੇਮਾ ਮਾਲਿਨੀ ਜੀ, ਰੇਖਾ ਜੀ, ਔਰ ਐ ਤੇ ਹੈ ਨੇ ਬਾਕੀ ਪਰ ਬਹੁਤ ਅੱਛੀ ਐਕਟਰ ਹੈ, ਐਕਟਰ ਕਮਾਲ। ਬਿਊਟੀਆਂ ਬਿਊਟੀ ਤੇ ਮਾਸ਼ਾਅੱਲਾ ਸਾਰੀਆਂ ਸੋਹਣੀਆਂ ਨੇ, ਸਾਰੀਆਂ ਪਿਆਰੀਆਂ, ਗੁੱਡ ਲੁਕਿੰਗ ਨੇ। ਓਕੇ, ਤੇ ਅਗਰ ਹੁਣ ਅਗਰ ਪਾਕਿਸਤਾਨ ਵਾਲੇ ਪਾਸੇ ਗੱਲ ਕੀਤੀ ਜਾਵੇ, ਉੱਥੇ ਦੀ ਕੋਈ ਫੇਵਰਿਟ ਐਕਟਰੈਸ ਜਾਂ ਐਕਟਰ? ਸ਼ਾਨ ਜੀ ਸਾਡੇ ਪਾਕਿਸਤਾਨ ਦੇ, ਕਿਆ ਬਾਤ, ਹਾਂ ਬਹੁਤ ਅੱਛਾ, ਬੜੀ ਅੱਛੀ ਐਕਟਰ ਨੇ ਰੀਮਾ ਬੀਟੀ ਬਾਸ ਜੀ, ਪ੍ਰਾਣੀ ਜੀ, ਆਲੀਆ ਜੀ, ਰੀਮਾ ਜੀ ਸਾਡੇ ਸਾਡੇ ਨੇੜੇ ਰਹਿੰਦੇ ਨੇ। ਅੱਛਾ ਜੀ, ਕਿਆ ਬਾਤ ਜੀ, ਸਾਡੇ ਜੀ ਪਾਕਿਸਤਾਨ ਦੇ ਵਿੱਚ ਬਹੁਤ ਗ੍ਰੇਟ ਆਰਟਿਸਟ ਹੋਏ ਨੇ, ਮੁਹੰਮਦ ਅਲੀ ਸਾਹਿਬ, ਔਰ ਨਦੀਮ ਸਾਹਿਬ, ਵਹੀਦ ਮੁਰਾਦ ਸਾਹਿਬ, ਹਾਂ ਨਦੀਮ, ਨਦੀਮ ਸਾਹਿਬ ਮੈਂ ਸੁਣਿਆ ਹੈ, ਬੜੇ ਫੇਵਰ ਨੇ, ਔਰ ਬੜਾ ਲਾਈਕ ਕਰ, ਚਾਕਲੇਟ ਹੀਰੋ ਨੇ ਸਾਡੇ ਜੀ। ਸ਼ਾਨ ਸ਼ਾਨ ਜੀ ਤੇ ਮੈਂ ਬੜੀ ਸਰਪ੍ਰਾਈਜ਼ ਹੋਈ ਹੈ ਕਿ ਉਹਨਾਂ ਨੇ ਬੜੀ ਬਾਡੀ ਸ਼ਾਟ ਹੀ ਬਣਾ ਲਈ ਹੈ ਸਲਮਾਨ ਖਾਨ ਵਾਂਗੂ, ਬੜੇ ਫਿੱਟ ਹੋਏ ਨੇ। ਹਾਂ ਜੀ, ਬਸ ਟ੍ਰੈਂਡ ਤੇ ਜੀ ਉਹ ਸਲਮਾਨ ਖਾਨ ਸਾਹਿਬ ਨੇ ਦਿੱਤਾ ਹੈ ਸਾਰਿਆਂ ਨੂੰ, ਇਹ ਤਾਂ ਹੈ, ਸਹੀ ਗੱਲ ਹੈ, ਇਸ ਉਹ ਸਟਾਰ ਨੇ ਜੀ ਸਾਰੇ ਕਮਾਲ, ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਇਹ ਤਿੰਨੇ ਖਾਨ ਜਿਹੜੇ ਨੇ ਸਾਡੇ, ਕਿਆ ਬਾਤ ਹੈ, ਇੰਡਸਟਰੀ ਦੀ ਆਨ ਬਾਨ ਸ਼ਾਨ ਨੇ ਜੀ, ਕਿਆ ਬਾਲੀਵੁੱਡ ਦੀ, ਕਿਆ ਬਾਤ। ਪਿਛਲਾ ਬੰਦਾ ਤੁਹਾਡਾ ਵਿਆਹ ਹੈ ਕਿ ਕੁਆਰ ਹੈ? ਤਬਲੇ ਵਾਲਾ ਆਪਣਾ ਮੈਸੇਜ ਚੈੱਕ ਕਰ ਰਿਹਾ ਆਪਣੇ, ਉਹ ਵੀਡੀਓ ਦੇਖ ਰਿਹਾ ਜੀ ਆਪਣੇ ਪ੍ਰੋਫਾਈਲ, ਮੈਂ ਕਿਹਾ ਸ਼ਾਇਦ ਬੜਾ ਖਾਸ ਮੈਸੇਜ ਆਇਆ ਉਹਦਾ, ਜਿਹੜਾ ਇਹ ਵਿਆਹ ਨਹੀਂ ਹੈਗਾ, ਕੁਆਰਾ ਹੀ ਹੈ, ਤੇ ਹਾਂ ਜਿਹੜਾ ਨਾ ਇਹ ਅੱਲਾ ਖੈਰ ਕਰੇ ਇਹਦਾ ਵਿਆਹ ਪਤਾ ਨਹੀਂ ਉਹ ਹੈਗਾ, ਲੇਕਿਨ ਕਰੋਨਾ ਤੋਂ ਬਾਅਦ, ਕਰੋਨਾ ਮਤਲਬ ਸੌਰੀ ਕਰੋਨਾ, ਕਰੋਨਾ ਨੇ ਵੀ ਤੈਨੂੰ ਕਹਿਤਾ ਕਰੋਨਾ ਵਿਆਹ ਨਾ ਲੈ, ਕਰੋਨਾ ਸਾਡੇ ਜਿਹੜੇ ਲੋਕਲ ਜਾਂ ਅਮੇਰੀਕਨ ਜਾਂ ਜਿਹੜੇ ਵੀ ਸਾਨੂੰ ਦੇਸ਼ ਵਿਦੇਸ਼ ਚ ਲੋਕ ਦੇਖ ਰਹੇ ਨੇ, ਅਗਰ ਤੁਹਾਨੂੰ ਕਿਸੇ ਨੇ ਬੁੱਕ ਕਰਨਾ ਹੋਵੇ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਨੇ? ਜੀ ਮੈਨੂੰ ਕੰਟੈਕਟ ਕਰ ਸਕਦੇ ਨੇ ਇਜਾਜ਼ ਸ਼ੇਰ ਅਲੀ @gmail ਮੇਰਾ ਅਕਾਊਂਟ ਹੈ, ਇਜਾਜ਼ ਸ਼ੇਰ ਅਲੀ ਦੇ ਨਾਮ 'ਤੇ, ਔਰ ਫਿਰ ਯੂਟਿਊਬ ਦਾ ਵੀ ਮੇਰਾ ਚੈਨਲ ਹੈ ਇਸੇ ਨਾਮ 'ਤੇ ਹੀ, ਔਰ ਫੇਸਬੁੱਕ ਦੇ ਉੱਤੇ ਵੀ ਪੇਜ ਹੈ ਇਜਾਜ਼ ਸ਼ੇਰ ਅਲੀ ਦੇ ਨਾਮ 'ਤੇ, ਔਰ ਮੈਂ ਤੁਹਾਨੂੰ ਹਰ ਜਗ੍ਹਾ ਹੀ ਰਿਸਪੋਂਡ ਦੇਵਾਂਗਾ ਜਿਹੜਾ ਵੀ ਤੂੰ ਵੀ ਰਾਬਤਾ ਕਰੇਗਾ, ਇੰਸਟਾਗ੍ਰਾਮ 'ਤੇ ਵੀ ਮੈਂ ਇਸੇ ਨਾਮ 'ਤੇ ਜੀ। ਦੈਟਸ ਗੁੱਡ, ਅੱਛੀ ਗੱਲ ਹੈ ਕਿਉਂਕਿ ਹੁਣ ਅੱਜ ਕੱਲ੍ਹ ਬੜੇ ਅਪ ਟੂ ਡੇਟ ਨੇ ਇਹ, ਹੌਲੀ ਹੌਲੀ ਆ ਰਹੇ ਨੇ ਸਾਰੀ ਜਗ੍ਹਾਵਾਂ ਤੇ, ਤੇ ਬਾਕੀ ਅਗਰ ਕੋਈ ਲੋਕਲ ਹੈਗੇ ਹੋ ਤੇ ਡੂ ਕੰਟੈਕਟ ਅਸ, ਤਾਂ ਕਿ ਅਸੀਂ ਤੁਹਾਨੂੰ ਡਾਇਰੈਕਟ ਨੰਬਰ ਇਹਨਾਂ ਦਾ ਦੇ ਦੇਵਾਂਗੇ। ਬਾਕੀ ਜੀ ਵੱਡੇ ਬੈਠੇ ਨੇ ਇੱਥੇ, ਮੌਨੀ ਗਿੱਲ ਜੀ ਔਰ ਸਾਡੇ ਗਿੱਲ ਸਾਹਿਬ, ਤੁਸੀਂ ਇਹਨਾਂ ਨੂੰ, ਥੈਂਕ ਯੂ ਜੀ, ਇਹਨਾਂ ਤੱਕ ਜਿਹੜਾ ਪਹੁੰਚ ਜਾਏਗਾ ਮੇਰੇ ਤੱਕ ਪਹੁੰਚ ਜਾਏ, ਮੈਨੂੰ ਆਪ ਹੀ ਪਹੁੰਚ ਜਾਏ, ਸਹੀ ਗੱਲ ਹੈ, ਤੁਸੀਂ ਤਾਂ ਸਾਨੂੰ ਬਾਬਾ ਬਣਾ ਛੱਡਿਆ ਕਿ ਜਿਹੜੇ ਮੇਰੇ ਦੁਆਰ ਤੇ ਆਣੇ ਇਹਨਾਂ ਦੇ ਖਰੂ ਹੋ ਕੇ ਆਓ। ਅੱਛਾ ਜੀ, ਇਹ ਹਰਨੂਰ ਕਵਰ ਜੀ ਕੀ ਲਿਖਦੇ ਹੋ ਤੁਸੀਂ, ਸਪੈਸ਼ਲ ਫਰਮਾਇਸ਼ ਫਰੋਮ ਡੋਲੀ ਮਾਂ ਅੱਜ ਨਾ ਜਾਵੀ। ਡੋਲੀ ਮਾਂ ਜੀ ਸਾਡੇ ਦਿੱਲੀ ਤੋਂ ਬਹੁਤ ਰਿਸਪੈਕਟਡ, ਔਰ ਮੈਂ ਇਹਨਾਂ ਦੇ ਬਾਰੇ ਦੱਸਣਾ ਚਾਹਾਂ ਜੀ ਕਿ ਪਾਕਿਸਤਾਨ ਦੇ ਔਰ ਇੰਡੀਆ ਦੇ ਤਮਾਮ ਬੜੇ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਬਹੁਤ ਪਿਆਰ ਕੀਤਾ ਔਰ ਬੜੇ ਸਪੋਰਟ ਕੀਤਾ। ਸਾਡਾ ਵੀ ਸਤਿ ਸ੍ਰੀ ਅਕਾਲ ਅਮਲੀ ਸਾਹਿਬ, ਇਹਨਾਂ ਦੇ ਸਾਹਿਬ ਜਿਹੜੇ ਨੇ ਉਹ ਬਹੁਤ ਬੜੇ ਪੋਇਟ ਨੇ, ਔਰ ਉਹਨਾਂ ਦੀ ਪੋਇਟਰੀ ਨੂੰ ਗਾਇਆ ਹੈ ਉਹਨਾਂ ਨੇ ਬੜਾ, ਔਰ ਬੜਾ ਪ੍ਰਮੋਟ ਕੀਤਾ ਗੁਲਾਮ ਅਲੀ ਸਾਹਿਬ ਨੂੰ, ਮੇਰਾ ਖਿਆਲ ਪਹਿਲਾ ਵੀ ਜਿਹੜਾ ਗੁਲਾਮ ਅਲੀ ਸਾਹਿਬ
डॉली जी, डॉली जुटला जी ते नहीं? ਉਹੀ ਨੇ ਉਹੀ ਨੇ। ਔਰ ਡੋਲੀ ਜੀ ਕੀ ਹਾਲ ਚਾਲ ਹੈ? ਤੁਸੀਂ ਤਾਂ ਸਾਡੇ ਦਿੱਲੀ ਦੇ ਸਾਡੀ ਸਿਸਟਰ ਹੀ ਹੈ। ਅੱਛਾ ਜੀ। ਡੋਲੀ ਜੀ ਲਵ ਜੂ ਔਰ ਮੈਨੂੰ ਇਨਬਾਕਸ ਕਰਿਓ ਆਪਣਾ ਨੰਬਰ, ਮੈਂ ਬੜਾ ਟਾਈਮ ਤੋਂ ਲੱਭ ਰਹੀ ਸੀ ਤੁਹਾਨੂੰ। ਠੀਕ, ਇਹ ਮੇਰੀ ਛੋਟੀ ਭੈਣ ਹੈ, ਉਹਨੇ ਨਾ ਕੀਤਾ, ਮੈਂ ਉਹਦੀ ਸਮਾਈ ਜ਼ਰੂਰ ਸਾਂ। ਉਹਨੂੰ ਮਾਂ ਨਾ ਕੋ ਹਲੇ ਵੀ ਬੜੀ ਖੂਬਸੂਰਤ ਔਰ ਬੜੀ ਹੈਂਡਸਮ, ਬੜੀ ਗੁੱਡ ਲੁਕਿੰਗ। ਓਏ ਹੋਏ ਹੋਏ, ਐਦਾਂ ਹੀ ਮੈਂ ਸੱਚੀ ਗੱਲ ਹੈ। ਮੈਂ ਕਿਹਾ ਜੀ ਤੁਸੀਂ, ਤੁਹਾਡੀ ਤਸਵੀਰ ਤੋਂ ਨਹੀਂ ਲੱਗਦਾ ਕਿ ਮੈਂ ਉਹਨਾਂ ਨੂੰ ਆਪੇ ਹੀ ਕਹਿਣਾ, ਇਸ ਵਾਸਤੇ ਮੈਂ ਤੁਹਾਨੂੰ ਮਾਂ ਮੂੰ ਮੈਂ ਨਹੀਂ ਕਹਿਣਾ, ਤੁਸੀਂ ਮੇਰੇ ਆਪੇ ਲੱਗਦੇ ਨਹੀਂ। ਮਾਂ ਕਿਤੋਂ ਕਿਤੋਂ ਵੀ ਲੱਗ ਰਹੇ ਮਾਂ ਤੁਸੀਂ, ਬਾਏ ਦਾ ਵੇ ਡੋਲੀ ਜੀ ਕਿਆ ਵਾ। ਤੇ ਅਸੀਂ ਕਿਉਂਕਿ ਅਸੀਂ ਵੀ ਦਿੱਲੀ ਦੇ ਆ ਜੀ, ਔਰ ਅਸੀਂ ਬੜਾ ਅੱਛਾ ਵਕਤ ਗੁਜ਼ਾਰਿਆ ਗੁਲਾਮ ਅਲੀ ਖਾਨ ਸਾਹਿਬ ਦਾ ਔਰ ਤਾਰਿਕ ਖਾਨ ਸਾਹਿਬ, ਜਦੋਂ ਇਕੱਠੇ ਪਹਿਲੀ ਵਾਰ ਵਾਪਸ ਦੁਬਾਰਾ ਵਜਾਇਆ ਸੀ ਤੇ ਉਹ ਮੇਰੇ ਭਰਾ ਦਾ ਵਿਆਹ ਸੀਗਾ, ਤੇ ਉੱਥੇ ਡੋਲੀ ਜੁਟਲਾ ਜੀ ਨੇ ਸਾਡੀ ਜਿਵੇਂ ਵੱਡੀ ਭੈਣ ਹੁੰਦੀ ਹੈ ਐਂਜੀ, ਉਹਨਾਂ ਨੇ ਬੜੀ ਖਾਤਰਦਾਰੀ ਕੀਤੀ। ਸੋ ਥੈਂਕ ਯੂ ਡੋਲੀ ਜੀ। ਔਰ ਮੇਰੇ ਫਾਦਰ ਸਾਹਿਬ ਇੰਨਾ ਕੁ ਤਾਰੀਫ ਕਰਦੇ ਨੇ ਉਹਨਾਂ ਦੀ ਕਿ ਇੰਨੀ ਸਾਡੀਆਂ ਨਹੀਂ ਕਰਦੇ ਹੋਣਗੇ ਜਿੰਨਾ ਡੋਲੀ ਡੋਲੀ ਜੀ ਦੀ ਕਰਦੇ ਨੇ। ਕੋਈ ਕਹਿੰਦੇ ਸੀ ਇਹਦੇ ਵਰਗੀ ਪੜੋ, ਦੇਖੋ ਕਿੰਨਾ ਕੰਮ ਕਰਦੀ ਹੈ ਇਹ, ਇਹ ਮਿਊਜ਼ਿਕ ਵੀ ਕਰਦੀ ਹੈ, ਇਹ ਘਰ ਵੀ ਸੰਭਾਲਦੀ ਹੈ, ਤੇ ਸਾਨੂੰ ਇੰਨਾ ਟਫ ਰੋਲ ਮਾਡਲ ਮਿਲਿਆ। ਇਹਨਾਂ ਦਾ ਪਿਆਰ ਤੁਹਾਨੂੰ ਕੀ ਦੱਸੀਏ ਕਿ ਇਸ ਟਾਈਮ ਪਾਕਿਸਤਾਨ ਦੇ ਵਿੱਚ ਜਿੰਨੇ ਮੁੰਡੇ ਕੁੜੀਆਂ ਗਾਉਣ ਵਾਲੇ ਨੇ ਨਾ, ਉਹ ਸਾਰੇ ਇਹਨਾਂ ਦਾ ਨਾਮ ਜਪ ਰਹੇ ਨੇ ਔਰ ਸਾਰੇ ਇਹਨਾਂ ਨੂੰ ਪਿਆਰ ਕਰਦੇ। ਸਾਡੇ ਕੋਲ ਵਟਸਐਪ ਗਰੁੱਪ ਨੇ, ਉਹਨਾਂ 'ਚ ਇਹ ਇਹਨਾਂ ਨੇ ਇੰਨਾ ਕੁ ਪਿਆਰ ਪਾ ਲਿਆ ਕਿ ਇਸ ਟਾਈਮ ਹਰ ਆਰਟਿਸਟ ਪਾਕਿਸਤਾਨ ਦਾ ਇਹਨਾਂ ਦੇ ਨਾਮ ਤੋਂ, ਇਹਨਾਂ ਦੀ ਮੁਹੱਬਤ ਤੋਂ, ਇਹਨਾਂ ਦੀ ਸ਼ਫਕਤ ਤੋਂ ਜਿਹੜਾ ਨਾ ਉਹ ਸ਼ਫਕਤ ਨਾਲ ਵਾਬਸਤਾ ਹੈ ਔਰ ਇਹਨਾਂ ਦੇ ਪਿਆਰ ਨਾਲ ਇਹਨਾਂ ਦਾ ਬੱਚਾ ਬੱਚਾ ਇਹਨਾਂ ਦਾ ਨਾਂ ਲੈ ਰਿਹਾ। ਬਿਲਕੁਲ, ਇੰਨੀ ਮੁਹੱਬਤ ਕਰਦੇ ਨੇ, ਇੰਨੀ ਇੱਜ਼ਤ ਦਿੰਦੇ ਨੇ, ਇੰਨੀ ਰਿਸਪੈਕਟ, ਔਰ ਹਸਬੈਂਡ ਵੀ ਬੜੇ ਸਵੀਟ ਨੇ। ਕਿਆ ਬਾਤ, ਇਸ ਵੈਰੀ ਸਵੀਟ। ਤੇ ਲੋ ਜੀ, ਜਾਣ ਪਛਾਣ ਇੱਦਾਂ ਨਿਕਲ ਆਈ ਹੈ, ਕਿਆ ਬਾਤ ਹੈ। ਔਰ ਹੁਣ ਮੈਂ ਚਾਹਾਂਗੀ ਕਿ ਹੁਣ ਸਾਨੂੰ ਤੁਸੀਂ ਹੁਣ ਜਿਹੜਾ ਰੂਹ ਤਰ ਕਰ ਦਿਓ, ਜਿਹੜਾ ਕੋਈ ਕਵਾਲੀ ਸ਼ਵਾਲੀ ਹੋ ਜਾਏ। ਮੇਰੀ ਭੈਣ ਹੈ, ਮੈਂ ਉਹਦਾ ਕਹਿਣਾ ਮੰਨਣਾ, ਮੇਰੀ ਡੋਲੀ ਆਪੀ ਦਾ ਵੀ ਹੁਕਮ ਹੈ। ਜਾ, ਇਹ ਵੀ ਗੱਲ ਸਹੀ, ਤੁਹਾਨੂੰ ਜ਼ਰੂਰ ਸੁਣਾ ਚਾਹਨਾ। ਸ਼ੁਰ, ਅੱਜ ਨਾ ਜਾਣੀ। ਹਾਂਜੀ, ਪਿਆਰ ਨਾ ਕਦੇ ਦੀ ਮੇਰੀ ਜਾਨ ਨਾ ਦੁੱਖ ਸੇਂਦੀ, ਜਾਨ ਦੇ ਉਹ ਹੋ ਜਾਣ ਦੇ ਦੀ, ਉਹ ਜਦ ਤੁਰਦਾ ਲੜ ਫੜ ਲੈਂਦੀ ਤੇ ਕਹਿੰਦੀ ਅੱਜ ਨਾ ਜਾਵੀਂ,
ਹੈ ਅਜਨਾ ਨਾਮੀ ਕਮਲਿਆ ਵੇਖ ਬੋਲਿਆ ਵੇ ਕਾਲੀ ਰਾਤ ਹੈ ਅਜਨਾ ਨਾਮੀ ਨਾ 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 ਅਜਨਾ ਨਾਮੀ ਮੈਂ ਨਾ ਜਾਂ ਨਾ 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 ਅਜਨਾ ਨਾਮੀ ਕਮਲਿਆ ਵੇ ਠੋਲਿਆ ਕਾਲੀ ਰਾਤ ਆਏ ਅਜਨਾ ਨਾਮੀ ਅਜਨਾ ਜਾਈ ਅਜਨਾ ਜਾਈ ਅਜਨਾ ਨਾਮੀ ਕਮਲਿਆ ਵੇ ਠੋਲਿਆ ਕਾਲੀ ਰਾਤ ਅਜਨਾ ਨਾਮੀ ਕਲ ਠੁਰ ਜਾਮੀ ਆਏ ਵੇ ਕਲ ਠੁਰ ਜਾਮੀ ਸਾਵਨ ਤੇਰੀ ਮੇਰੀ ਰੱਬ ਦੀ ਰਾਤ ਮੇਰੇ ਵੇੜੇ ਤੇਰੀ ਜਾਨ ਏ ਮੇਰੇ ਮੇਰੇ ਤੇਰੀ ਉਹ ਚਾਨਣੀ ਵੇੜੇ ਤੇਰੀ ਉਹ ਚਾਨਣੀ ਮੇਰੇ ਵੇੜੇ ਚ ਤੇਰੀ ਚਾਨਣੀ ਤੂੰ ਕੀ ਜਾਣੇ ਤੂੰ ਕਿ ਜਾਣੇ ਤੇਰੇ ਅੱਗੇ ਝੋਲਾ ਚੰਨਵੀ ਮਾਤ ਆਏ ਅਜਨਾ ਨਾਮੀ ਤੇ ਅਜਨਾ ਨਾਮੀ ਨਾ 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 ਅਜਨਾ ਜਾਮੀ ਨਾ ਜਾਮੀ ਅਜਨਾ ਨਾਮੀ ਨਾਮੀ ਰੇ ਅਜਨਾ ਨਾਮੀ ਸਦਾਨੀ ਸਾਨੀ ਦਾ ਫਮ ਪਦਾਨੀ ਸਦਾ ਰਾਨੀ ਦਾ ਨੀ ਰਾਨੀ ਦਾ ਫਾਰਾ ਫਾਰਾ ਰਾਨੀ ਦਾ ਨੀ ਰਾਨੀ ਦਾ 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 ਫਾਰਾ ਅਜਨਾ ਜਾਮੀ ਕਮਲਿਆ ਵੇ ਠੋਲਿਆ ਕਾਲੀ ਰਾਤ ਆਏ ਅਜਨਾ ਜਾਮੀ ਕਿਆ ਬਾਤ ਹੈ! ਪਹਿਲਾਂ ਤਾਂ ਡੋਲੀ ਜੀ ਬਹੁਤ ਸਾਰੀ ਪੱਪੀਆਂ ਜੱਫੀਆਂ ਤੁਹਾਨੂੰ ਆਏ ਵਿਸ਼ ਨੇੜੇ ਹੁੰਦੇ ਤੁਸੀਂ। Oh my God, beautiful composition aur kamal di composition kina di hai jada ho gaya really khas wah jada kya main kehna ke bahut bahut simple aur wordings bahut kamal hundi hai words and all khelte ne aur inna romance unna di har ode ch composition ch
ਮੈਨਾਂ ਦਾ ਰੋਮਾਂਸ ਤੁਹਾਡੇ ਫਾਦਰ ਤੋਂ ਤੁਹਾਨੂੰ ਆਇਆ ਮੈਂ ਅੱਜ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕੰਪੋਜੀਸ਼ਨ ਬਣਾਉਣ ਦਾ ਕੀ ਤਰੀਕਾ ਹੈ ਉਹ ਕਹਿਣ ਲੱਗੇ ਬੇਟਾ ਕੰਪੋਜੀਸ਼ਨ ਜਿਹੜੀ ਨਾ ਉਹ ਨਾ ਵਾਜੇ ਨਾਲ ਬਣਦੀ ਹੈ ਅਤੇ ਨਾ ਬਹੁਤੇ ਸੁਰਾਂ ਨਾਲ ਬਣਦੀ ਹੈ ਅਤੇ ਨਾ ਬਹੁਤੀ ਰੂਹਦਾਰੀ ਨਾਲ ਬਣਦੀ ਨਾ ਕੌਡਾ ਨਾਲ ਬਣਦਾ ਮੈਂ ਕਿਹਾ ਜੀ ਇੱਦਾਂ ਕਹਿੰਦੇ ਮੈਂ ਕਿਹਾ ਜੀ ਕੰਪੋਜੀਸ਼ਨ ਕਾਹਦੇ ਨਾਲ ਬਣਦੀ ਕਹਿੰਦੇ ਬੇਟੇ ਕੰਪੋਜੀਸ਼ਨ ਜਿਹੜੀ ਹੈ ਨਾ ਉਹ ਲਫਜ਼ਾਂ ਦਾ ਲਿਬਾਸ ਤਿਆਰ ਕਰਨਾ ਹੁੰਦਾ ਉਹਨਾਂ ਲਫਜ਼ਾਂ ਨੂੰ ਵਜੂਦ ਦੇਣਾ ਹੁੰਦਾ ਸਿਰਫ ਉਹਦੇ 'ਚ ਜਿਹੜੇ ਜਿਹੜੇ ਸੁਰ ਲੱਗਦੇ ਨੇ ਉਹ ਲਾ ਦਿਓ ਕਿ ਹੁਣ ਦੇਖੋ ਨਾ ਅੱਜ ਨਾ ਜਾਵੀਂ ਅਤੇ ਉਹ ਕਹਿ ਰਹੀ ਹੈ ਇੱਕ ਲੜਕੀ ਆਪਣੇ ਲਵਰ ਨੂੰ ਕਹਿ ਰਹੀ ਕਿ ਅੱਜ ਨਾ ਜਾਵੀਂ ਕਮਲਿਆ ਵੇ ਢੋਲਿਆ ਕਾਲੀ ਰਾਤ ਉਹ ਉਹਨਾਂ ਨੇ ਕਿਹਾ ਕਿ ਦੱਸਿਆ ਕਿ ਹੁਣ ਮੈਂ ਤੁਹਾਨੂੰ ਇੱਕ ਦੱਸ ਰਿਹਾ ਦੁਬਾਰਾ ਸਿਰਫ ਤਬਲੇ ਤੋਂ ਬਗੈਰ ਅੱਜ ਨਾ ਜਾਵੀਂ ਹਾਏ ਅੱਜ ਨਾ ਜਾਵੀਂ ਵੇ ਕਮਲਿਆ ਵੇ ਢੋਲਿਆ ਕਾਲੀ ਰਾਤ ਹਾਏ ਅੱਜ ਨਾ ਜਾਵੀਂ ਬਹੁਤੀ ਰਗਾਂ ਫਿਰਦੀਆਂ ਵਿੱਚ ਸੁਰ ਪਾ ਦਿੰਦੇ ਨੇ ਇਹ ਨਹੀਂ ਹੋਣਾ ਚਾਹੀਦਾ ਕੰਪੋਜੀਸ਼ਨ ਜਿਹੜੀ ਉਹਨੂੰ ਜਿਹੜੇ ਉਹਦੇ ਮਕਸਦ ਹੈ ਨਾ ਸੁਰ ਜਿਹੜੇ ਚਾਹੀਦੇ ਨੇ ਬਸ ਉਹੀ ਉਹਨੂੰ ਉਹੀ ਦਿਓ ਸੁਣੋਗੇ ਤੇ ਮੇਰੇ ਵਾਲਿਦ ਸਾਹਿਬ ਦੀ ਮਾਸ਼ਾਅੱਲਾ ਵਾਹ ਦੇ ਦੋ ਤਿੰਨ ਆਰਟਿਸਟ ਹੋਏ ਨੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਗਾਉਂਦੇ ਹੋਏ ਵੀ ਸੋਹਣੇ ਲੱਗੇ ਨੇ ਤੇ ਉਹਨਾਂ ਨੇ ਲਫਜ਼ਾਂ ਨਾਲ ਔਰ ਬੈਠ ਕੇ ਉਹਨਾਂ ਨੇ ਆਪਣੇ ਨਿਤਕਾਰੀ ਨਾਲ ਹੱਥਾਂ ਦੇ ਨਾਲ ਦੱਸਿਆ ਲਫਜ਼ਾਂ ਨੂੰ ਕਹਿ ਕੇ ਅੱਜ ਨਾ ਜਾਵੀਂ ਉਹਨਾਂ ਦੀ ਤੁਸੀਂ ਗਾਣੇ ਦੇ ਉਹਨਾਂ ਦੇ ਐਕਸ਼ਨ ਜਿਹੜੇ ਨੇ ਮੂਵ ਜਿਹੜੇ ਨੇ ਉਹ ਤੁਸੀਂ ਦੇਖ ਲਓ ਤੇ ਤੁਸੀਂ ਉਹਨਾਂ ਦੇ ਫੈਨ ਹੋ ਜਾਓ ਕਿ ਯਾਰ ਖਾਨ ਸ਼ੇਰ ਅਲੀ ਖਾਨ ਜਦੋਂ ਵੀ ਲਿਖੋਗੇ ਉਹ ਆ ਜਾਣਗੇ ਜਿੱਥੇ ਵੀ ਤੁਸੀਂ ਸੁਣੋਗੇ ਇਹ ਆਈਟਮ ਅੱਜ ਨਾ ਜਾਵੀਂ ਉਹਨਾਂ ਦਾ ਯੂਟਿਊਬ ਤੇ ਪਿਆ ਹੈ ਇਹ ਸੁਣੋ ਤੁਸੀਂ ਔਰ ਤੁਸੀਂ ਸੁਣ ਕੇ ਤੁਸੀਂ ਕਹਿਣਾ ਕਿ ਵਾਕਈ ਇਹ ਬੰਦਾ ਉਹਨਾਂ ਨਾਲ ਵੇਖਦਾ ਹੀ ਰਹਿ ਜਾਂਦਾ ਕਿ ਯਾਰ ਇਹ ਬੰਦਾ ਇਹ ਕੀ ਕਹਿ ਰਿਹਾ ਇਹਨਾਂ ਦੇ ਐਕਸ਼ਨਾਂ ਤੋਂ ਪਤਾ ਲੱਗ ਰਿਹਾ ਕਿ ਕਿੰਨੀਆਂ ਉਮੀਦਾਂ ਪਾਈਆਂ ਜਾ ਰਹੀਆਂ ਮੈਂ ਜ਼ਰੂਰ ਸਾਡੇ ਤਰਫੋਂ ਜ਼ਰੂਰ ਤਰਲੇ ਕਰਨਾ ਕਿ ਅਗਰ ਮਾਈ ਟੀਵੀ ਤੇ ਇੱਕ ਦਿਨ ਆ ਸਕਣ ਭਾਵਾਂ ਗਾਣੇ ਨਾ ਗਾਣ ਜਾਂ ਗਜ਼ਲਾਂ ਨਾ ਗਾਣ ਕੁਛ ਨਾ ਗਾਣ ਪਰ ਸਾਡੀਆਂ ਸਾਡੇ ਨਾਲ ਬਸ ਵੈਸੇ ਰੂਬਰੂ ਹੋ ਜਾਣ ਇੱਕ ਵਾਰੀ ਜ਼ਰੂਰ ਇੱਕ ਦਿਨ ਮੈਂ ਉਹਨਾਂ ਨੂੰ ਖਾਸਮ ਕੋ ਤੇ ਅਸੀਂ ਹੋਰ ਵੀ ਆਡੀਅੰਸ ਜਿਹੜੀ ਅਮਰਪ੍ਰੀਤ ਤਾਨ ਜਿਹੜਾ ਕਿ ਰਿੰਸੀ ਤਾਨ ਭਾਈ ਅਮਰਜੀਤ ਸਿੰਘ ਤਾਨ ਇੰਡੀਆ ਦੇ ਬਹੁਤ ਵੱਡੇ ਕੀਰਤਨੀਏ ਨੇ ਉਹਨਾਂ ਦਾ ਬੇਟਾ ਇਹ ਵੀ ਬਹੁਤ ਅੱਛਾ ਗਾਉਂਦਾ ਹੈ ਕਿਆ ਬਾਤ ਰਣਜੀਤ ਸਿੰਘ ਜੀ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਨੇ ਅੱਛਾ ਜੀ ਜੀ ਇਹ ਵੀ ਦੇਖ ਰਹੇ ਨੇ ਸੋ ਉਹ ਹੀ ਤੁਹਾਨੂੰ ਦੱਸਿਆ ਗਿਆ ਕਿ ਅੱਛਾ ਜੀ ਤੁਹਾਡੇ ਨਾ ਕਮਾਲ ਹੈ ਗਾਣੇ ਚ ਹੋਣਾ ਪਿੰਕੀ ਮਾਰਸ ਤੁਸੀਂ ਲਿਖਿਆ ਹੈ ਤੂੰ ਮਾਨੇ ਜਾਂ ਨਾ ਮਾਨੇ ਦਿਲਦਾਰਾ ਸ਼ੇਰ ਅਲੀ ਮੇਰ ਅਲੀ ਜੀ ਇਹ ਉਹਨਾਂ ਨੇ ਇਹ ਉਹਨਾਂ ਦਾ ਹੈ ਨਹੀਂ ਜੀ ਇਹ ਲਖਵਿੰਦਰ ਵਡਾਲੀ ਸਾਹਿਬ ਦਾ ਆਪਣਾ ਪੂਰਨ ਚੰਦ ਪਿਆਰੇ ਲਾਲ ਜਿਹੜੇ ਨੇ ਸਾਡੇ ਪਿਛਲੇ ਨਾਲੋਂ ਵੀ ਜਿਆਦਾ ਅੱਛਾ ਲੱਗਣ ਦੇ ਹਰ ਗਾਣਾ ਉਸ ਤੋਂ ਬੈਟਰ ਬੈਟਰ ਆਈ ਜਾ ਰਿਹਾ ਇਹ ਬੜੀ ਘੱਟ ਮੈਂ ਸੁਣਿਆ ਅੱਜ ਹੁਣ ਸਿੰਗਰ ਸਾਹਿਬ ਗਰਮ ਹੋ ਗਏ ਨਹੀਂ ਹੁਣ ਭੁੱਖ ਲੱਗ ਗਈ ਹੋਣੀ ਤੇ ਹੁਕਮ ਕਰੋ 2.5 ਘੰਟੇ ਹੋ ਗਏ ਨੇ ਆਲਮੋਸਟ 2.5 ਘੰਟੇ ਹੋ ਗਏ ਨੇ ਜੀ ਪਤਾ ਨਹੀਂ ਚੱਲਿਆ ਸੌਰੀ ਇੰਨੀ ਦੇਰ ਤੇ ਤੁਸੀਂ ਬੈਠੇ ਹੋ ਤੇ ਮੈਂ ਇਜਾਜ਼ਤ ਚਾਹਨਾ ਤੇ ਉਹ ਤੁਹਾਨੂੰ ਕੀ ਤੁਸੀਂ ਜਿਹੜੀ ਪਸੰਦ ਹੈ ਕੋਈ ਮੈਂ ਆਪਣਾ ਗਾਣਾ ਸੁਣਾਵਾਂ ਜਾਂ ਕੋਈ ਕਵਾਲੀ ਸੁਣਾਵਾਂ ਇਹ ਹੁਣ ਤੁਹਾਨੂੰ ਦੱਸ ਤੁਹਾਡਾ ਜੋ ਦਿਲ ਕਰਦਾ ਕਿਉਂਕਿ ਤੁਸੀਂ ਇੰਨੀ ਰੂਹਦਾਰੀ ਚ ਗਾ ਰਹੇ ਹੋ ਕਿ ਮੈਨੂੰ ਲੱਗਦਾ ਕੁਝ ਵੀ ਸੁਣਾਓਗੇ ਸਾਨੂੰ ਪਸੰਦ ਆਏਗਾ ਜੋ ਜੀ ਮੈਂ ਇੱਕ ਆਪਣਾ ਗੀਤ ਸੁਣਾਣਾ ਤੁਹਾਨੂੰ ਲਾਸਟ ਤੇ ਠੀਕ ਹੈ ਉਹ ਵੀ ਤੁਹਾਨੂੰ YouTube ਤੇ ਅਵੇਲ ਹੈ ਮਿਲ ਜਾਏਗਾ ਉਹ ਜੀ ਔਡ ਹੈ ਥੋੜਾ ਜਿਹਾ ਵਰਸ ਮੈਂ ਤੁਹਾਨੂੰ ਜ਼ਰਾ ਗਾਣਾ ਹੀ ਸੁਣਾਉਣਾ ਜੀ ਆ
रे ना जाना मुझे छोड़ के ओ साम रे ना जाना मुझे छोड़ के तेरे दिल ना जी सके ओ साजना जाना मुझे छोड़ के तेरे सकूं ओ साजना तेरे संग जीना है तेरे संग तेरे संग जीना है तेरे संग हाँ तेरे संग बहना है तेरे संग तेरे संग जीना है तेरे संग तेरे संग मरना है तेरे संग मेरे दिल से उस ले सदा साजना तेरे दिल ना जी सकूं ओ साजना ओ साग दे ना जाना मुझे छोड़ के तेरे दिल ना जी सकूं ओ साजना सीना है तूने पिया चैन मेरा सीना है तूने पिया कैसा जादू किया है तूने पिया चैन मेरा सीना है तूने पिया कैसा जादू किया है तूने पिया चैन मेरा सीना है तूने पिया कैसा जादू किया है तूने पिया हो गया हूँ मैं तुझ पे पिदा साजना तेरे दिल लगी सकूं ओ साजना ओ नाम रे ओ नाम रे नाम रे ओ नाम रे ओ नाम रे ओ सामरे ओ सामरे ओ सामरे ओ सामरे ओ सामरे ई दा 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 ई दा 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 dari re madani da bhare da ni da 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 ओ सामने ओ सामने ओ सामने ओ सामने ओ सामने क्या बात जबरदस्त
क्या बात है, मेरा दिल तो नहीं कर रहा कि तुहाड़े तों अलविदा करिए या लईए, लेकिन मैनूं पता कि टाइम बहुत हो गया और पता ही नहीं चलिया एक्चुअली, देखो ना सानू पता चल रहा है और तुहाडे भी कोई शिक नहीं, पिछे भी बेचारा मुंडा भी उदों दा लग्या होया बेचारा वजा रहा है। माशाल्लाह बहुत अच्छा वजा रहा जी। ते डॉली जी थैंक यू सो मच, ऐसी जबरदस्त फरमाइशां तुसीं कीतियां ने और ए लास्ट वैसे इन्हां दी अपनी फरमाइश थी खुद दी और आई एम ग्लैड क्योंकि इन्नी कि वर्सटैलिटी है इन्हां कोले और इस तरह के आर्टिस्ट नूं पब्लिक दा प्यार डेफिनेटली मिलना चाहिए है, परमार मिलना चाहिए है। और असीं हुण इन्हां नूं जान नहीं दांगे, असीं जदों भी दिल करेगा असीं चाहवांगे कि साडे नाल हमेशा रूबरू होण और माई टीवी तुहाडा अपना टीवी है जी, जदों तुहाडा दिल करे ਤੁਹਾਨੂੰ ਲੱਗੇ ਕੋਈ ਨਵਾਂ ਗਾਣਾ ਕੁਛ ਨਵਾਂ ਕੁਛ ਰਿਲੀਜ਼ ਕਰਨਾ ਕਿਉਂਕਿ 24/7 ਰੇਡੀਓ ਹੈ ਤੇ ਟੀਵੀ ਲਈ ਅਸੀਂ ਜਦੋਂ ਮਰਜ਼ੀ ਹਾਜ਼ਰ ਹੋ ਜਾਵਾਂਗੇ ਮਿਆਰ ਕੁਲਦੀਪ ਬਿਸਮਿਲ੍ਲਾ। ਬਾਕੀ ਜਦੋਂ ਅਮਰੀਕਾ ਕਦੀ ਆਏ ਤੇ ਵਾਸ਼ਿੰਗਟਨ ਡੀਸੀ ਸੋਚਣਾ ਕਿ ਤੁਹਾਡਾ ਆਪਣਾ ਇੱਕ ਘਰ ਹੈਗਾ ਜਿੱਥੇ ਤੁਸੀਂ ਆ ਸਕਦੇ ਹੋ ਤੇ ਕਰਨੇ ਹਾਲਾਤ ਠੀਕ ਹੋਣ ਤੇ ਜਦੋਂ ਵੀ ਆਣਾ ਹੋਇਆ ਤੇ ਤੁਹਾਡੇ ਕੋਲ ਇਨਸ਼ਾਅੱਲਾ ਜੀ। ਤੇ ਮੈਂ ਡੋਲੀ ਜੀ ਦੀ ਗੱਲ ਦੱਸਦਾ, ਡੋਲੀ ਜੀ ਨੇ ਬਚਪਨ ਚ ਮਿਊਜ਼ਿਕ ਮੇਰੇ ਫਾਦਰ ਸਾਹਿਬ ਤੋਂ ਸਿੱਖਿਆ, ਭੁਪਿੰਦਰ ਸਿੰਘ ਪਾਰਸ ਔਰ ਉਸ ਤੋਂ ਬਾਅਦ ਗੁਲਾਮ ਅਲੀ ਖਾਨ ਸਾਹਿਬ ਤੇ ਉਸ ਤੋਂ ਬਾਅਦ ਇਹ ਇਹ ਜੇ ਹਰ ਇੱਕ ਸਿੰਗਰ ਨੂੰ ਇੰਨਾ ਹੀ ਪਿਆਰ ਕਰਦੇ ਆ ਜਿਵੇਂ ਅਸੀਂ ਪਿਆਰ ਕਰਦੇ ਹਾਂ ਔਰ ਅਸੀਂ ਵਾਕਈ ਸਾਡੀ ਵੱਡੀ ਸਿਸਟਰ ਨੇ, ਅਸੀਂ ਵੀ ਬਹੁਤ ਪਿਆਰ ਕਰਦੇ ਹਾਂ। ਲਵ ਯੂ ਸਿਸਟਰ ਔਰ ਆਈ ਵਿਲ ਕਾਲ ਯੂ ਆਫਟਰ ਦੀ ਸ਼ੋ। ਔਰ ਅਗੇਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿੰਕੀ ਪਾਰਸ ਜੀ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਡੋਲੀ ਜੀ ਔਰ ਇਜਾਜ਼ ਜੀ, ਹੁਣ ਅਸੀਂ ਦਿਲ ਤਾਂ ਨਹੀਂ ਕਰ ਰਿਹਾ ਕਿ ਤੁਹਾਡੇ ਤੋਂ ਇਜਾਜ਼ਤ ਲਈਏ, ਲੇਕਿਨ ਕਿਆ ਕਰੇ ਵਕਤ ਨਾਜ਼ੁਕ ਹੈ। ਹੈਂ ਬਹੁਤ ਬਹੁਤ ਟਾਈਮ, ਬਹੁਤ ਸ਼ੁਕਰੀਆ ਤੁਸੀਂ ਮੈਨੂੰ ਯਾਦ ਕੀਤਾ ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਜੀ ਤੁਹਾਡੀ ਖਿਦਮਤ ਕਰ ਸਕਾਂ ਆਪਣੇ ਇਸ ਮਿਊਜ਼ਿਕ ਦੇ ਨਾਲ, ਔਰ ਕੋਈ ਗਲਤੀ ਕੁਤਾਹੀ ਹੋ ਗਈ ਹੋਵੇ ਇੰਨੇ ਇੰਨੀ ਦੇਰ 'ਚ ਕੋਈ ਜੁਮਲਾ ਐਸਾ ਜਿਹੜਾ ਕਿਸੇ ਨੂੰ ਕਿਤੇ ਵੀ ਦਿਲਾਜ਼ਾਰੀ ਪਈ ਹੋਵੇ ਮੈਂ ਉਹਦੀ ਮਾਂ ਸੋਚਾ ਨਾ ਮਾਂ ਜੀ। ਬੜੇ ਸਾਰੇ ਲੋਕ ਤੁਹਾਨੂੰ ਆਸ਼ੀਰਵਾਦ ਦੇ ਰਹੇ ਨੇ, ਕਿਸੇ ਨੇ ਜੀਓ ਲਿਖਿਆ, ਸਾਡੇ ਤੋਂ ਦਿਲੋਂ ਇੰਨੀਆਂ ਅਰਦਾਸਾਂ ਨਿਕਲਦੀਆਂ ਨੇ ਕਿ ਵਾਹਿਗੁਰੂ ਤੁਹਾਨੂੰ ਐਸੇ ਹੀ ਏਦਾਂ ਹੀ ਗਵਾਉਂਦਾ ਰਹੇ ਔਰ ਅਸੀਂ ਏਦਾਂ ਹੀ ਤੁਹਾਨੂੰ ਸੁਣਦੇ ਰਹੀਏ। ਆਮੀਨ ਜੀ, ਆਮੀਨ ਆਮੀਨ। ਤੇ ਬਾਕੀ ਜੋ ਤੁਸੀਂ ਕਿਹਾ, ਇੱਕ ਆਰਟਿਸਟ ਹੋ ਜੋ ਕਿਹਾ ਦਿਲੋਂ ਕਿਹਾ, ਸੱਚੇ ਸੁਰੀਲਾ ਇਨਸਾਨ ਜੋ ਦਿਲ 'ਚ ਜੋ ਹੈ ਬਾਹਰ ਕਹਿ ਦੇਣਾ ਚਾਹੀਦਾ। ਸੋ ਜਿਹੜਾ ਤੁਹਾਡਾ ਜਿਹੜਾ ਮੈਸੇਜ ਸੀਗਾ ਪੂਰੇ ਸ਼ੋਅ 'ਚ ਕਿ ਬਈ ਜਿਸ ਆਰਟਿਸਟ ਅਗਰ ਗੀਤ ਗਾਉਂਦੇ ਹੋ ਤਾਂ ਐਟਲੀਸਟ ਉਹਨੂੰ ਕ੍ਰੈਡਿਟ ਤੇ ਦੇ ਦਿਓ ਤੇ ਇਹ ਆਵਾਜ਼ ਜ਼ਰੂਰ ਪਹੁੰਚਣੀ ਚਾਹੀਦੀ। ਅੱਛਾ ਜੀ, ਬੜਾ ਇਹ ਵੀ ਬੜਾ ਨੁਕਸਾਨ ਹੋਇਆ ਕਿ ਕਈ ਐਸੇ ਲੋਕ ਜਿਨ੍ਹਾਂ ਦਾ ਨਾਮ ਨਹੀਂ ਹੋਇਆ ਲੇਕਿਨ ਸਾਡੇ ਆਰਟਿਸਟ ਭਰਾ ਜਿਹਨੇ ਉਹਨਾਂ ਦੀਆਂ ਚੀਜ਼ਾਂ ਚੁੱਕ ਕੇ ਗਾ ਦਿੱਤੀਆਂ, ਲੇਕਿਨ ਉਹ ਇਹ ਵੀ ਨਹੀਂ ਕਿਹਾ ਕਿ ਯਾਰ ਉਸ ਇੱਕ ਸਾਡੇ ਆਰਟਿਸਟ ਸੀ ਉਹਨਾਂ ਦਾ ਨਾਮ, ਚਲੋ ਸ਼ਾਇਦ ਤੁਹਾਡੇ ਇੰਨੇ ਕਹਿਣ ਨਾਲ ਉਹਦਾ ਕੋਈ ਰਿਜ਼ਕ ਦਾ ਸਰਬੰਧ ਲੱਗ ਜਾਏ, ਲੇਕਿਨ ਇਹ ਬੜਾ ਅਫਸੋਸ ਹੈ ਐਸੇ ਕਰਦੇ ਲੋਕ। ਕੋਸ਼ਿਸ਼ ਕਰਾਂਗੇ ਜੀ, ਕੋਸ਼ਿਸ਼ ਕਰਾਂਗੇ ਕਿ ਸਾਰੇ ਆਰਟਿਸਟ ਤੁਹਾਡੇ ਵਰਗੇ ਹੋਣ ਔਰ ਇੱਕ ਨਵਾਂ ਸਿਲਸਿਲਾ ਸ਼ਾਇਦ ਸ਼ੁਰੂ ਹੋ ਜਾਏ ਕਿ ਕ੍ਰੈਡਿਟ ਮਿਲਣਾ ਸ਼ੁਰੂ ਹੋ ਜਾਏ ਆਰਟਿਸਟਾਂ ਨੂੰ। ਕਈ ਵਾਰੀ ਪੈਸਾ ਨਹੀਂ ਹੁੰਦਾ, ਇੱਕ ਕ੍ਰੈਡਿਟ ਇੱਕ ਬੰਦਾ ਨਾ ਹੀ ਲੈ ਲੈ ਇੱਜ਼ਤ ਨਾਲ ਤੇ ਇਹੀ ਬਹੁਤ ਹੋ ਜਾਂਦਾ। ਹਾਂਜੀ ਬਿਲਕੁਲ ਬਿਲਕੁਲ। ਤੇ ਲੋ ਜੀ, ਅਸੀਂ ਫਿਰ ਹੁਣ ਇਜਾਜ਼ਤ ਲਈਏ ਔਰ ਅਸੀਂ ਵਾਪਸ ਤਹਿ ਦਿਲੋਂ ਅਸੀਂ ਲਫ਼ਜ਼ ਕੱਟਨੇ ਬੋਲਣ ਵਾਸਤੇ ਕਿ ਅਸੀਂ ਤੁਹਾਡੇ ਇੰਨੇ ਫੈਨ ਆ, ਤੁਹਾਡੀ ਗਾਇਕੀ ਦੇ ਕਦਰਦਾਨ ਆ, ਤੁਹਾਡੇ ਫਾਦਰ ਸਾਹਿਬ ਦੇ ਫੈਨ ਆ ਤੇ ਸਾਡਾ ਮੈਸੇਜ ਉਹਨਾਂ ਤੱਕ ਵੀ ਜ਼ਰੂਰ ਪਹੁੰਚਾਉਣਾ ਕਿ ਅਸੀਂ ਉਹਨਾਂ ਦੇ ਮੁਰੀਦ ਆ ਜੀ ਔਰ ਉਹਨਾਂ ਦੇ ਖਾਨਦਾਨ ਕੋ ਤੁਹਾਡੇ ਲੋਕਾਂ ਦੇ ਮਰੀਦ ਆ। ਤੇ ਵਾਂਸ ਅਗੇਨ ਐਂਡ ਆਫ ਦਾ ਸ਼ੋ, ਅਲੀ ਬ੍ਰਦਰ ਦਾ ਬਹੁਤ ਬਹੁਤ ਥੈਂਕ ਯੂ ਜੀ। ਹਾਂ ਥੈਂਕ ਯੂ, ਮੈਂ ਵੀ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਤੁਹਾਡੇ ਜੀ ਪਿਆਰੇ ਲੋਕ ਮਿਲਾਏ, ਥੈਂਕ ਯੂ। ਓਕੇ ਸਲੋ ਜੀ, ਮੋਨੀ ਗਿੱਲ ਵੱਲੋਂ ਅਤੇ ਕੁਲਦੀਪ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ, ਫਿਰ ਮੁਲਾਕਾਤ ਹੋਏਗੀ ਬਹੁਤ ਜਲਦ ਇਹਨਾਂ ਦੇ ਕਿਸੇ ਨਵੀਂ ਧੁੰਨ ਦੇ ਨਾਲ ਜਾਂ ਕਿਸੇ ਨਵੇਂ ਗਾਣੇ ਨਾਲ, ਕਿਉਂਕਿ ਮਾਈ ਟੀਵੀ ਹੁਣ ਇਹਨਾਂ ਨੂੰ ਹਮੇਸ਼ਾ ਲੈ ਕੇ ਆਉਂਦਾ ਰਹੇਗਾ, ਇਹਨਾਂ ਨੂੰ ਛੱਡਾਂਗੇ ਨਹੀਂ, ਹੁਣ ਫੜ ਕੇ ਰੱਖਾਂਗੇ, ਹੁਣ ਨਹੀਂ ਜਾਣ ਦਾਂਗੇ। ਸਲੋ ਜੀ, ਅਲਵਿਦਾ, ਰੱਬ ਰੱਖਾ ਜੀ, ਸਤਿ ਸ਼੍ਰੀ ਅਕਾਲ। ਤੇ ਮੋਨੀ ਗਿੱਲ ਵੱਲੋਂ ਜੀ, ਹੁਣ ਅਸੀਂ ਇਜਾਜ਼ਤ ਲੈਂਦੇ ਹਾਂ ਸਾਡੇ ਆਰਟਿਸਟ ਤੋਂ ਔਰ ਅਸੀਂ ਹੁਣ ਕਿਉਂਕਿ ਅਫਕੋਰਸ ਜਾਂਦੇ ਜਾਂਦੇ ਹੁਣ ਅਸੀਂ ਪੈਸਾ ਤੋਂ ਚਾਹੀਏ ਐਡਵਰਟਾਈਜ਼ਿੰਗ ਦੇਖੋ ਜੀ ਔਰ ਹੋਪਫੁਲੀ ਕਿ ਤੁਸੀਂ ਅੱਛੇ ਅੱਛੇ ਆਰਟਿਸਟਾਂ ਨੂੰ ਇੱਦਾਂ ਹੀ ਸੁਣਦੇ ਰਹੋ, 2.5 ਘੰਟੇ ਤੁਸੀਂ ਵੀ ਸੁਣਿਆ, ਸੋ ਥੈਂਕ ਯੂ ਸੋ ਮੱਚ, ਕਿਉਂਕਿ ਤੁਹਾਡੇ ਵਰਗੇ ਸਰੋਤੇ ਹੀ ਇੱਕ ਆਰਟਿਸਟ ਨੂੰ ਆਰਟਿਸਟ ਬਣਾਉਂਦੇ ਆ, ਸੋ ਥੈਂਕ ਯੂ, ਕਿਉਂਕਿ ਮਿਊਜ਼ਿਕ ਅੱਛਾ ਮਿਊਜ਼ਿਕ ਪ੍ਰਮੋਟ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੂੜ ਮਿਊਜ਼ਿਕ ਨਾ ਚੱਲ ਜਾਏਗਾ। ਇਹੋ ਜਿਹੇ ਖਾਨਦਾਨੀ ਐਜਾਜ਼ ਪਾਈ ਵਰਗੇ ਸਿੰਗਰਸ, ਖਾਨਦਾਨੀ ਸਿੰਗਰ ਜਿਹੜੇ ਕਿ ਸੰਗੀਤ ਆਈ ਮੀਨ ਗਾ ਵੀ ਰਹੇ ਨੇ, ਇਹ ਨਹੀਂ ਕਿ ਸਿਰਫ ਪਿਓ ਦਾ ਨਾਂ ਲੈ ਕੇ ਚੱਲ ਰਹੇ ਨੇ,
ਆਮੀਨ ਜੇ ਪਿਤਾ ਜੀ ਨੇ ਨਾ ਪੈਦਾ ਕੀਤਾ ਤੇ ਉਹ ਬੱਚਿਆਂ ਨੇ ਵਧਾ ਰਹੇ ਨੇ ਅੱਗੋਂ ਬੱਚੇ ਵੀ ਕਰ ਆਰਟਿਸਟਾਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਆਰਟਿਸਟਾਂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਸੋ ਸਾਡੀ ਛੋਟੀ ਜਿਹੀ ਐਫਰਟ ਹੈ ਤੇ ਤੁਹਾਡੇ ਨਾਲ ਮਿਲ ਕੇ ਹੀ ਐਫਰਟ ਕੁਝ ਰੰਗ ਲੈ ਕੇ ਆ ਸਕਦੀ ਹੈ ਕਿਉਂਕਿ ਆਡੀਅੰਸ ਦੇ ਨਾਲ ਹੀ ਸਟਾਰ ਬਣਦਾ ਹੈ ਤੇ ਸੋ ਲਓ ਜੀ ਮੋਨੀ ਗਿੱਲ ਵੱਲੋਂ ਅਗੇਨ ਵਾਪਸ ਸਤਿ ਸ਼੍ਰੀ ਅਕਾਲ ਰੱਬ ਰੱਖਾ ਤੇ ਲਓ ਜੀ ਸੁਣਦੇ ਹਾਂ ਬਾਬਾ ਰਾਮ Ram Ji astrologer, everything begins with faith. We walk by faith, not by sight. Ram Ji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you.